ਮੱਥਾ ਟੇਕਣ ਨਹੀਂ ਜਾਂਦੇ, ਜਿਹੜੇ ਮੱਥਾ ਲਾਉਣ ਜਾਂਦੇ ਨੇ ਨਾ, ਉਹਨਾਂ ਦੀ ਗੱਲ ਵੀ ਮੈਂ ਅੱਜ ਦੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਆਖਾਂਗਾ। ਸਤ ਸੰਗਤ, 1984 ਦਾ ਜਦੋਂ ਸਾਲ ਚੜ੍ਹਿਆ, ਜਿਹੜਾ ਮੈਨੂੰ ਇਤਿਹਾਸ ਸੁਣਾਉਣ ਦਾ ਪ੍ਰਬੰਧਕ ਸਾਹਿਬਾਨਾਂ ਵੱਲੋਂ ਹੁਕਮ ਗਿਆ, ਨੌਜਵਾਨਾਂ ਦਾ ਸੁਨੇਹਾ ਗਿਆ ਕਿ ਕੰਡਿਆਣਾ ਜੀ ਦੇ ਜੱਥੇ ਕੋਲੋਂ ਆਹ ਸਾਖੀ ਸੁਣਨੀ ਹੈ, ਮੈਂ ਉਹੀ ਆਪ ਜੀ ਦੀ ਸੇਵਾ ਦੇ ਵਿੱਚ ਪੇਸ਼ ਕਰਨ ਲੱਗਾ। 1984 ਦਾ ਜਦੋਂ ਸਾਲ ਚੜ੍ਹਿਆ ਤਾਂ ਜਨਵਰੀ ਮਹੀਨੇ ਦੇ ਅੰਦਰ ਦੇਸ਼ ਦੀ ਹਕੂਮਤ ਸਿੱਖਾਂ ਪ੍ਰਤੀ ਬੇਈਮਾਨ ਹੋ ਗਈ। ਉਹਨਾਂ ਨੇ ਚਕਰਾਤਾ ਆਪਦੇ ਜੰਗਲਾਂ ਦੇ ਵਿੱਚ ਫੌਜ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ, ਤਿਆਰੀ ਕਰ ਲਈ ਕਿ ਅਸੀਂ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਹਮਲਾਵਰ ਬਣ ਕੇ ਜਾਣਾ, ਅਕਾਲ ਤਖ਼ਤ ਢਾਉਣਾ, ਜਿਹੜੇ ਸਿੱਖ ਧਰਮ ਯੁੱਧ ਮੋਰਚਾ ਲਾ ਕੇ ਬੈਠੇ ਆ ਉਹ ਸਾਰੇ ਮਾਰਨੇ ਆ, ਅਤੇ ਜਿਹੜੇ ਸਿੱਖ ਉਹਨਾਂ ਦੀ ਸਪੋਰਟ 'ਤੇ ਆ ਉਹਨਾਂ ਨੂੰ ਆਪਾਂ ਇੱਦਾਂ ਦਾ ਸਬਕ ਸਿਖਾਉਣਾ ਕਿ ਰਹਿੰਦੀ ਦੁਨੀਆ ਤੱਕ ਸਿੱਖ ਕੌਮ ਦੁਬਾਰਾ ਉੱਠ ਨਾ ਖੜੀ ਹੋਵੇ। ਸਤ ਸੰਗਤ, ਬੇਈਮਾਨ ਹੋ ਗਈ ਹਕੂਮਤ ਸਿੱਖਾਂ ਨੂੰ ਮਾਰਨ ਵਾਸਤੇ। ਧਰਮ ਯੁੱਧ ਮੋਰਚੇ ਦੀਆਂ ਜਿਹੜੀਆਂ ਮੰਗਾਂ ਸਨ, ਬੜੀਆਂ ਜਾਇਜ਼ ਜੀਆਂ ਮੰਗਾਂ ਸਨ ਕਿ ਅੰਮ੍ਰਿਤਸਰ ਸਾਹਿਬ ਨੂੰ ਸਰਕਾਰ ਪਵਿੱਤਰ ਸ਼ਹਿਰ ਦਾ ਦਰਜਾ ਦੇਵੇ, ਅੰਮ੍ਰਿਤਸਰ ਸਾਹਿਬ ਪਵਿੱਤਰ ਸ਼ਹਿਰ ਦਾ ਦਰਜਾ ਮਿਲੇ ਸਰਕਾਰ ਵੱਲੋਂ, ਇੱਥੇ ਸ਼ਰਾਬ ਦੇ ਠੇਕੇ ਬੰਦ ਹੋ ਜਾਣ, ਇੱਥੇ ਮੱਛੀ ਮਾਸ ਦੀਆਂ ਦੁਕਾਨਾਂ ਬੰਦ ਹੋ ਜਾਣ, ਬੜੀ ਜਾਇਜ਼ ਮੰਗ ਸੀ। ਸਰਕਾਰ ਕੰਸੀ ਮਥੁਰਾ ਹਰਿਦੁਆਰ ਰਿਸ਼ੀਕੇਸ਼ ਨੂੰ ਜਦੋਂ ਪਵਿੱਤਰ ਸ਼ਹਿਰ ਐਲਾਨ ਸਕਦੀ ਹੈ ਤਾਂ ਅੰਮ੍ਰਿਤਸਰ ਸਾਹਿਬ ਨੂੰ ਵੀ ਐਲਾਨ ਸਕਦੀ ਸੀ। ਪੰਜਾਬ ਦੇ ਪਾਣੀਆਂ ਦੀ ਰਿਐਲਿਟੀ ਪੰਜਾਬ ਨੂੰ ਮਿਲੇ, ਪੰਜਾਬ ਦੇ ਜਿਹੜੇ ਲਾਲੇ ਲੋਕ ਨੇ, ਦੁਕਾਨਾਂ ਕਰਦੇ ਨੇ, ਕਰਿਆਨੇ ਦੀਆਂ ਹੱਟੀਆਂ ਪਿੰਡਾਂ ਦੇ ਵਿੱਚ ਹਨ, ਉਹਨਾਂ ਵਿੱਚ ਬਹੁਤ ਗਿਣਤੀ ਜ਼ਿਆਦਾ ਹਿੰਦੂ ਭਾਈਚਾਰੇ ਦੀ ਹੈ, ਕਿ ਉਹਨਾਂ ਦੀ ਚੁੰਗੀ ਮੁਆਫ ਹੋ ਜਾਵੇ, ਉਹਨਾਂ ਦੇ ਉੱਤੇ ਟੈਕਸ ਨਾ ਲੱਗੇ। ਸਰਬ ਸਾਂਝਾ ਫੈਸਲਾ ਸੀ। ਇੱਕ ਉਹਦੇ ਅੰਦਰ ਮੰਗ ਸੀ ਕਿ ਅੰਮ੍ਰਿਤਸਰ ਸਾਹਿਬ ਦਾ ਜਿਹੜਾ ਲਾਈਵ ਟੈਲੀਕਾਸਟ ਕੀਰਤਨ ਹੈ ਉਹਨੂੰ ਆਕਾਸ਼ਵਾਣੀ ਰੇਡੀਓ ਦੇ ਉੱਤੇ ਸਰਵਣ ਕਰਵਾਇਆ ਜਾਵੇ। ਛੋਟੀਆਂ ਛੋਟੀਆਂ ਮੰਗਾਂ ਸਨ, ਸਰਕਾਰ ਉਹ ਮੰਗਾਂ ਦੇ ਉੱਤੇ ਗੌਰ ਕਰਦੀ ਤਾਂ ਇੱਕ ਵੀ ਮੰਗ ਨਜਾਇਜ਼ ਨਹੀਂ ਸੀ। ਪੰਜਾਬ ਦੇ ਵਿੱਚ ਪੈਦਾ ਹੋਣ ਵਾਲੀ ਫਸਲ ਉਹਦਾ ਮੁੱਲ ਪੰਜਾਬ ਸਰਕਾਰ ਤੈਅ ਕਰੇ, ਸੈਂਟਰ ਗੌਰਮੈਂਟ ਤੈਅ ਨਾ ਕਰੇ, ਇਹ ਵੀ ਇੱਕ ਮੰਗ ਸੀ। ਉਹਨਾਂ ਮੰਗਾਂ ਦੇ ਵਿੱਚ ਇੱਕ ਮੰਗ ਸੀ ਕਿ ਪੰਜਾਬ ਦੀ ਧਰਤੀ ਦੇ ਉੱਤੇ ਭਾਖੜਾ ਡੈਮ ਹੈ ਪਰ ਪੰਜਾਬ ਨੂੰ ਬਿਜਲੀ ਨਹੀਂ ਮਿਲਦੀ, ਹੋਰ ਸਟੇਟਾਂ ਨੂੰ ਭਾਖੜਾ ਡੈਮ ਤੋਂ ਲਾਈਟ ਜਾ ਰਹੀ ਹੈ, ਪੰਜਾਬ ਨੂੰ ਬਿਜਲੀ ਪਹਿਲ ਦੇ ਆਧਾਰ 'ਤੇ ਦਿੱਤੀ ਜਾਵੇ, ਪੰਜਾਬ ਦੇ ਪਿੰਡ ਉਜਾੜ ਕੇ ਚੰਡੀਗੜ੍ਹ ਬਣਿਆ ਅਤੇ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ, ਇਹਨਾਂ ਦੀਆਂ ਮੰਗਾਂ ਸਨ। ਖੈਰ ਇਹ ਮੰਗਾਂ ਦੀ ਲਿਸਟ ਕਾਫੀ ਲੰਬੀ ਹੈ, ਮੈਂ ਇਹਨਾਂ ਕਹਿ ਰਿਹਾ ਕਿ ਇਹਨਾਂ ਮੰਗਾਂ ਵਿੱਚ ਇੱਕ ਵੀ ਮੰਗ ਨਜਾਇਜ਼ ਨਹੀਂ ਸੀ, ਪਰ ਦੇਸ਼ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਪਤਾ ਨਹੀਂ ਕੀ ਕਾਰਨ ਬਣਿਆ ਉਹ ਚੁੱਪ ਵੱਟ ਗਈ। ਤੁਹਾਡੇ ਵਿੱਚ ਕੌਣ ਕੌਣ ਕਿਹੜੀ ਕਿਹੜੀ ਪਾਰਟੀ ਦਾ ਬੰਦਾ ਬੈਠਾ ਮੈਨੂੰ ਕੋਈ ਲੈਣਾ ਦੇਣਾ ਨਹੀਂ, ਮੈਂ ਗੁਰੂ ਕਾ ਢਾਡੀ ਬਣ ਕੇ ਆਪ ਜੀ ਨਾਲ ਗੱਲਾਂ ਕਰ ਰਹੀ ਹਾਂ, ਤੁਸੀਂ ਕਿਰਪਾ ਕਰਿਓ ਗੁਰੂ ਕੀ ਸੰਗਤ ਬਣ ਕੇ ਸੁਣਿਓ, ਆਪੋ ਆਪਣੀ ਪਾਰਟੀ ਦੇ ਨਾਲ ਜੁੜੇ ਰਹੋ ਪਰ ਆਪਣੀਆਂ ਪਾਰਟੀਆਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਥੱਲੇ ਰੱਖੋ, ਆਪਣੀਆਂ ਪਾਰਟੀਆਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਨਾ ਲੈ ਕੇ ਜਾਇਓ। ਅੱਜ ਦੇ ਇਸ ਪ੍ਰਸੰਗ ਨੂੰ ਤੁਸੀਂ ਸੁਣਾਉਣ ਲਈ ਹੁਕਮ ਤਾਂ ਲਾ ਦਿੱਤਾ ਪਰ ਨਾਲ ਇਹ ਵੀ ਕਹਿ ਦਿਆ ਇਸ ਪ੍ਰਸੰਗ ਵਿੱਚ ਕਈ ਲੀਡਰਾਂ ਦੇ ਨਾਮ ਆਉਣੇ ਆ ਅਤੇ ਜਿਹੜੇ ਲੀਡਰ ਲੋਕ ਹੁੰਦੇ ਆ ਨਾ ਉਹਨਾਂ ਦਾ ਹਾਜ਼ਮਾ ਬਹੁਤ ਵੱਡਾ ਹੁੰਦਾ, ਉਹ ਛੇਤੀ ਕਿਤੇ ਤਪਦੇ ਨਹੀਂ ਪਰ ਲੀਡਰਾਂ ਦੇ ਚਮਚੇ ਕੜਛੀਆਂ ਛੇਤੀ ਬੁੜਕ ਪੈਂਦੇ ਆ, ਲੀਡਰਾਂ ਦੇ ਚਮਚੇ ਕੜਛੀਆਂ ਜਿਹੜੇ ਹੁੰਦੇ ਆ ਨਾ ਉਹ ਬਹੁਤ ਛੇਤੀ ਤਪ ਜਾਂਦੇ, ਵੀ ਸਾਡੇ ਲੀਡਰ ਨੂੰ ਇਉਂ ਕਿਉਂ ਕਹਿ ਦਿੱਤਾ ਜੀ। ਜਿਹੜੀ ਮੈਂ ਗੱਲ ਕਹਿਣੀ ਇਕੱਲੀ ਇਕੱਲੀ ਉਹ ਤੱਥਾਂ ਦੇ ਆਧਾਰ 'ਤੇ ਆਖੂੰਗਾ, ਇਤਿਹਾਸ ਦੇ ਵਰਕਿਆਂ ਦੇ ਵਿੱਚੋਂ ਪੜ੍ਹੀ ਆਖਾਂਗਾ, ਜੇ ਕਿਸੇ ਨੂੰ ਇਤਰਾਜ਼ ਹੋਵੇ ਤਾਂ ਮੈਂ ਕਿਤਾਬਾਂ ਦੇ ਨਾਮ ਵੀ ਦੱਸ ਦਿਆਂਗਾ। ਸਤ ਸੰਗਤ, ਜੇ ਕਿਸੇ ਵੀ ਪਾਰਟੀ ਦਾ ਕੋਈ ਕੜਛੀ ਚਮਚਾ ਬੈਠਾ ਨਾ, ਮੈਂ ਤੁਹਾਨੂੰ ਬੇਨਤੀ ਕਰਦਾ ਬਈ ਵੱਡਾ ਦਿਲ ਕਰਕੇ ਸੁਣੀ ਜਾਇਓ, ਮੈਂ ਬਾਤ ਪਾਉਣ ਲੱਗਾ, ਤੁਸੀਂ ਹੁੰਗਾਰਾ ਭਰਿਓ, ਗੁਰੂ ਕਿਰਪਾ ਕਰਨ ਸਾਡੀ ਤੁਹਾਡੀ ਗੁਰਮਤ ਦੀ ਸਾਂਝ ਦਾਤਾ ਜੀ ਇਸੇ ਤਰ੍ਹਾਂ ਬਣਾਈ ਰੱਖਣ। ਦੇਸ਼ ਦੀ ਪ੍ਰਧਾਨ ਮੰਤਰੀ ਬੇਈਮਾਨ ਹੋ ਗਈ,
ਉਹਨੇ ਸਿੱਖਾਂ ਨੂੰ ਸਬਕ ਸਿਖਾਉਣ ਵਾਸਤੇ ਮਨ ਵਿੱਚ ਠਾਣ ਲਈ ਹੈ। ਸਿੱਖਾਂ ਨੂੰ ਸਬਕ ਸਿਖਾਉਣ ਵਾਸਤੇ ਬੜੇ ਆਏ, ਅਬਦਾਲੀ ਵਰਗੇ ਆਏ, ਨਾਦਰ ਵਰਗੇ ਆਏ, ਜ਼ਕਰੀਆ ਵਰਗੇ ਆਏ, ਮੀਰ ਮੰਨੂ ਵਰਗੇ ਆਏ। ਸਾਰੇ ਜਣੇ ਕਹਿੰਦੇ ਸਨ ਅਸੀਂ ਸਿੱਖਾਂ ਨੂੰ ਸਬਕ ਸਿਖਾਉਣਾ, ਪਰ ਜਿਹੜੇ ਗੁਰੂ ਨਾਨਕ ਦੇ ਕੋਲੋਂ ਸਬਕ ਸਿੱਖੇ ਹੋਣ ਉਹਨਾਂ ਨੂੰ ਰਾਜੇ ਕੀ ਸਬਕ ਸਿਖਾ ਸਕਦੇ ਨੇ। 300 ਕਿਆ ਉਪਦੇਸ਼ੀ ਹੈ ਜਿਨ ਗੁਰੂ ਨਾਨਕ ਦੇਵ, ਗੁਰੂ ਨਾਨਕ ਵਰਗੇ ਮੁਰਸ਼ਿਦ ਹੁੰਦਿਆਂ ਹੋਰ ਕਿਸੇ ਉਸਤਾਦ ਦੀ ਭਲਾ ਲੋੜ ਕੀ ਹੈ। ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਇੱਕ ਬਹਾਨਾ ਮਿਲ ਗਿਆ, ਉਹਨੂੰ ਪੰਜਾਬ ਦੀ ਧਰਤੀ ਤੋਂ ਇੱਕ ਚਿੱਠੀ ਮਿਲ ਗਈ। ਪੰਜਾਬ ਦੇ ਵਿੱਚੋਂ ਸਿੱਖਾਂ ਦੇ ਕੜੰਮ ਚੌਧਰੀਆਂ ਨੇ ਖਤ ਲਿਖਿਆ ਕਿ ਬੀਬੀ ਭਿੰਡਰਾਂ ਵਾਲਾ ਸਾਂਭਲਾ ਨਹੀਂ ਤੇ ਤੂੰ ਵੀ ਗਈ ਤੇ ਅਸੀਂ ਵੀ ਗਏ, ਤੂੰ ਵੀ ਗਈ ਤੇ ਅਸੀਂ ਵੀ ਗਏ। ਉਹ ਚਿੱਠੀ ਨੂੰ ਮੋਹਰਾ ਬਣਾ ਕੇ ਹੁਣ ਸਿੱਖਾਂ ਦਾ ਸਰਵਨਾਸ਼ ਕਰਨ ਵਾਸਤੇ ਉਹਨੇ ਕਸਮ ਖਾ ਲਈ ਹੈ। ਇੱਕ ਨਿੱਕੀ ਜੀ ਗੱਲ ਸੁਣਾ ਦਿਆਂ। ਕਹਿੰਦੇ ਕਿਸੇ ਜ਼ਿਮੀਂਦਾਰ ਨੇ ਸੱਜਰ ਸੂਈ ਮੱਝ ਖਰੀਦੀ। ਧਿਆਨ ਨਾਲ ਸੁਣਿਓ, ਇੰਟਰਨੈਟ ਦੇ ਉੱਤੇ ਸਾਰੇ ਪ੍ਰਸੰਗ ਪਏ ਨੇ, ਹੋ ਸਕਦਾ ਤੁਸੀਂ ਪਹਿਲਾਂ ਕਿਤੇ ਸੁਣਿਆ ਹੋਵੇ, ਪਰ ਮਾਹੌਲ ਬਣਿਆ ਮੈਂ ਆਪ ਜੀ ਦੀ ਸੇਵਾ 'ਚ ਕਹਿ ਕੇ ਤੁਹਾਡੀ ਖੁਸ਼ੀ ਲੈਣ ਦਾ ਯਤਨ ਕਰਨ ਲੱਗਾ। ਕਿਸੇ ਜ਼ਿਮੀਂਦਾਰ ਨੇ ਸੱਜਰ ਸੂਈ ਮੱਝ ਖਰੀਦੀ, ਮੱਝ ਦੇ ਨਾਲ ਕਟਾ ਵੀ ਆਇਆ। ਮੱਝ ਅਤੇ ਕਟਾ ਉਹਨੇ ਹਵੇਲੀ ਦੇ ਵਿੱਚ ਬੰਨ ਦਿੱਤੇ। ਹਵੇਲੀ ਦੇ ਵਿੱਚ ਉਹਨੇ ਇੱਕ ਬਾਂਦਰ ਰੱਖਿਆ ਹੋਇਆ। ਬਾਂਦਰ ਬੜਾ ਚਲਾਕ ਜਾਨਵਰ ਹੈ, ਬਾਂਦਰ ਸਮਾਂ ਨੋਟ ਕਰ ਲੈਂਦਾ ਵੀ ਪਰਛਾਵਾਂ ਢਲ ਕੇ ਕਿੱਥੇ ਕਾਇਆ ਹੁੰਦਾ ਜਦੋਂ ਇਹ ਬਾਲਟੀ ਚੱਕ ਕੇ ਮੱਝ ਚੋਣ ਆਉਂਦੇ ਹੈ। ਬਾਂਦਰ ਨੇ ਐਨ ਪੱਕਾ ਸਮਾਂ ਨੋਟ ਕਰ ਲਿਆ ਵੀ ਪਰਛਾਵਾਂ ਢਲ ਕੇ ਇੱਥੇ ਕਿ ਜਦੋਂ ਆ ਜਾਂਦਾ ਉਦੋਂ ਇਹ ਦੁੱਧ ਚੋਣ ਵਾਸਤੇ ਆਉਂਦੇ ਹੈ। ਅੱਜ ਬਾਂਦਰ ਟਾਹਲੀ ਤੋਂ ਉਤਰਿਆ, ਉਹਨੇ ਮੱਝ ਦਾ ਸਾਰਾ ਦੁੱਧ ਚੁੰਘ ਲਿਆ ਅਤੇ ਦੁੱਧ ਚੁੰਘਦੇ ਦੌਰਾਨ ਜਿਹੜੀ ਮੂੰਹ 'ਤੇ ਝੱਗ ਬਣੀ, ਬਾਂਦਰ ਨੇ ਝੱਗ ਆਪਣੇ ਮੂੰਹ ਤੋਂ ਲਾਹ ਕੇ ਕੱਟੇ ਦੇ ਮੂੰਹ ਨੂੰ ਲਾਤੀ। ਦੁੱਧ ਪੀ ਗਿਆ ਬਾਂਦਰ, ਹੁਣ ਮੂੰਹ ਲਿਬੜ ਗਿਆ ਕੱਟੇ ਦਾ, ਮੂੰਹ ਕੱਟੇ ਦਾ ਲਿਬੜ ਗਿਆ, ਦੁੱਧ ਬਾਂਦਰ ਪੀ ਗਿਆ। ਜ਼ਿਮੀਂਦਾਰ ਆਇਆ, ਉਹਨੇ ਪਹਿਲਾਂ ਡਾਂਗ ਚੱਕੀ ਮੱਝ ਦੇ 5-7 ਸਿਟੀਆਂ, ਕੱਟੇ ਨੂੰ ਵੀ ਕੁੱਟਿਆ। ਹੁਣ ਕੱਟੇ ਨੂੰ ਇੱਕ ਤਾਂ ਦੁੱਧ ਨਹੀਂ ਮਿਲਦਾ, ਦੂਜਾ ਛਿੱਤਰ ਪੈ ਰਹੇ ਆ ਅਤੇ ਉੱਤੇ ਬਾਂਦਰ ਟਾਹਲੀ ਦੇ ਉੱਤੇ ਬੈਠਾ ਗਿੱਧਾ ਪਾਵੇ ਵੀ ਦੁੱਧ ਮੈਂ ਪੀ ਗਿਆ ਅਤੇ ਜੁੱਤੀਆਂ ਇਹਨਾਂ ਦੇ ਪੈ ਰਹੀਆਂ। ਸਤ ਸੰਗਤ, ਇੰਦਰਾ ਗਾਂਧੀ ਨੂੰ ਮੈਂ ਦੋਸ਼ ਮੁਕਤ ਨਹੀਂ ਕਰਾਂਗਾ। ਇੰਦਰਾ ਗਾਂਧੀ ਏਸ਼ੀਆ ਦੀ ਸਭ ਤੋਂ ਪੜ੍ਹੀ ਲਿਖੀ ਲੇਡੀ ਸੀ, ਪਰ ਉਹਨੇ ਜਿੱਡਾ ਵੱਡਾ ਪਾਪ ਕੀਤਾ, ਉਹਦੇ ਸਾਰੇ ਚੰਗੇ ਕੰਮ ਮਿੱਟੀ ਦੇ ਵਿੱਚ ਰੁਲ ਗਏ। ਪਰ ਇੱਕ ਸ਼ਬਦ ਕਹੂੰਗਾ ਕਿ ਇੰਦਰਾ ਗਾਂਧੀ ਦੇ ਮੂੰਹ 'ਤੇ ਝੱਗ ਲੱਗ ਗਈ। ਸੱਚੀ ਗੱਲ ਹੈ ਕਿ ਦੁੱਧ ਪੀਣ ਵਾਲੇ ਅਤੇ ਗਿੱਧਾ ਪਾਉਣ ਵਾਲੇ ਬਾਂਦਰ ਹੋਰ ਵੀ ਬੜੇ ਆ। ਅੱਜ ਦੇ ਇਸ ਇਤਿਹਾਸ ਦੇ ਵਰਕੇ ਨੂੰ ਜਦੋਂ ਮੈਂ ਖੋਲ੍ਹਾਂਗਾ ਆਪ ਜੀ ਦੀ ਸੇਵਾ ਵਿੱਚ, ਜਦੋਂ ਪੱਤਰੇ ਖੋਲ੍ਹਾਂਗਾ ਨਾ, ਤੁਸੀਂ ਮਹਿਸੂਸ ਕਰੋਗੇ ਕਿ ਦੁੱਧ ਪੀਣ ਵਾਲੇ ਅਤੇ ਗਿੱਧਾ ਪਾਉਣ ਵਾਲੇ ਬਾਂਦਰ ਹੋਰ ਕਿਹੜੇ ਕਿਹੜੇ। ਲਾਲ ਕ੍ਰਿਸ਼ਨ ਅਡਵਾਨੀ ਭਾਰਤੀ ਜਨਤਾ ਪਾਰਟੀ ਦਾ ਸੀਨੀਅਰ ਲੀਡਰ ਹੈ, ਜਿਉਂਦਾ ਅਜੇ। ਲਾਲ ਕ੍ਰਿਸ਼ਨ ਅਡਵਾਨੀ, ਉਹਨੇ ਕਿਤਾਬ ਲਿਖੀ ਆ ਅੰਗਰੇਜ਼ੀ ਵਿੱਚ, ਕਿਤਾਬ ਦਾ ਨਾਮ ਹੈ ਮਾਈ ਕੰਟਰੀ ਮਾਈ ਲਾਈਫ। ਉਸ ਕਿਤਾਬ ਦੇ ਵਿੱਚੋਂ ਲਿਖਦਾ ਹੈ, ਕਹਿੰਦਾ ਇੰਦਰਾ ਗਾਂਧੀ ਨਹੀਂ ਸੀ ਕਰਦੀ ਹਮਲਾ, ਅਸੀਂ ਕਰਵਾਇਆ। ਦੁੱਧ ਪੀਣ ਵਾਲੇ ਕੌਣ ਕੌਣ ਨੇ ਅਤੇ ਗਿੱਧਾ ਪਾਉਣ ਵਾਲੇ ਕੌਣ ਕੌਣ ਨੇ, ਇਸ ਤਵਾਰੀਖ ਦੇ ਵਰਕੇ ਦੇ ਵਿੱਚੋਂ ਆਪਾਂ ਆਓ ਥੋੜ੍ਹਾ ਜਿਹਾ ਚੁੱਭੀ ਮਾਰ ਕੇ ਇਹਦੇ ਵਿੱਚੋਂ ਲੱਭੀਏ। ਬਾਬਾ ਮੱਖਣ ਸ਼ਾਹ ਲਵਾਣੇ ਵਾਲੀ ਵਰਤੀ ਅਸੀਂ ਅਪਣਾਈਏ, ਕੱਚ ਕੌਣ ਹੈ ਅਤੇ ਸੱਚ ਕੌਣ ਹੈ। ਸੱਚ ਦੇ ਨਾਲ ਸਾਡਾ ਜਰਾਨਾ ਪਵੇ ਅਤੇ ਕੱਚ ਤੋਂ ਸਾਡੀਆਂ ਦੂਰੀਆਂ ਪੈਣ। ਆਪਾਂ ਰੋਜ਼ ਅਰਦਾਸ ਕਰਕੇ ਕਹਿੰਦੇ ਵਾਹਿਗੁਰੂ ਜੀ ਸਹੀ ਪਿਆਰੇ ਮੇਲ, ਜਿਹਨਾਂ ਮਿਲਿਆ ਤੇਰਾ ਨਾਮ ਚਿੱਤਾ ਵੈ। ਵਾਹਿਗੁਰੂ ਦੇ ਨਾਮ ਜਪਣ ਵਾਲਿਆਂ ਨੂੰ ਜਿੱਥੇ ਯਾਦ ਕਰ ਰਹੇ ਹਾਂ, ਉੱਥੇ ਨਾਮ ਜਪਣ ਵਾਲੇ ਵੀ ਇਸ ਪ੍ਰਸੰਗ ਦੇ ਵਿੱਚੋਂ ਤੁਹਾਨੂੰ ਦਰਸ਼ਨ ਹੋਣਗੇ ਅਤੇ ਗਦਾਰੀਆਂ ਕਰਨ ਵਾਲੇ, ਕੁਰਬਾਨੀਆਂ ਕਰਨ ਵਾਲੇ ਦੋਨਾਂ ਦੀ ਬਾਤ ਮੈਂ ਆਪ ਜੀ ਦੀ ਸੇਵਾ 'ਚ ਪਾਉਣ ਲੱਗਾ। ਦੇਸ਼ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਆਪਣੇ ਹੱਥ ਵਿੱਚ ਚਿੱਠੀ ਲੈ ਕੇ ਖਲੋਤੀ ਆ, ਕਹਿੰਦੀ ਸਿੱਖਾਂ ਦੇ ਲੀਡਰਾਂ ਦਾ ਖਤ ਆਇਆ ਕਿ ਸਾਡੇ ਗੁਰਦੁਆਰੇ ਅੱਤਵਾਦੀਆਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ। ਇਹ ਮੈਡਮ, ਜੇ ਤੂੰ ਸਾਡੇ ਗੁਰਦੁਆਰੇ ਅੱਤਵਾਦੀਆਂ ਕੋਲੋਂ ਛੁਡਵਾ ਦੇਵੇਂ ਤਾਂ ਅਸੀਂ ਤੇਰੇ ਧੰਨਵਾਦੀ ਹੋਵਾਂਗੇ।
ਰੋਇਆ ਰੁੱਖ ਕੁਹਾੜੇ ਵਿੱਚ ਦੇਖ ਦਸਤਾ, ਟੱਕ ਜੜ੍ਹਾਂ ਨੂੰ ਲਾਇਆ ਤਾਂ ਆਪਣੇ ਨੇ, ਬੁਲਬੁਲ ਰੋਪੀ ਮਾਲੀ ਹੱਥ ਵੇਖ ਸੂਈ, ਛੇਕ ਫੁੱਲਾਂ ਵਿੱਚ ਪਾਇਆ ਤਾਂ ਆਪਣੇ ਨੇ, ਮੁਰਦਾ ਰੋਪਿਆ ਦਗੇ ਦੀ ਦੇਖ ਦੁਨੀਆ, ਲਾਂਬੂ ਚਿਖਾਂ ਨੂੰ ਲਾਇਆ ਤਾਂ ਆਪਣੇ ਨੇ, ਕਲਗੀ ਧਾਰ ਦੇ ਜਿਗਰ ਦੇ ਟੋਟਿਆਂ ਨੂੰ ਨੀਹਾਂ ਵਿੱਚ ਚਿਣਵਾਇਆ ਤਾਂ ਆਪਣੇ ਨੇ। ਸਾਡੇ ਆਪਣੇ ਕਰ ਗਿਆ ਗਦਾਰੀ ਤੇ ਸਾਡੇ ਆਪਣਿਆਂ ਦੀ ਚਿੱਠੀ ਹੱਥ ਵਿੱਚ ਲੈ ਕੇ ਦੇਸ਼ ਦੀ ਮੈਡਮ ਆਪਣੇ ਜਰਨੈਲਾਂ ਨੂੰ ਜੋ ਗੱਲਾਂ ਆਪਣੇ ਦਿਲ ਦੀਆਂ ਕਹਿਣ ਲੱਗੀ ਹੈ, ਉਹਨਾਂ ਗੱਲਾਂ ਨੂੰ ਕਲੀ ਦੀ ਤਰਜ਼ ਉੱਤੇ ਗਾ ਕੇ ਆਪ ਜੀ ਦੀ ਸੇਵਾ ਵਿੱਚ ਗਿਆਨੀ ਸਰੂਪ ਸਿੰਘ ਕੜਿਆਣਾ ਦਾ ਪੰਥਕ ਢਾਡੀ ਜਥਾ ਇਉਂ ਪੇਸ਼ ਕਰਦਾ ਹੈ। ਆਪਣੇ ਕੋਲ ਬੁਲਾ ਕੇ ਫੌਜਾਂ ਦੇ ਜ਼ਰ ਨੈਲਾ ਨੂੰ ਗੁੱਸੇ ਦੇ ਵਿੱਚ ਇਦਾਂ ਆਗ ਸੁਣਾਈਆਂ, ਇੰਦਰਾ ਗੁੱਸੇ ਦੇ ਵਿੱਚ ਇਦਾਂ ਆਗ ਸੁਣਾਈਆਂ, ਇੰਦਰਾ ਗੁੱਸੇ ਦੇ ਵਿੱਚ ਇਦਾਂ ਆਗ ਸੁਣਾਈਆਂ। ਮੇਰੇ ਗੁਰਬਚਨੇ ਨੂੰ ਪਿੰਡਰਾਂ ਵਾਲੇ ਓ ਸੰਤ ਨੇ, ਮੇਰੇ ਗੁਰਬਚਨੇ ਨੂੰ ਪਿੰਡਰਾਂ ਵਾਲੇ ਓ ਸੰਤ ਨੇ, ਹਾਂ ਮੇਰੇ ਗੁਰਬਚਨੇ ਨੂੰ ਪਿੰਡਰਾਂ ਵਾਲੇ ਸੰਤ ਨੇ। ਜੀ ਅੱਖਾਂ ਈਰਖਾ ਦੇ ਵਿੱਚ ਬਹੁਤੀ ਵੇਰ ਦਿਖਾਈਆਂ, ਅੱਖਾਂ ਈਰਖਾ ਦੇ ਵਿੱਚ ਬਹੁਤੀ ਵੇਰ ਦਿਖਾਈਆਂ। ਮੌਕਾ ਚੰਗਾ ਬਣਿਆ ਸਿੱਖ
ਮੌਕਾ ਚੰਗਾ ਬਣਿਆ ਸਿੱਖਾਂ ਨੂੰ ਮਰਵਾਉਣ ਲਈ, ਆ ਮੌਕਾ ਚੰਗਾ ਬਣਿਆ ਸਿੱਖਾਂ ਨੂੰ ਮਰਵਾਉਣ ਲਈ। ਹੋਲੀ ਜਾਂ ਬਹੁਤ ਚਿਰਾਂ ਦੀਆਂ ਰੱਬ ਨੇ ਮਸਾਂ ਪਗਾਈਆਂ, ਰੀਝਾਂ ਬਹੁਤ ਚਿਰਾਂ ਦੀਆਂ ਰੱਬ ਨੇ ਮਸਾਂ ਪਗਾਈਆਂ। ਮੰਦਰ ਵੀ ਦੇਣੀਆਂ ਸਿੱਖ ਹੋ ਦੇਣੀਆਂ ਸਿੱਖ ਕੌਮ ਨੂੰ ਆਪਾਂ ਸਖਤ ਸਜਾਈਆਂ। ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਸਿੱਖ ਜਿਹੜੇ ਆ, ਦੇਸ਼ ਦੀ ਪ੍ਰਧਾਨ ਮੰਤਰੀ ਕਹਿੰਦੇ ਆ ਸਾਰੇ ਮਾਰ ਦੇਣੇ, ਆਪਾਂ ਖਤਮ ਕਰ ਦੇਣੇ ਆ। ਬੜੇ ਚੰਗੇ ਕੰਮ ਕੀਤੇ ਸਨ ਦੇਸ਼ ਦੀ ਪ੍ਰਧਾਨ ਮੰਤਰੀ ਨੇ, ਪਰ ਉਹਦੇ ਇਸ ਫੈਸਲੇ ਨੇ ਉਹਦੇ ਲੱਖਾਂ ਚੰਗੇ ਕੰਮ ਮਿੱਟੀ ਵਿੱਚ ਰੋਲ ਕੇ ਰੱਖ ਦਿੱਤੇ। ਉਹਦੇ ਸਾਰੇ ਚੰਗੇ ਕੰਮਾਂ ਦੇ ਉੱਤੇ ਮਿੱਟੀ ਪੈ ਗਈ। ਸਤ ਸੰਗਤ, ਅੱਜ ਉਹਨੂੰ ਦੇਸ਼ ਦੇ ਅੰਦਰ ਜਿਹੜਾ ਵੀ ਇਨਸਾਨੀਅਤ ਪਸੰਦ ਬੰਦਾ ਹੈ ਉਹ ਨਫ਼ਰਤ ਕਰਦਾ ਹੈ, ਕਹਿਣ ਲੱਗਾ ਕਿ ਮੈਡਮ ਨੇ ਬਹੁਤ ਧੱਕਾ ਕੀਤਾ ਸੀ। ਫੌਜਾਂ ਨੂੰ ਕਿਹੜੀਆਂ ਕਿਹੜੀਆਂ ਹਦਾਇਤਾਂ ਦਿੱਤੀਆਂ ਤੁਸੀਂ ਕਵਿਤਾ ਵਿੱਚ ਸੁਣ ਲਈਆਂ।
ਢਹਿੰਦਾ ਢਹਿਦਾ ਭਾਵੇਂ ਤਖ਼ਤ ਸਣੇ ਹਰਿਮੰਦਰ ਵੀ ਦੇਣੀਆਂ ਸਿੱਖ ਕੌਮ ਨੂੰ ਆਪਾਂ ਸਖ਼ਤ ਸਜਾਈਆਂ। ਉਹ ਹਰਿਮੰਦਰ ਸਾਹਿਬ, ਉਹ ਦਰਬਾਰ ਸਾਹਿਬ ਜਿੱਥੋਂ ਆਵਾਜ਼ ਆਉਂਦੀ ਆ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਾ ਕੌਣ ਭਲੇ ਕੌ ਮੰਦੇ, ਜਿੱਥੇ ਰੋਜ਼ਾਨਾ ਕੀਰਤਨ ਹੁੰਦਾ, ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭ ਨਾ ਕੇ ਸਾਜਨ, ਉਸ ਘਰ ਦੇ ਉੱਤੇ ਸਤ ਸੰਗਤ ਫੌਜਾਂ ਚੜ੍ਹ ਆਈਆਂ, ਆਰਮੀ ਚੜ੍ਹ ਆਈ। ਉਹ ਆਰਮੀ ਦੇ ਵਿੱਚ ਤਿੰਨ ਲੈਫਟੀਨੈਂਟ ਜਨਰਲ ਆਏ। ਧਿਆਨ ਦੇ ਕੇ ਸੁਣਿਓ, ਤੁਹਾਡੇ ਵਿੱਚ ਹੋ ਸਕਦਾ ਕੋਈ ਫੌਜ ਬਾਰੇ ਜਾਣਕਾਰੀ ਰੱਖਦਾ ਹੋਵੇ, ਫੌਜ ਨਾਲ ਕੋਈ ਸੰਬੰਧਿਤ ਰੂਹ ਬੈਠੀ ਹੋਵੇ। ਇੱਕ ਲੈਫਟੀਨੈਂਟ ਜਨਰਲ ਦੇ ਥੱਲੇ ਤਿੰਨ ਬਟਾਲੀਅਨ ਹੁੰਦੀਆਂ ਤੇ ਇੱਕ ਬਟਾਲੀਅਨ ਵਿੱਚ 1,00,000 ਫੌਜੀ ਹੁੰਦਾ ਹੈ। ਇੱਕ ਲੈਫਟੀਨੈਂਟ ਜਨਰਲ ਦੇ ਥੱਲੇ ਸਿੱਧੇ ਤੌਰ ਤੇ ਕਹੀਏ ਵੀ 3,00,000 ਫੌਜ ਆਉਂਦੀ ਹੈ। ਇੱਕ ਲੈਫਟੀਨੈਂਟ ਜਨਰਲ ਦੇ ਥੱਲੇ 3 ਬ੍ਰਿਗੇਡੀਅਰ ਹੁੰਦੇ ਨੇ, 1 ਬ੍ਰਿਗੇਡੀਅਰ ਜਿਹੜਾ ਸਤਸੰਗਤ 1 ਬਟਾਲੀਅਨ ਦਾ ਪ੍ਰਧਾਨ ਹੁੰਦਾ, ਤੇ 3 ਲੈਫਟੀਨੈਂਟ ਜਨਰਲ ਆਏ। ਇੱਕ ਦਾ ਨਾਂ ਕੇ ਸੁੰਦਰ ਜੀ, ਇੱਕ ਦਾ ਨਾਂ ਰਣਜੀਤ ਦਿਆਲ, ਇੱਕ ਦਾ ਨਾਂ ਕੁਲਦੀਪ ਬਰਾੜ। ਇਹ 3 ਲੈਫਟੀਨੈਂਟ ਜਨਰਲ ਹਨ। ਇਹਦਾ ਮਤਲਬ ਹੈ 9,00,000 ਫੌਜ ਪੰਜਾਬ ਤੇ ਸਿੱਖਾਂ ਨੂੰ ਮਾਰਨ ਵਾਸਤੇ ਚੜ੍ਹ ਆਈ। 9,00,000 ਬੰਦਾ ਸਰਕਾਰ ਨੇ ਤੋੜ ਦਿੱਤਾ, ਜਿਹਨਾਂ ਨੂੰ 1,00,000 ਰੁਪਈਆ ਤਨਖਾਹਾਂ ਰੋਜ਼ ਦਾ ਸਰਕਾਰ ਮਹੀਨੇ ਦਾ ਦਿੰਦੀ ਹੈ, ਉਹ 9,00,000 ਬੰਦਾ ਪੰਜਾਬ ਦੀ ਧਰਤੀ ਤੇ ਸਿੱਖਾਂ ਦਾ ਸਰਬਨਾਸ਼ ਕਰਨ ਵਾਸਤੇ ਤੋਰਿਆ ਗਿਆ, ਜਿਹਨੂੰ ਸਿੱਖ ਕੌਮ ਦਾ ਤੀਸਰਾ ਘੱਲੂਘਾਰਾ ਕਿਹਾ ਜਾਂਦਾ ਹੈ। ਮੈਂ ਇਸ ਪਾਸੇ ਤੁਹਾਡਾ ਧਿਆਨ ਕੇਂਦਰਿਤ ਕਰਨਾ ਕਿ ਘੱਲੂਘਾਰੇ ਸਿੱਖਾਂ ਦੇ ਨਾਲ ਹੀ ਕਿਉਂ ਵਾਪਰਦੇ ਨੇ, ਘੱਲੂਘਾਰੇ ਸਿੱਖਾਂ ਦੇ ਨਾਲ ਵਾਪਰੇ ਤੇ ਘੱਲੂਘਾਰਿਆਂ ਦੇ ਵਿੱਚੋਂ ਕਿਸੀ ਨਵੀਂ ਚੇਤਨਾ ਨਿਕਲਦੀ ਹੈ। ਮਨੂ ਸਾਡੀ ਦਾਤਰੀ, ਅਸੀਂ ਮਨੂ ਦੇ ਸੋਏ। ਸੋਏ ਇੱਕ ਫਸਲ ਹੁੰਦੀ ਹੈ, ਜਦੋਂ ਵੱਢ ਲਈਏ ਤਾਂ ਮੁੱਢ ਤੋਂ ਦੁਬਾਰਾ ਫਿਰ ਪੈਦਾ ਹੋ ਜਾਂਦੀ ਹੈ। ਮਨੂ ਸਾਡੀ ਦਾਤਰੀ, ਅਸੀਂ ਮਨੂ ਦੇ ਸੋਏ, ਜਿਉਂ ਜਿਉਂ ਮਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਸਾਡੀ ਗਿਣਤੀ ਘਟੀ ਨਹੀਂ, ਸਾਡੀ ਗਿਣਤੀ ਸਗੋਂ ਜ਼ਿਆਦਾ ਵਧੀ ਹੈ। ਪੂਰੀ ਦੁਨੀਆਂ ਵਿੱਚ ਸਿੱਖ ਕੌਮ ਦਾ ਬੋਲਬਾਲਾ ਚੱਲਿਆ। ਇਹ 1984 ਦਾ ਜਿਹੜਾ ਸਾਕਾ ਸੀ ਨਾ, ਇਹਦੇ ਪਿੱਛੇ ਕੀ ਕਾਰਨ ਸਨ, ਉਹਨਾਂ ਉੱਤੇ ਆਪਾਂ ਪੰਛੀ ਝਾਤ ਪਾਉਣੀ ਤੇ ਨਾਲ ਹੀ ਮੈਂ ਢਾਡੀ ਕਲਾ ਦੀ ਇੱਕ ਸੁੰਦਰ ਬੰਦਗੀ ਆਪ ਜੀ ਦੀ ਸੇਵਾ ਦੇ ਵਿੱਚ ਕਹਾ ਦੇਣੀ ਹੈ। ਸਤ ਸੰਗਤ, ਅੰਮ੍ਰਿਤਸਰ ਫੌਜਾਂ ਆਈਆਂ, ਨਾਕਾਬੰਦੀ ਹੋ ਗਈ, ਚਾਰੇ ਪਾਸੇ ਕਰਫਿਊ ਲੱਗ ਗਿਆ। ਪੂਰੇ ਏਸ਼ੀਆ ਦੇ ਇਤਿਹਾਸ ਅੰਦਰ ਪਹਿਲੀ ਵਾਰ 50,000 ਵਰਗ ਕਿਲੋਮੀਟਰ ਦੇ ਵਿੱਚ ਕਰਫਿਊ ਲੱਗਿਆ ਸੀ, ਨਹੀਂ ਤੇ ਪੂਰੇ ਏਸ਼ੀਆ ਦੇ ਇਤਿਹਾਸ ਅੰਦਰ ਏਡਾ ਵੱਡਾ ਕਦੇ ਕਰਫਿਊ ਨਹੀਂ ਸੀ ਲੱਗਿਆ। ਤੇ ਇਹ ਜਿਹੜਾ ਕਰਫਿਊ ਹੈ, ਇਹ ਕਰਫਿਊ ਵੀ ਬੜਾ ਮਜ਼ਾਕੀਆ ਸੀ। ਕਰਫਿਊ ਦਾ ਅਸੂਲ ਹੁੰਦਾ ਕਿ ਨਾ ਕਿਸੇ ਨੂੰ ਆਉਣ ਦੇਣਾ ਤੇ ਨਾ ਕਿਸੇ ਨੂੰ ਜਾਣ ਦੇਣਾ, ਪਰ ਇੱਥੇ ਕਰਫਿਊ ਵਿੱਚ ਇਦਾਂ ਦੇ ਨਿਯਮ ਹਨ ਕਿ ਸਿੱਖਾਂ ਤੇ ਆਉਣ ਉੱਤੇ ਕੋਈ ਪਾਬੰਦੀ ਨਹੀਂ। ਅੰਮ੍ਰਿਤਸਰ ਆ ਲੈਣ ਦਿਓ, ਸਾਰੇ ਇਕੱਠੇ ਹੋ ਲੈਣ ਦਿਓ, ਫਿਰ ਇਕੱਠੇ ਮਾਰ ਦਿਆਂਗੇ। ਅੰਮ੍ਰਿਤਸਰ ਵਿੱਚ ਆਉਣ ਵਾਲਿਆਂ ਤੇ ਕੋਈ ਪਾਬੰਦੀ ਨਹੀਂ, ਪਰ ਅੰਮ੍ਰਿਤਸਰ ਸਾਹਿਬ ਤੋਂ ਜਾਣ ਵਾਲਿਆਂ ਤੇ ਸਾਰਿਆਂ ਤੇ ਪਾਬੰਦੀ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਲਾਹੌਰ ਦੀ ਧਰਤੀ ਤੇ ਸ਼ਹੀਦ ਹੋਏ, ਉਹਨਾਂ ਦੇ ਸ਼ਹੀਦੀ ਜੋੜ ਮੇਲੇ ਮੌਕੇ ਸਾਰੇ ਪੰਜਾਬੀਆਂ ਨੂੰ, ਸਾਰੇ ਇੰਡੀਅਨ ਲੋਕਾਂ ਨੂੰ ਪਾਕਿਸਤਾਨ ਦਾ ਵੀਜ਼ਾ ਨਹੀਂ ਮਿਲਦਾ, ਇਸ ਲਈ ਸਾਰੇ ਪੰਜਾਬੀ, ਸਾਰੇ ਗੁਰੂ ਨਾਨਕ ਨਾਮ ਲੇਵਾ ਸਿੱਖ ਜਿਹੜੇ ਪਾਕਿਸਤਾਨ ਨਹੀਂ ਜਾ ਸਕਦੇ, ਉਹਨਾਂ ਦੀ ਦਿਲੀ ਤਮੰਨਾ ਕਿ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਨੇ ਬਣਾਇਆ, ਸ਼ਾਹੀ ਮੀਆਂ ਮੀਰ ਵਰਗੇ ਮਹਾਂਪੁਰਖਾਂ ਨੂੰ ਉਹਨਾਂ ਨੇ ਅਦਬ ਦਿੱਤਾ, ਤੇ ਅਸੀਂ ਲਾਹੌਰ ਡੇਰਾ ਸਾਹਿਬ ਨਹੀਂ ਜਾ ਸਕਦੇ, ਪਰ ਅਸੀਂ ਅੰਮ੍ਰਿਤਸਰ ਸਾਹਿਬ ਤਾਂ ਜਾ ਹੀ ਸਕਦੇ ਹਾਂ। ਗੁਰੂ ਅਰਜਨ ਦੇਵ ਜੀ ਨੂੰ ਮੱਥਾ ਟੇਕਣ ਵਾਸਤੇ ਉਹਨਾਂ ਦੇ ਸ਼ਹੀਦੀ ਜੋੜ ਮੋਲੇ ਮੌਕੇ ਸੰਗਤ ਮੱਥਾ ਟੇਕਣ ਜਾ ਰਹੀ ਹੈ। ਕਰਫਿਊ ਅਜੀਬ ਕਿਸਮ ਦਾ, ਆਉਣ ਵਾਲਿਆਂ 'ਤੇ ਕੋਈ ਪਾਬੰਦੀ ਨਹੀਂ।
ਪਰ ਜਾਣ ਵਾਲਿਆਂ ਉੱਤੇ ਬਹੁਤ ਪਾਬੰਦੀਆਂ ਹਨ। ਕਰਫਿਊ ਕਿੱਦਾਂ ਦਾ? ਕਹਿੰਦੇ ਸ਼ਰਮਾਉਂਦੀ ਹੈ। ਇਸ ਕਰਫਿਊ ਦੇ ਵਿੱਚ ਗੁਰੂ ਰਾਮਦਾਸ ਲੰਗਰ ਦੇ ਭਾਂਡੇ ਚੋਰੀ ਹੋ ਗਏ। ਇਹ ਕਰਫਿਊ ਇੱਦਾਂ ਦਾ ਜਿਸ ਕਰਫਿਊ ਦੇ ਵਿੱਚ ਗੁਰੂ ਰਾਮਦਾਸ ਲੰਗਰ ਦੀਆਂ ਰਸਤਾਂ ਚੋਰੀ ਹੋ ਗਈਆਂ। ਇਹ ਕਰਫਿਊ ਇੱਦਾਂ ਦਾ ਕਿ ਇਸ ਕਰਫਿਊ ਵਿੱਚ ਸਿੱਖ ਕੌਮ ਦਾ ਅਹਿਮ ਖਜ਼ਾਨਾ ਸਿੱਖ ਰੈਫਰੈਂਸ ਲਾਇਬ੍ਰੇਰੀ ਲੁੱਟੀ ਗਈ। ਕਿੱਦਾਂ ਦਾ ਕਰਫਿਊ ਵੇਖਣਾ? ਇਹ ਕਰਫਿਊ ਇੱਦਾਂ ਦਾ ਸਿੱਖਾਂ 'ਤੇ ਪਾਬੰਦੀਆਂ, ਪਰ ਜਿਹੜੇ ਫੌਜ ਨੂੰ ਸ਼ਰਾਬ ਵੰਡਦੇ ਆ, ਲੱਡੂ ਵੰਡਦੇ ਆ, ਭੰਗੜਾ ਪਾਉਂਦੇ ਆ ਕਿ ਤੁਸੀਂ ਚੰਗਾ ਕੰਮ ਕਰਨਾ ਹੋ ਯਾਰ, ਉਹਨਾਂ ਉੱਤੇ ਕੋਈ ਪਾਬੰਦੀ ਨਹੀਂ ਹੈ, ਫਿਰ ਕਰਫਿਊ ਕਾਹਦਾ ਸੀ? ਇਹ ਤਾਂ ਮਜ਼ਾਕ ਸੀ ਸਿੱਖਾਂ ਦੇ ਨਾਲ। ਇੱਦਾਂ ਦਾ ਕਰਫਿਊ ਲੱਗਿਆ ਪੰਜਾਬ ਦੀ ਧਰਤੀ ਦੇ ਉੱਤੇ। ਸਤਸੰਗਤ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦੂਲੇ ਸ਼ੇਰਾਂ ਨੇ ਚਮਕੌਰ ਦੀ ਜੰਗ ਅੰਦਰ ਮੁੱਠੀ ਪਰ ਸਿੱਖਾਂ ਨੇ 10 ਲੱਖ ਦਾ ਮੁਕਾਬਲਾ ਕੀਤਾ ਸੀ। ਅਤੇ ਅੱਜ ਗੁਰੂ ਗੋਬਿੰਦ ਸਿੰਘ ਨਹੀਂ ਹੈ, ਗੁਰੂ ਗੋਬਿੰਦ ਸਿੰਘ ਦੇ ਨੈਣਾਂ ਦੇ ਨੂਰ ਗੁਰਮੁਖ ਪਿਆਰੇ ਹਨ। ਅਤੇ ਜੇ 10 ਲੱਖ ਨਾਲ ਬਾਪੂ ਲੜ ਸਕਦਾ ਹੈ ਅਤੇ ਬਾਪੂ ਦੇ ਪੁੱਤ ਫਿਰ 9 ਲੱਖ ਨਾਲ ਤਾਂ ਲੜ ਹੀ ਸਕਦੇ ਹਨ। ਫਿਰ ਬਾਪੂ ਦੇ ਪੁੱਤ ਜਿਹੜੇ ਨੇ ਉਹ 9 ਲੱਖ ਦੇ ਨਾਲ ਤਾਂ ਲੜ ਹੀ ਸਕਦੇ ਆ। ਇੱਕ ਦੋ ਗੱਲਾਂ ਹੋਰ, ਸਿੱਖਾਂ ਨੇ ਜਿੰਨੇ ਜੰਗ ਲੜੇ ਆ ਉਹਨਾਂ ਜੰਗਾਂ ਦੀ ਤਵਾਰੀਖ ਕਹਿੰਦੀ ਆ ਕਿ ਸਿੱਖ ਕਦੇ ਦੁਸ਼ਮਣ ਦੇ ਘਰ ਲੜਨ ਨਹੀਂ ਗਏ, ਦੁਸ਼ਮਣ ਸਾਡੇ ਘਰ ਲੜਨ ਆਇਆ। ਕਿਤੇ ਅੰਮ੍ਰਿਤਸਰ ਸਾਹਿਬ ਆ ਗਿਆ, ਕਿਤੇ ਸ਼੍ਰੀ ਹਰਗੋਬਿੰਦਪੁਰਾ ਸਾਹਿਬ ਆ ਗਿਆ, ਕਿਤੇ ਗੁਰੂਸਰ ਮਹਾਰਾਜ, ਮਹਾਰਾਜ ਤੋਂ ਬਾਪੂ ਦਰਸ਼ਨ ਸਿੰਘ ਬੈਠੇ ਆ, ਕਿਤੇ ਗੁਰੂਸਰ ਮਹਾਰਾਜ ਆ ਗਿਆ ਦੁਸ਼ਮਣ, ਸਤਸੰਗਤ ਕਿਤੇ ਕਰਤਾਰਪੁਰ ਸਾਹਿਬ ਆ ਗਿਆ, ਕਿਤੇ ਅਨੰਦਪੁਰ ਸਾਹਿਬ ਆ ਗਿਆ, ਕਿਤੇ ਚਮਕੌਰ ਸਾਹਿਬ ਆ ਗਿਆ, ਕਿਤੇ ਮੁਕਤਸਰ ਸਾਹਿਬ ਆ ਗਿਆ, ਦੁਸ਼ਮਣ ਸਾਡੇ ਘਰ ਲੜਨ ਆਇਆ, ਅਸੀਂ ਦੁਸ਼ਮਣ ਦੇ ਘਰ ਲੜਨ ਨਹੀਂ ਗਏ। ਅੰਮ੍ਰਿਤਸਰ ਸਾਹਿਬ ਅੱਜ ਦੁਸ਼ਮਣ ਆਇਆ ਹੈ। ਦੂਜੀ ਗੱਲ, ਘਰ ਹੈ ਦੁਸ਼ਮਣ ਨੂੰ ਸਿੱਖ ਸਮਝਾਉਂਦੇ ਆ ਕਿ ਕੁਝ ਤੇਰੇ ਮਰਨਗੇ, ਕੁਝ ਸਾਡਾ ਨੁਕਸਾਨ ਹੋਊਗਾ, ਬਹਿ ਕੇ ਗੱਲ ਕਰ ਲਾ। ਪਰ ਜਦੋਂ ਦੁਸ਼ਮਣ ਨਹੀਂ ਟਲਿਆ ਤੇ ਫਿਰ ਸਿੱਖਾਂ ਨੂੰ, ਸਿੱਖਾਂ ਦੇ ਗੁਰੂ ਨੇ ਕਿਹਾ ਹੋਇਆ ਕਿ ਚੂੰ ਕਰ ਅਜ ਹਮਾ ਹੀਲ ਤੇ ਦਰਗੁਜਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਇਹ ਫਾਰਸੀ ਦਾ ਸਲੋਕ ਹੈ, ਜਫਰਨਾਮਾ ਸਾਹਿਬ ਬਾਣੀ ਆ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇਹ ਲਿਖਤ ਹੈ। ਚੂੰ ਕਰ ਅਜ ਹਮਾ ਹੀਲ ਤੇ ਦਰਗੁਜਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਇਹਦਾ ਅਖਰੀ ਅਰਥ ਹੈ ਕਿ ਜਦੋਂ ਚਾਰੇ ਪਾਸੇ ਪਾਣੀ ਸਿਰੋਂ ਲੰਘ ਜਾਵੇ, ਮਨੁੱਖ ਦਾ ਧਰਮ ਹੈ ਕਿ ਮਾਲਾ ਬੜਾ ਹੱਥ ਕਿਰਪਾਨ ਦੀ ਮੁੱਠੀ ਦੇ ਉੱਤੇ ਰੱਖ ਲਵੇ। ਇੱਕ ਦੋ ਕਿਤਾਬਾਂ ਦਾ ਨਾਮ ਲੈਣ ਲੱਗਾ ਤੁਹਾਡੀ ਸੇਵਾ ਵਿੱਚ। ਇੱਕ ਕਿਤਾਬ ਪਹਿਲਾਂ ਜਿਹਦਾ ਨਾਮ ਲਵਾਂਗਾ, ਮੈਂ ਪਹਿਲਾਂ ਦੱਸਦਾ ਕਿ ਉਹ ਕਿਤਾਬ ਬਹੁਤੀ ਪੜ੍ਹਨ ਯੋਗ ਨਹੀਂ ਹੈ, ਉਹ ਕਿਤਾਬ ਨਾ ਪੜ੍ਹਿਓ। ਅਤੇ ਜੇ ਕਿਸੇ ਨੇ ਜ਼ਰੂਰ ਪੜ੍ਹਨੀ ਆ, ਫਿਰ ਦੂਸਰੀ ਕਿਤਾਬ ਦਾ ਨਾਮ ਲਵਾਂਗਾ, ਉਹ ਦੂਸਰੀ ਕਿਤਾਬ ਪਹਿਲਾਂ ਪੜ੍ਹਿਓ। ਤਾਂ ਜਿਹੜਾ ਮੈਂ ਪਹਿਲਾਂ ਨਾਮ ਬੋਲ ਰਿਹਾ ਇਹਨੂੰ ਬਾਅਦ ਵਿੱਚ ਪੜ੍ਹਿਓ, ਪਹਿਲਾਂ ਨਾ ਪੜ੍ਹ ਲਿਓ ਕਿਤੇ। ਕਿਤਾਬ ਜਿਹੜੀ ਹੈ, ਕਿਤਾਬ ਦਾ ਨਾਮ ਹੈ ਅਸਲ ਕਹਾਣੀ ਸਾਕਾ ਨੀਲਾ ਤਾਰਾ। ਬਹੁਤੀ ਪੜ੍ਹਨ ਯੋਗ ਪੁਸਤਕ ਨਹੀਂ ਹੈ, ਐਵੇਂ ਨਾ ਭੱਜ ਕੇ ਖਰੀਦਣ ਚਲ ਜਾਇਓ। ਇਹਦੇ ਵਿੱਚ ਬੜਾ ਕੁਝ ਬਕਵਾਸ ਲਿਖਿਆ ਹੋਇਆ ਉਹਨੇ। ਇਸ ਕਿਤਾਬ ਦਾ ਲਿਖਾਰੀ ਹੈ ਕੁਲਦੀਪ ਬਰਾੜ। ਕੁਲਦੀਪ ਬਰਾੜ ਜਿਹੜਾ ਲੈਫਟੀਨੈਂਟ ਜਨਰਲ ਹੈ, 3 ਲੱਖ ਫੌਜਾਂ ਦੀ ਕਮਾਂਡ ਕਰਦਾ ਆ ਰਿਹਾ। ਇਹ ਬਹੁਤ ਵੱਡਾ ਡਰਾਮਾ ਸੀ ਸਤਸੰਗਤ। ਮੇਰੇ ਕੋਲ ਸਮਾਂ ਨਹੀਂ ਕਿ ਮੈਂ ਲੰਬੇ ਬਹਿਣ ਵਿੱਚ ਪਵਾਂ। ਮਰਨ ਵਾਲੇ ਵੀ ਸਿੱਖ, ਮਾਰਨ ਵਾਲੇ ਵੀ ਸਿੱਖ। ਦੇਖੋ ਕੁਲਦੀਪ ਬਰਾੜ ਸਿੱਖਾਂ ਦੇ ਘਰ ਜਨਮਿਆ, ਕੁਲਦੀਪ ਸਿੰਘ ਬਰਾੜ, ਰਣਜੀਤ ਦਿਆਲ, ਰਣਜੀਤ ਸਿੰਘ ਦਿਆਲ ਉਹਦਾ ਪੂਰਾ ਨਾਮ ਹੈ। ਮਰਨ ਵਾਲੇ ਵੀ ਸਿੱਖ, ਮਾਰਨ ਵਾਲੇ ਵੀ ਸਿੱਖ। ਜਦੋਂ ਪਾਰਲੀਮੈਂਟ ਵਿੱਚ ਮੁਆਫੀ ਮੰਗਣ ਦੀ ਵਾਰੀ ਆਉਣੀ ਆ, ਉਦੋਂ ਵੀ ਇੱਕ ਸਿੱਖ ਪ੍ਰਧਾਨ ਮੰਤਰੀ ਨੂੰ ਕਿਹਾ ਜਾਣਾ, ਮਨਮੋਹਨ ਸਿੰਘ ਤੂੰ ਮਾਫੀ ਮੰਗ ਅੱਗੇ ਹੋ ਕੇ। ਤੇ ਮਨਮੋਹਨ ਸਿੰਘ ਤੋਂ ਪਹਿਲਾਂ ਹੋਰ ਪ੍ਰਧਾਨ ਮੰਤਰੀ ਨਹੀਂ ਹੋਏ। ਇੰਦਰਾ ਗਾਂਧੀ ਆਪ ਕਿੰਨੇ ਮਹੀਨੇ ਜਿਉਂਦੀ ਰਹੀ ਹੈ, ਉਹ ਮਾਫੀ ਮੰਗਦੀ, ਰਾਜੀਵ ਗਾਂਧੀ ਮੰਗਦਾ। ਉਸ ਤੋਂ ਬਾਅਦ ਐਚ ਡੀ ਦੇਵ ਗੌੜਾ ਸੀ,
ਚੰਦਰ ਸ਼ੇਖਰ ਆਜ਼ਾਦ ਸੀ, ਪੀ ਵੀ ਨਰਸਿਮਾ ਰਾਓ ਸੀ, ਇੰਦਰ ਕੁਮਾਰ ਗੁਜਰਾਲ ਸੀ, ਕਿੰਨੇ ਪ੍ਰਧਾਨ ਮੰਤਰੀ ਹੋ ਗੁਜ਼ਰੇ। ਤਾਂ ਜਦੋਂ ਮੁਆਫ਼ੀ ਮੰਗਣ ਦੀ ਵਾਰੀ ਆਈ ਤਾਂ ਸਿੱਖ ਪ੍ਰਧਾਨ ਮੰਤਰੀ ਨੂੰ ਕਿਹਾ, ਮਨਮੋਹਨ ਸਿੰਘ ਤੂੰ ਮੁਆਫ਼ੀ ਮੰਗ, ਮਰਨ ਵੀ ਸਿੱਖ ਮਾਰਨ ਵੀ ਸਿੱਖ ਅਤੇ ਮੁਆਫ਼ੀ ਵੀ ਸਿੱਖ ਮੰਗਣ। ਇਹਨੂੰ ਕਹਿੰਦੇ ਨੇ ਰਾਜਨੀਤੀ ਦਾ ਡਰਾਮਾ, ਇਹ ਹੈ ਰਾਜਨੀਤੀ ਦਾ ਡਰਾਮਾ। ਕੁਲਦੀਪ ਬਰਾੜ, ਕੁਲਦੀਪ ਬਰਾੜ ਦੀ ਇਹ ਲਿਖੀ ਕਿਤਾਬ ਹੈ ਅਸਲ ਕਹਾਣੀ ਸਾਕਾ ਨੀਲਾ ਤਾਰਾ, ਮੈਂ ਉਹਦੇ ਵਿੱਚੋਂ ਦੋ ਤਿੰਨ ਗੱਲਾਂ ਕਹਿਣੀਆਂ। ਪਰ ਨਾਲ ਬੇਨਤੀ ਕਰਦੇ ਹਾਂ ਕਿ ਕਿਤਾਬ ਇਹ ਜੇ ਕਿਸੇ ਨੇ ਪੜ੍ਹਨੀ ਆ ਤਾਂ ਇੱਕ ਕਿਤਾਬ ਜ਼ਰੂਰ ਪੜ੍ਹੋ, ਇੱਕ ਕਿਤਾਬ ਜ਼ਰੂਰ ਪੜ੍ਹੋ, ਜਾਂ ਬਾਜ ਰਾਖਾ, ਇਹ ਆਰ ਦਰਸ਼ੀ ਉਹਦਾ ਲਿਖਾਰੀ ਆ, 50 ਰੁਪਏ ਦੀ ਕਿਤਾਬ ਆਉਂਦੀ ਹੈ। ਇੱਕ ਜ਼ਰੂਰੀ ਅਨਾਊਂਸਮੈਂਟ ਆ ਗਈ ਜੀ, ਵੀ 2 ਵਜੇ ਤੱਕ ਖੂਨਦਾਨ ਕੈਂਪ ਚੱਲਣਾ, ਤਾਂ ਜਿਹੜਾ ਕੋਈ ਖੂਨਦਾਨ ਕਰਨ ਵਾਸਤੇ ਵੀਰ ਭੈਣ ਆਇਆ ਹੋਇਆ ਉਹ ਇਹ ਨਾ ਵੇਖੀ ਜਾਵੇ ਵੀ ਡਾਕਟਰਾਂ ਕੋਲ ਤਾਂ ਹਾਲੇ ਵਿਹਲੇ ਨਹੀਂ, ਖੂਨ ਦੇਣ ਵਾਲੇ ਬਾਹਲੇ ਨੇ, ਅਤੇ 2 ਵਜੇ ਤੱਕ ਐਂਟਰੀ ਹੋਣੀ ਆ, ਜਿਹਨੇ ਜਿਹਨੇ ਨਾਮ ਲਿਖਾਉਣਾ, ਬਾਅਦ ਵਿੱਚ ਭਾਵੇਂ ਖੂਨ ਕੱਢੀ ਡਾਕਟਰ 5 ਵਜੇ ਤੱਕ ਜਾਣ, ਪਰ 2 ਵਜੇ ਤੋਂ ਬਾਅਦ ਕਿਸੇ ਦਾ ਨਾਮ ਨਹੀਂ ਲਿਖਿਆ ਜਾਣਾ। ਅਤੇ ਤੁਹਾਨੂੰ ਬੇਨਤੀ ਆ ਵੀ ਜਿਹੜੇ ਜਿਹੜੇ ਆਏ ਖੂਨ ਦੇਣ ਵਾਸਤੇ ਉਹ ਖੂਨਦਾਨ ਕੈਂਪ ਵਿੱਚ ਆਪਣਾ ਨਾਮ ਜ਼ਰੂਰ ਦਰਜ ਕਰਵਾ ਲਓ, 2 ਵਜੇ ਐਂਟਰੀ ਬੰਦ ਹੋ ਜਾਣੀ। ਮੈਂ ਆਪਣੀ ਗੱਲ ਹੋਰ ਪਾਸੇ ਨਾਲ ਲੈ ਕੇ ਜਾਵਾਂ, ਅਸਲ ਕਹਾਣੀ ਸਾਕਾ ਨੀਲਾ ਤਾਰਾ ਕਿਤਾਬ ਬਾਅਦ ਵਿੱਚ ਪੜ੍ਹਿਓ, ਪਹਿਲਾਂ ਕਿਤਾਬ ਪੜ੍ਹਿਓ, ਜਾਂ ਬਾਜ ਰਾਖਾ ਏ ਆਰ ਦਰਸ਼ੀ ਦੀ ਲਿਖੀ ਹੈ। ਉਹ ਅਸਲ ਕਹਾਣੀ ਸਾਕਾ ਨੀਲਾ ਤਾਰਾ ਦੇ ਵਿੱਚੋਂ 2 ਗੱਲਾਂ ਬੋਲਣ ਲੱਗਾ। ਕੁਲਦੀਪ ਬਰਾੜ ਕਹਿੰਦਾ ਸਾਨੂੰ ਮੈਡਮ ਨੇ 3-4 ਖੁੱਲਾਂ ਦਿੱਤੀਆਂ। ਪਹਿਲੀ ਖੁੱਲ, ਤੁਸੀਂ ਦਰਬਾਰ ਸਾਹਿਬ ਜੁੱਤੀ ਪਾ ਕੇ ਜਾ ਸਕਦੇ ਹੋ, ਤੁਸੀਂ ਜੁੱਤੀ ਪਾ ਕੇ ਅਕਾਲ ਤਖ਼ਤ 'ਤੇ ਜਾ ਸਕਦੇ ਹੋ, ਤੁਹਾਨੂੰ ਜੋੜੇ ਖੁੱਲਣ ਦੀ ਲੋੜ ਨਹੀਂ। ਦੂਸਰੀ ਖੁੱਲ ਹੈ ਕਿ ਤੁਸੀਂ ਨਿਰਦੋਸ਼ ਸੰਗਤਾਂ ਨੂੰ ਬੰਨਣਾ, ਨੂੜਨਾ, ਅਤੇ ਜੇ ਕੋਈ ਅੱਖਾਂ ਦਿਖਾਵੇ ਗੋਲੀ ਮਾਰਨੀ ਆ, ਜੇ ਕੋਈ ਅੱਖਾਂ ਨਹੀਂ ਦਿਖਾਉਂਦਾ ਤਾਂ ਉਹਨਾਂ ਨੂੰ ਨੂੜ ਕੇ ਧੁੱਪੇ ਸੁੱਕਣੇ ਪਾਉਣਾ ਅਤੇ ਪਾਣੀ ਨਹੀਂ ਪੀਣ ਨੂੰ ਦੇਣਾ। ਅਤੇ ਜੇ ਕੋਈ ਪੁੱਛੇ, ਜੇ ਕੋਈ ਕਹੇ ਵੀ ਪਾਣੀ ਪੀਣਾ ਤਾਂ ਰਫਲ ਦਾ ਬੱਟ ਮਾਰ ਕੇ ਕਹਿਣਾ, ਪਹਿਲੇ ਤੋਂ ਬੋਲਤਾ ਥਾ ਹਰਿਆਣੇ ਕੋ ਪਾਣੀ ਨਹੀਂ ਦੇਣਾ ਤੋ ਅਬ ਪਾਣੀ ਮੰਗਤਾ ਹੈ। ਆ ਬੰਦੂਕ ਦਾ ਬੱਟ ਮਾਰ ਕੇ ਕਹਿਣਾ ਪਾਣੀ ਨਹੀਂ ਦੇਣਾ ਪੀਣ ਵਾਸਤੇ। ਉਹਨਾਂ ਦਿਨਾਂ ਵਿੱਚ ਸਿੱਖਾਂ ਨੂੰ ਪਾਣੀ ਨਹੀਂ ਦੇਣਾ ਜਿਸ ਦਿਨ ਸਿੱਖ ਕੌਮ ਠੰਡੇ ਮਿੱਠੇ ਜਲ ਦੀ ਛਪੀਲ ਲਾਉਂਦੀ ਹੈ। ਸਿੱਖ ਕੌਮ ਪੂਰੀ ਦੁਨੀਆਂ ਨੂੰ ਜਲ ਛਕਾਉਂਦੀ ਆ, ਰਾਹ ਰੋਕ ਰੋਕ ਕੇ ਕਹਿੰਦੀ ਭਾਈ ਜਲ ਛੱਕ ਕੇ ਜਾਇਓ, ਪਰ ਸਾਨੂੰ ਕਹਿੰਦੇ ਪਾਣੀ ਨਹੀਂ ਦੇਣਾ। ਇਹ ਕੁਲਦੀਪ ਬਰਾੜ ਆਪ ਲਿਖਦਾ ਕਿ ਸਾਨੂੰ ਮੈਡਮ ਵੱਲੋਂ ਆਹ ਹਦਾਇਤਾਂ ਹੋਈਆਂ। ਇੱਕ ਹਦਾਇਤ ਬਾਹਲੀ ਭੈੜੀ ਉਹ ਲਿਖਦਾ ਹੈ, ਜਿਹਨੂੰ ਕਹਿੰਦੇ ਆ ਸ਼ਰਮ ਆਉਂਦੀ ਹੈ। ਮੈਂ ਸੰਗਤ ਕੋਲੋਂ ਮਾਫ਼ੀ ਮੰਗ ਕੇ ਕਹਿੰਦਾ, ਕਹਿੰਦਾ ਸਾਨੂੰ ਖੁੱਲ੍ਹ ਹੈ ਕਿ ਕਿਸੇ ਫੌਜੀ ਕਰਮਚਾਰੀ ਦੀ ਕਿਸੇ ਸਿੱਖ ਲੜਕੀ ਨੂੰ ਵੇਖ ਕੇ ਅੱਖ ਮੈਲੀ ਹੋ ਜਾਵੇ, ਕਿਸੇ ਦੇ ਵਿਚਾਰ ਮਾੜੇ ਹੋ ਜਾਣ, ਮਨ ਵਿੱਚ ਮੈਲ ਆ ਜਾਏ, ਤਾਂ ਉਸ ਫੌਜੀ ਕਰਮਚਾਰੀ ਦਾ ਕੋਰਟ ਮਾਰਸ਼ਲ ਨਹੀਂ ਕੀਤਾ ਜਾਏਗਾ। ਐਡੀ ਵੱਡੀ ਦਰਿੰਦਗੀ ਸਿੱਖਾਂ ਦੇ ਨਾਲ, ਐਡਾ ਵੱਡਾ ਧੱਕਾ ਸਿੱਖਾਂ ਦੇ ਨਾਲ, ਆਹ ਕੁਝ ਸਰਕਾਰ ਦੇ ਮਨਸੂਬੇ ਹਨ। ਜਦੋਂ ਸਰਕਾਰ ਨੇ ਚਾਰੇ ਪਾਸੇ ਘੇਰਾ ਪਾ ਲਿਆ ਤਾਂ ਮੋਹਰੇ ਜਰਨੈਲਾਂ ਦਾ ਜਰਨੈਲ ਸੂਰਮਾ, ਜਿਹੜੀ ਤੋਰ ਜਰਨੈਲਾਂ ਵਾਲੀ, ਜਿਹਦੀ ਮੜਕ ਤੇ ਬੜਕ ਜਰਨੈਲਾਂ ਵਾਲੀ, ਜਿਹਨੂੰ ਲੋਕ ਸੁਣਦੇ ਸਨ, ਜਿਹਦੀ ਤਸਵੀਰ ਤੋਂ ਅੱਜ ਦੁਸ਼ਮਣ ਡਰਦਾ ਹੈ, ਜਿਹਦੀ ਤਕਰੀਰ ਤੋਂ ਵੈਰੀ ਡਰਦਾ ਹੈ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਰਕੇ ਸਿੰਘਾਂ ਨੂੰ ਇਕੱਠੇ ਉਹ ਕਹਿ ਰਹੇ ਨੇ, ਕਹਿੰਦੇ ਗੁਰਮੁਖ ਪਿਆਰਿਓ, ਜੇ ਕਿਸੇ ਨੇ ਜਾਣਾ ਤਾਂ ਜੀ ਸੱਦ ਕੇ ਜਾ ਸਕਦਾ, ਭਲਕੇ ਮੈਂ ਇਹ ਨਾ ਸੁਣਾ ਕਿ ਭਿੰਡਰਾਂ ਵਾਲੇ ਨੇ ਬੰਨ ਕੇ ਸਾਰੇ ਮਰਵਾ ਦਿੱਤੇ ਹੈ। ਜੇ ਕਿਸੇ ਦਾ ਜਾਣ ਨੂੰ ਦਿਲ ਕਰਦਾ ਉਹ ਜਾ ਸਕਦਾ, ਆਪਣੇ ਘਰ ਨੂੰ ਆਪਣੇ ਪਰਿਵਾਰ ਦਾ ਮੋਹ ਕਿਸੇ ਦਾ ਜਾਗਦਾ ਤਾਂ ਜਾ ਸਕਦਾ, ਪਹਿਲ ਨਹੀਂ ਕਰਨੀ ਤੇ ਉਧਾਰ ਵੀ ਨਹੀਂ ਰੱਖਣਾ। ਜਦੋਂ ਦਰਬਾਰ ਸਾਹਿਬ ਤੇ ਪਹਿਲੀ ਗੋਲੀ ਚੱਲ ਗਈ
ਤਾਂ ਸਮਝਿਓ ਖਾਲਸਾ ਰਾਜ ਦੀ ਨੀਂਹ ਰੱਖੀ ਗਈ। ਸਮਝ ਲਿਓ ਖਾਲਸਾ ਰਾਜ ਦੀ ਨੀਂਹ ਰੱਖੀ ਗਈ। ਤੇ ਆਪਾਂ ਪਹਿਲ ਕਰਨੀ ਨਹੀਂ, ਉਧਾਰ ਰੱਖਣਾ ਨਹੀਂ। ਨਹਿਰੂ ਦੀ ਕੁੜੀ ਬੇਈਮਾਨ ਹੋ ਗਈ ਆ, ਤੇ ਹੁਣ ਉਹਦੀ ਬੇਈਮਾਨੀ ਦਾ ਖਮਿਆਜ਼ਾ ਭੁਗਤਣ ਵਾਸਤੇ ਲਹੂ ਦੇਣਾ ਪੈਣਾ, ਆਪਣਾ ਲਹੂ ਪਾਣੀ ਦੀ ਤਰ੍ਹਾਂ ਵਹਾਉਣਾ ਪੈਣਾ। 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਸਿੰਘਾਂ ਦੇ ਨਾਲ ਗੁਰਮਤਿ ਕਰਦਿਆਂ ਜਿਹੜੀਆਂ ਗੱਲਾਂ ਕੀਤੀਆਂ, ਉਹਨਾਂ ਗੱਲਾਂ ਨੂੰ ਆਪ ਜੀ ਦੀ ਸੇਵਾ ਵਿੱਚ ਕੜਿਆਣੇ ਵਾਲਾ ਢਾਡੀ ਜੱਥਾ ਇਉਂ ਪੇਸ਼ ਕਰਦਾ ਹੈ।
ਪਰਕਰਮਾ ਚ ਆ ਗਿਆ, ਫੌਜੀ ਜਿਹੜਾ ਪਰਕਰਮਾ ਚ ਆ ਗਿਆ, ਭਿੰਡਰਾ ਵਾਲੇ ਜਰਨੈਲ ਸਿੰਘ ਖਾਲਸੇ ਨੇ ਐਸੀ ਕੌਮ ਨੂੰ ਪਾਣਾ ਚੜਾ ਦਿੱਤੀ। ਲਾੜੀ ਮਾਤ ਵੀ ਆਉਣੀ ਸਿਖਾ ਦਿੱਤੀ, ਗੁਣ ਪੰਜਾਬੀਆਂ ਦਾ ਉਹਨੇ ਗਰਮ ਕੀਤਾ, ਕਿਹਾ ਸਿੰਘੋ ਸੰਭਾਲੋ ਦਸਤਾਰ ਤਾਈ, ਖੈਰੇ ਕੋਕਰੀ ਹੱਕਾਂ ਨੂੰ ਲੈਣ ਦੇ ਲਈ ਅੱਜ ਜੋ ਕਿਲਾ ਹੱਥ ਹਥਿਆਰ ਤਾਈ, ਅੱਜ ਜੋ ਕਿਲਾ ਹੱਥ ਹਥਿਆਰ ਤਾਈ। ਫੌਜੀ ਜਿਹੜਾ ਪਰਕਰਮਾ ਚ ਆ ਗਿਆ, ਤੇਰੀ ਉਸ ਦੀ ਭੁਗਤ ਸਵਾਰ, ਤੇਰੀ ਉਸ ਦੀ ਭੁਗਤ ਸਵਾਰ, ਤੇਰੀ ਉਸ ਦੀ ਭੁਗਤ ਸਵਾਰ। ਪਹਿਲਾਂ ਗੋਲੀ ਕਿਸੇ ਉੱਤੇ ਨੇ ਚਲਾਵਣੀ, ਪਹਿਲਾਂ ਗੋਲੀ ਕਿਸੇ ਉੱਤੇ ਨਹੀਂ ਚਲਾਵਣੀ, ਪਹਿਲਾਂ ਗੋਲੀ ਕਿਸੇ ਉੱਤੇ ਨਹੀਂ ਚਲਾਵਣੀ। ਚੋਹਨ ਵੇਖਦੇ ਬੈਠੇ ਸੱਚਖੰਡ ਵਿੱਚੋਂ ਹਨ ਵੇਖਦੇ, ਵੀਰੀ ਆਪਣੇ ਅਜੀਤ ਜਿਜਾਰ, ਵੀਰੀ ਆਪਣੇ ਅਜੀਤ ਜਿਜਾਰ। ਕਹਿੰਦੀ ਸੁਣ ਕਟਿਆਣਾ ਕਹੇ ਸੂਰਿਆ ਹਾ, ਹਾ ਹਾ ਹਾ।
ਨੀ ਸੁਣ ਕਢਿਆਣਾ ਕਹੇ ਸੂਰਿਆ ਰੂਪ ਕਾਲ ਦੇ ਸਿੰਗਾਲ ਤਾਰਾ ਰੂਪ ਕਾਲ ਦੇ ਸਿੰਗਾਲ ਤਾਰ ਰੂਪ ਕਾਲ ਦੇ ਸਿੰਗਾਲ ਤਾਰ ਰੂਪ ਕਾਲ ਦੇ ਸਿੰਗਾਲ ਤਾਰਿਆ ਜਿਹੜੀ ਮੈਂ ਵਾਰਤਾ ਆਪ ਜੀ ਸੇਵਾ ਚ ਕਹਿ ਰਿਹਾ ਕਿ 9 ਲੱਖ ਫੌਜ ਚੜ ਕੇ ਆਈ ਹੈ ਤੇ ਫੌਜ ਜਿਹੜੀ ਚੜ ਕੇ ਆਈ ਹੈ ਫੜਨ ਪਤਾ ਕਿਹਨਾਂ ਨੂੰ ਆਈ ਹੈ ਤੁਸੀਂ ਹੈਰਾਨ ਹੋਵੇਗੇ ਜਿਹਨਾਂ ਉੱਤੇ ਪਰਚਾ ਹੀ ਦਰਜ ਕੋਈ ਨਹੀਂ ਹੋਇਆ ਹੋਇਆ ਜਿਹਨਾਂ ਉੱਤੇ ਕੋਈ ਪਰਚਾ ਨਹੀਂ ਹੈ ਯਾਦ ਰੱਖਣਾ ਸੰਤ ਜਰਨੈਲ ਸਿੰਘ ਕਿਸੇ ਕੇਸ ਦਾ ਭਗੌੜਾ ਨਹੀਂ ਸੀ ਕਿਸੇ ਅਦਾਲਤ ਦਾ ਬਾਗੀ ਨਹੀਂ ਸੀ ਕਿਸੇ ਥਾਣੇ ਦਾ ਉਹ ਪੀਓ ਨਹੀਂ ਸੀ ਸੰਤ ਜਰਨੈਲ ਸਿੰਘ ਦੇ ਉੱਤੇ ਕਿਹੜਾ ਪਰਚਾ ਦਰਜ ਸੀ ਸਰਕਾਰ ਹਾਲੇ ਤੱਕ ਦੱਸ ਨਹੀਂ ਸਕੀ ਦਲ ਖਾਲਸਾ ਵਾਲਿਆਂ ਨੇ ਸ਼ਹੀਦੀ ਡਾਇਰੈਕਟਰੀ ਛਾਪੀ ਆ ਉਹ ਸ਼ਹੀਦੀ ਡਾਇਰੈਕਟਰੀ ਦੇ ਵਿੱਚ ਉਹਨਾਂ ਨੇ ਸਾਰੇ ਸ਼ਹੀਦਾਂ ਦੀਆਂ ਫੋਟੋਆਂ ਵੀ ਛਾਪੀਆਂ ਅਤੇ ਇਕੱਲੇ ਇਕੱਲੇ ਸ਼ਹੀਦ ਦਾ ਉਹਨਾਂ ਨੇ ਐਡਰੈਸ ਵੀ ਲਿਖਿਆ ਵੀ ਇਸ ਪਿੰਡ ਤੋਂ ਆਹ ਗੁਰਮੁਖ ਰੂਹ ਨਾਮ ਜਪਣ ਵਾਲੀ ਸ਼ਹੀਦ ਹੋਈ ਹੈ ਅਤੇ ਉਹਨਾਂ ਦੀਆਂ ਤਸਵੀਰਾਂ ਵੀ ਛਪੀਆਂ ਸਰਕਾਰ ਅੱਜ ਤੱਕ ਕਿਸੇ ਇੱਕ ਵੀ ਸ਼ਹੀਦ ਉੱਤੇ ਸਾਬਤ ਨਹੀਂ ਕਰ ਸਕੀ ਕਿ ਸਾਨੂੰ ਆਹ ਇਸ ਕੇਸ ਦਾ ਇਹ ਲੋੜੀਂਦਾ ਸੀ ਕਿਹੜੇ ਕੇਸ ਦਾ ਬਾਗੀ ਸੀ ਸਰਕਾਰ ਇਹ ਗੱਲ ਦੱਸ ਹੀ ਨਹੀਂ ਸਕੀ ਇਹ ਗੱਲ ਹੋਰ ਕਵਾਂ ਜੇ ਸਰਕਾਰ ਨੂੰ ਕੁਝ ਲੋੜੀਂਦੇ ਬੰਦੇ ਅੰਮ੍ਰਿਤਸਰ ਸਾਹਿਬ ਸ਼ੱਕ ਸੀ ਵੀ ਅੰਮ੍ਰਿਤਸਰ ਸਾਹਿਬ ਉਹ ਬੰਦੇ ਲੁਕੇ ਨੇ ਜਿਹੜੇ ਸਰਕਾਰ ਨੂੰ ਚਾਹੀਦੇ ਹਨ ਤਾਂ ਕੀ ਉਹਨਾਂ ਨੂੰ ਫੜਨ ਦਾ ਤਰੀਕਾ ਇਹ ਹੋਣਾ ਚਾਹੀਦਾ ਸੀ ਸਰਕਾਰ ਦਾ ਸਰਕਾਰ ਸਭ ਤੋਂ ਪਹਿਲਾਂ ਧਰਮਯੁੱਧ ਮੋਰਚੇ ਦੇ ਜਿਹੜੇ ਸੰਚਾਲਕ ਸਨ ਉਹਨਾਂ ਨੂੰ ਲਿਸਟ ਦਿੰਦੀ ਕਿ ਭਾਈ ਆਹ ਬੰਦੇ ਸਾਨੂੰ ਚਾਹੀਦੇ ਆ ਤੁਹਾਡੇ ਕੋਲ ਲੁਕੇ ਆ ਅਤੇ ਕਿਰਪਾ ਕਰਕੇ ਆਪ ਹੀ ਫੜਾ ਦਿਓ ਸਾਰੀ ਸੰਗਤ ਦਾ ਨੁਕਸਾਨ ਨਾ ਹੋਵੇ ਧਰਮਯੁੱਧ ਮੋਰਚੇ ਦੇ ਆਗੂ ਜੇ ਇਹ ਕੁਝ ਨਾ ਕਰਦੇ ਤਾਂ ਫਿਰ ਸਰਕਾਰ ਅਕਾਲ ਤਖਤ ਦੇ ਜਥੇਦਾਰ ਕੋਲੋਂ ਹੁਕਮਨਾਮਾ ਜਾਰੀ ਕਰਵਾ ਦਿੰਦੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਮਾਈਕ ਫੜ ਕੇ ਅਨਾਊਂਸਮੈਂਟ ਕਰਦੇ ਵੀ ਭਾਈ ਤਖਤ ਸਾਹਿਬ ਵੱਲੋਂ ਹੁਕਮ ਹੈ ਵੀ ਆਹ ਬੰਦੇ ਇਹਨਾਂ ਨੂੰ ਬਾਹਰ ਸਰਕਾਰ ਉਡੀਕਦੀ ਆ ਫੌਜ ਉਡੀਕਦੀ ਹੈ ਇਹਨਾਂ ਬੰਦਿਆਂ ਦੇ ਕਾਰਨ ਕਿਤੇ ਸੰਗਤ ਦਾ ਨੁਕਸਾਨ ਨਾ ਹੋਵੇ ਅਕਾਲ ਤਖਤ ਦਾ ਹੁਕਮ ਆਵੇ ਇੱਥੋਂ ਨਿਕਲ ਜਾਓ ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਕਰਵਾ ਲੈਂਦੇ ਸਤ ਸੰਗਤ ਅਗਲੀ ਗੱਲ ਜੇ ਅਕਾਲ ਤਖਤ ਦੇ ਸਿੰਘ ਸਾਹਿਬ ਵੀ ਇਹ ਕੁਝ ਕਰਨ ਲਈ ਤਿਆਰ ਨਹੀਂ ਸੀ ਤਾਂ ਫਿਰ ਸਰਕਾਰ ਘੇਰਾਬੰਦੀ ਕਰ ਲੈਂਦੀ ਸਰਕਾਰ ਨੂੰ ਜੇ ਲੋੜੀਂਦੇ ਬੰਦੇ ਪਹਿਲੀ ਗੱਲ ਤਾਂ ਮੈਂ ਇਸ ਸਟੇਜ ਉੱਤੇ ਖਲੋ ਕੇ ਕਹਿੰਦਾ ਅਸੀਂ ਜੁਝਾਰੂ ਸ਼ਹੀਦਾਂ ਨੂੰ ਅਤੇ ਜੁਝਾਰੂ ਸ਼ਰਧਾਲੂਆਂ ਨੂੰ ਅਸੀਂ ਅੱਤਵਾਦੀਏ ਨਹੀਂ ਮੰਨਦੇ ਪਰ ਜੇ ਸਰਕਾਰ ਉਹਨਾਂ ਨੂੰ ਅੱਤਵਾਦੀਏ ਮੰਨਦੀ ਹੈ ਤਾਂ ਸਰਕਾਰ ਦੀ ਸੋਚ ਮੁਤਾਬਕ ਹੀ ਗੱਲ ਕਹਿੰਦਾ ਕਿ ਜੇ ਕਿਤੇ ਅੱਤਵਾਦੀਏ ਵੜ ਜਾਣ ਸਰਕਾਰ ਉਹਨਾਂ ਨੂੰ ਇਸ ਤਰੀਕੇ ਨਾਲ ਫੜਦੀ ਹੁੰਦੀ ਹੈ ਬੰਬਈ ਦੇ ਤਾਜ ਹੋਟਲ ਵਿੱਚ 2008 ਦੇ ਵਿੱਚ ਅੱਤਵਾਦੀਏ ਵੜ ਗਏ ਕੀ ਤਾਜ ਹੋਟਲ ਢਾ ਦਿੱਤਾ ਇੱਕ ਇੱਟਨੀ ਢੱਠੀ ਉਹ ਤਾਜ ਹੋਟਲ ਦੀ ਗੁਜਰਾਤ ਦੇ ਵਿੱਚ ਗਾਂਧੀ ਨਗਰ ਸ਼ਹਿਰ ਹੈ ਅਤੇ ਉੱਥੇ ਅਕਸ਼ਰਧਾਮ ਮੰਦਿਰ ਹੈ ਅਕਸ਼ਰਧਾਮ ਮੰਦਿਰ ਦੇ ਵਿੱਚ 24 ਸਤੰਬਰ 2002 ਨੂੰ ਅੱਤਵਾਦੀਏ ਵੜ ਗਏ ਉਹ ਅੱਤਵਾਦੀਆਂ ਕੋਲੋਂ ਮੰਦਿਰ ਖਾਲੀ ਕਰਵਾਉਣ ਵਾਸਤੇ ਕੀ ਇਹਨਾਂ ਨੇ ਮੰਦਿਰ ਢਾ ਦਿੱਤਾ ਕੀ ਮੰਦਿਰ ਡੇਗ ਦਿੱਤਾ ਕੀ ਮੰਦਿਰ ਤੇ ਟੈਂਕ ਚਲਾ ਦਿੱਤੇ ਇੱਕ ਇੱਟ ਤੱਕ ਨਹੀਂ ਮੰਦਿਰ ਦੀ ਸਤ ਸੰਗਤ ਤੋੜੀ ਗਈ ਮੰਦਿਰ ਦੇ ਉੱਤੇ ਇੱਕ ਗੋਲੀ ਨਹੀਂ ਚੱਲੀ ਪਰ ਇਹ ਸ਼ੰਕਰਾਚਾਰੀਆਂ ਦੇ ਚੇਲਿਆਂ ਨੂੰ ਅੰਮ੍ਰਿਤਸਰ ਸਾਹਿਬ ਆ ਕੇ ਕੀ ਦੌਰਾ ਪੈ ਗਿਆ ਸੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਦੇ ਉੱਤੇ ਆ ਕੇ ਇਹਨਾਂ ਨੇ ਆਪਣੇ ਅਕਲ ਦੀ ਅਰਥੀ ਕਿਉਂ ਕੱਢੀ ਹੈ ਇਹ ਗੱਲ ਹੋਰ ਕਮਾ ਤੁਹਾਡੇ ਵਿੱਚ ਹੋ ਸਕਦਾ ਆਰਮੀ ਨਾਲ ਸੰਬੰਧਿਤ ਕੋ ਰੂਹ ਬੈਠੀ ਹੋਵੇ ਕੋ ਗੁਰਮੁਖ ਪਿਆਰਾ ਵੀਰ ਜਾਂ ਭੈਣ
ਭਾਰਤੀ ਫੌਜ ਵਿੱਚ ਸੇਵਾਵਾਂ ਕਰਨ ਵਾਲੇ ਹੋ ਸਕਦਾ ਤੁਸੀਂ ਬੈਠੇ ਹੋਵੋ। ਇੰਡੀਅਨ ਆਰਮੀ ਜਦੋਂ ਕਿਤੇ ਅਟੈਕ ਕਰਦੀ ਆ ਨਾ ਤਾਂ ਇਹਨਾਂ ਨੂੰ ਸੰਵਿਧਾਨਕ ਤੌਰ ਉੱਤੇ ਇੱਕ ਕੰਮ ਕਰਨਾ ਪੈਂਦਾ ਹੈ, ਇਹਨਾਂ ਨੂੰ ਉਸ ਇਲਾਕੇ ਵਿੱਚ ਅਨਾਊਂਸਮੈਂਟ ਕਰਨੀ ਪੈਂਦੀ ਹੈ ਕਿ ਭਾਈ ਇੰਡੀਅਨ ਆਰਮੀ ਇੱਥੇ ਅਟੈਕ ਕਰਨ ਲੱਗੀ ਆ, ਤੇ ਜੇ ਕੋਈ ਬੰਦਾ ਨਿਰਦੋਸ਼ ਇੱਥੇ ਹੈਗਾ ਤੇ ਬਾਹਾਂ ਖੜੀਆਂ ਕਰਕੇ ਬਾਹਰ ਆ ਜਾਓ, ਤਲਾਸ਼ੀ ਲੈ ਕੇ ਛੱਡ ਦਿਆਂਗੇ। ਇਹ ਅਨਾਊਂਸਮੈਂਟ ਬੰਬਈ ਦੇ ਤਾਜ ਹੋਟਲ ਵਿੱਚ ਵੀ ਕੀਤੀ ਗਈ, ਇਹ ਅਨਾਊਂਸਮੈਂਟ ਅਕਸ਼ਰਧਾਮ ਮੰਦਿਰ ਵਿੱਚ ਵੀ ਕੀਤੀ ਗਈ, ਇਹ ਅਨਾਊਂਸਮੈਂਟ ਕਾਰਗਿਲ ਦੀ ਜੰਗ ਮੌਕੇ ਵੀ ਕੀਤੀ ਗਈ। ਪਰ ਖਿਮਾ ਕਰਿਓ, ਜੇ ਅਨਾਊਂਸਮੈਂਟ ਨਹੀਂ ਹੋਈ ਤਾਂ ਅੰਮ੍ਰਿਤਸਰ ਸਾਹਿਬ ਨਹੀਂ ਹੋਈ, ਕਿਉਂਕਿ ਅੰਮ੍ਰਿਤਸਰ ਸਾਹਿਬ ਦਾ ਭੈੜਾ ਮਨਸੂਬਾ ਇਹ ਹੈ ਕਿ ਜਿੰਨੇ ਆਏ ਨੇ ਠੰਡਾ ਮਿੱਠਾ ਜਲ ਛਕਾਉਣ ਵਾਲੇ ਇਹ ਸਾਰੇ ਹੀ ਆਪਾਂ ਮਾਰ ਦੇਣੇ। ਇੱਥੇ ਤੇ ਮਨਸੂਬੇ ਹੀ ਹੋਰ ਹਨ। ਸਤ ਸੰਗਤ, ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਦੇ ਉੱਤੇ, ਸਿੱਖ ਕੌਮ ਦੇ ਉੱਤੇ ਅੱਜ ਤੋਂ 39 ਸਾਲ ਪਹਿਲਾਂ ਜੋ ਕਹਿਰ ਵਾਪਰਿਆ ਉਹ ਸਿੱਖਾਂ ਦੇ ਦਿਲ ਦਾ ਅੰਦਰ ਦਾ ਰਿਸ਼ਤਾ ਹੋਇਆ ਫੋੜਾ ਆ। ਕਈ ਵਾਰ ਪ੍ਰਬੰਧਕ ਸਾਨੂੰ ਕਹਿਣ ਲੱਗ ਜਾਂਦੇ, ਗਿਆਨੀ ਜੀ ਇਹ ਪ੍ਰਸੰਗ ਨਾ ਸੁਣਾਇਓ। ਮੈਂ ਕਿਹਾ ਕਿਉਂ? ਕਹਿੰਦੇ ਜੀ ਸਾਡੇ ਕਈ ਬੰਦੇ ਕਾਂਗਰਸੀਏ ਬੈਠੇ ਆ। ਤਾਂ ਮੇਰਾ ਸਵਾਲ ਹੁੰਦਾ ਕਿ ਕਾਂਗਰਸੀਆਂ ਦੇ ਬੁੜੇ ਬੁੜੀਆਂ ਮਾਰੇ ਨਹੀਂ ਉਹਨਾਂ ਨੇ? ਕਿ ਉਹਨਾਂ ਨੇ ਗੋਲੀ ਮਾਰਨ ਲੱਗਿਆ ਪੁੱਛਿਆ ਸੀ ਵੀ ਤੂੰ ਕਾਂਗਰਸੀ ਆ? ਉਹਨਾਂ ਨੇ ਕਿਸੇ ਨੂੰ ਪੁੱਛਿਆ ਸੀ ਵੀ ਤੂੰ ਕਿਹੜੀ ਪਾਰਟੀ ਦਾ? ਉੱਥੇ ਤਾਂ ਇਹ ਦੇਖਿਆ ਗਿਆ ਸੀ ਕਿ ਇਹਦੇ ਮੂੰਹ 'ਤੇ ਦਾੜਾ, ਬਸ ਨੂੜ ਲਓ ਫੜਕੇ ਨੂੰ, ਜੇ ਅੱਖਾਂ ਕੱਢਦਾ ਤਾਂ ਗੋਲੀ ਮਾਰ ਦਿਓ, ਜੇ ਮੋਹਰੇ ਅੜਦਾ ਤਾਂ ਇੱਥੇ ਹੀ ਮਾਰ ਦਿਓ। ਕਿਸੇ ਨੂੰ ਪੁੱਛਿਆ ਨਹੀਂ ਗਿਆ ਤੂੰ ਕਿਹੜੀ ਪਾਰਟੀ ਦਾ ਬੰਦਾ? ਕਿਤੇ ਇਹ ਭੁਲੇਖਾ ਪਾਲੀ ਚੱਲੋ ਵੀ ਅਸੀਂ ਕਾਂਗਰਸੀ ਹਾਂ ਕਾਂਗਰਸੀ ਹਾਂ, ਤਾਂ ਕਿਤੇ ਆਪਣੇ ਦਮਨ ਝਾਤੀ ਮਾਰਨਾ ਕਿ ਤੁਹਾਡੇ ਰਿਸ਼ਤੇਦਾਰਾਂ ਵਿੱਚੋਂ ਕੋਈ ਨਹੀਂ ਸ਼ਹੀਦ ਹੋਇਆ? ਕਈ ਤੁਹਾਡੇ ਬੁੜੇ, ਕਈ ਤੁਹਾਡੇ ਸਤਿਕਾਰਯੋਗ ਮਾਤਾਵਾਂ ਉੱਥੇ ਸ਼ਹੀਦ ਨਹੀਂ ਹੋਏ? ਇਹ ਕਿਸੇ ਪਾਰਟੀ ਦਾ ਮਸਲਾ ਨਹੀਂ ਹੈ, ਮਸਲਾ ਸਾਡੀ ਸਿੱਖ ਕੌਮ ਦਾ ਹੈ। ਇਹ ਸਾਡੀ ਕੌਮ ਨੂੰ ਤਹਿਸ ਨਹਿਸ ਕਰਨ ਵਾਸਤੇ ਹਕੂਮਤ ਬੇਈਮਾਨ ਹੋ ਗਈ। ਸਤ ਸੰਗਤ, ਦੇਸ਼ ਦੀ ਪ੍ਰਧਾਨ ਮੰਤਰੀ ਦੇ ਹੁਕਮਾਂ ਮੁਤਾਬਕ ਪਿਆ ਹੋਇਆ ਘੇਰਾ। ਕੁਲਦੀਪ ਬਰਾੜ ਆਪਣੀ ਕਿਤਾਬ ਵਿੱਚ ਦੋ ਤਿੰਨ ਗੱਲਾਂ ਹੋਰ ਲਿਖਦਾ ਹੈ, ਉਹਦੀਆਂ ਲਿਖੀਆਂ ਗੱਲਾਂ ਵਿੱਚੋਂ ਮੈਂ ਤੁਹਾਨੂੰ ਦੱਸਦਾ। ਉਹ ਕਹਿੰਦਾ ਅਸੀਂ ਸ਼ੁਰੂ ਤੋਂ ਗਦਾਰ ਹਾਂ, ਕਹਿੰਦਾ ਸ਼ੁਰੂ ਤੋਂ ਅਸੀਂ ਗਦਾਰੀਆਂ ਕਰਦੇ ਆਏ ਹਾਂ। ਕਹਿੰਦਾ ਮੇਰੇ ਦਾਦੇ ਨੇ ਕਰਤਾਰ ਸਿੰਘ ਸਰਾਭਾ ਗ੍ਰਿਫਤਾਰ ਕਰਵਾਇਆ ਸੀ, ਕਹਿੰਦਾ ਮੇਰੇ ਪਿਓ ਨੇ 11 ਬੱਬਰ ਗ੍ਰਿਫਤਾਰ ਕਰਵਾਏ ਸੀ, ਅਤੇ ਕਹਿੰਦਾ ਮੈਂ ਵੀ ਆਪਣੇ ਦੇਸ਼ ਭਗਤ ਹਾਂ, ਮੈਂ ਆਪਣੀ ਸਰਕਾਰ ਦਾ ਵਫਾਦਾਰ ਹੈ। ਲਾਣਤ ਇੱਦਾਂ ਦੀ ਵਫਾਦਾਰੀ ਦੇ ਜਿਹੜਾ ਆਪਣੀ ਕੌਮ ਦਿਓ ਵਸਾ ਘਾਤ ਕਰਨ ਵਾਸਤੇ ਮਾਰਨ ਵਾਸਤੇ ਆ ਜਾਏ। ਸਤ ਸੰਗਤ, ਕੁਲਦੀਪ ਬਰਾੜ ਇਹ ਗੱਲ ਹੋਰ ਲਿਖਦਾ ਹੈ, ਕਹਿੰਦਾ ਸਾਨੂੰ ਭਿੰਡਰਾਂ ਵਾਲੇ ਦਾ ਬਹੁਤਾ ਡਰ ਨਹੀਂ ਸੀ, ਸਾਨੂੰ ਬਹੁਤਾ ਜ਼ਿਆਦਾ ਡਰ ਸੀਗਾ ਜਨਰਲ ਸਵੇਗ ਸਿੰਘ ਦਾ। ਜਨਰਲ ਸਵੇਗ ਸਿੰਘ ਬਹੁਤ ਤਕੜਾ ਵੱਡਾ ਫੌਜੀ ਅਫਸਰ ਸੀ, ਉਹ ਬੰਗਲਾਦੇਸ਼ ਦਾ ਜੇਤੂ ਜਰਨੈਲ ਸੀ, ਭਾਰਤ ਦੀਆਂ ਬਹੁਤ ਵੱਡੀਆਂ ਜੰਗਾਂ ਦਾ ਰਣਾ ਦਾ ਜੇਤੂ ਸੂਰਮਾ ਸੀ। ਅਗਲੀ ਗੱਲ ਡੁੱਬ ਮਰਨ ਵਾਲੀ ਉਹਦੇ ਵਾਸਤੇ, ਉਹ ਲਿਖਦਾ ਹੈ ਕਹਿੰਦਾ 1950 ਵਿੱਚ ਮੈਂ ਉਹਦੇ ਕੋਲੋਂ ਟ੍ਰੇਨਿੰਗ ਲੈਂਦਾ ਰਿਹਾ, ਮੇਰਾ ਉਹ ਉਸਤਾਦ ਸੀ। ਆਹ ਸ਼ਬਦ ਵੀ ਉਹ ਆਪਣੀ ਕਿਤਾਬ 'ਚ ਲਿਖਦਾ, ਕਹਿੰਦਾ ਮੇਰਾ ਉਸਤਾਦ ਸੀ। ਮੈਂ ਕਹਿੰਦਾ ਲੱਖ ਲਾਣਤ ਇੱਦਾਂ ਦੇ ਸ਼ਾਗਿਰਦ ਦੇ ਜਿਹੜਾ ਆਪਣੇ ਉਸਤਾਦ ਉੱਤੇ ਗੋਲੀਆਂ ਚਲਾਉਣ ਆ ਗਿਆ, ਆਪਣੇ ਉਸਤਾਦ ਕੋਲੋਂ ਸਿੱਕੇ ਉਸੇ ਉੱਤੇ ਗੋਲੀਆਂ ਚਲਾਉਣ ਆ ਗਿਆ। ਕੁਲਦੀਪ ਬਰਾੜ ਕਹਿੰਦਾ ਵੀ ਅਸੀਂ ਯੋਜਨਾਬੰਦੀ ਕੀਤੀ, ਚਾਰੇ ਪਾਸੇ ਅਸੀਂ ਮੋਰਚਾਬੰਦੀ ਬਣਾ ਲਈ, ਸਾਨੂੰ ਡਰ ਸੀ ਜਨਰਲ ਸਵੇਗ ਸਿੰਘ ਦਾ ਕਿ ਉਹਨੇ ਛੇਤੀ ਕੀਤੇ ਸਾਨੂੰ ਬਖਸ਼ਣਾ ਨਹੀਂ ਹੈ, ਉਹ ਬੜਾ ਸੂਝਬੂਝ ਵਾਲਾ ਲੀਡਰ ਸੀ। ਕੁਲਦੀਪ ਬਰਾੜ ਕਹਿੰਦਾ ਸਭ ਤੋਂ ਪਹਿਲਾ ਹਮਲਾ ਅਸੀਂ ਇਹ ਕਰਵਾਇਆ ਕਿ ਸਾਢੇ 1700 ਬੰਦਾ ਜਿਨ੍ਹਾਂ ਦੇ ਪਿੱਠ ਦੇ ਉੱਤੇ ਬੰਬ
ਇਤਿਹਾਸਿਕ ਸਮੱਗਰੀ ਬੰਨੀ ਤੇ ਉਹ 1750 ਬੰਦੇ ਨੂੰ ਕਿਹਾ ਕਿ ਤੁਸੀਂ ਪ੍ਰਕਰਮਾ ਵਿੱਚ ਜਦੋਂ ਉਤਰਨੇ ਤੇ ਕੂਣੀਆਂ ਦੇ ਭਾਰ ਰੀਂਗ ਰੀਂਗ ਕੇ ਅਕਾਲ ਤਖ਼ਤ ਸਾਹਿਬ ਤੱਕ ਜਾਣਾ, ਕੂਣੀਆਂ ਦੇ ਭਾਰ ਰੁੜ ਰੁੜ ਕੇ ਜਿਵੇਂ ਬੱਚੇ ਰੁੜਦੇ ਹਨ, ਰੁੜ ਰੁੜ ਕੇ ਰੀਂਗ ਰੀਂਗ ਕੇ ਕੂਣੀਆਂ ਤੇ ਗੋਡਿਆਂ ਦੇ ਭਾਰ ਰੀਂਗ ਕੇ ਜਾਣਾ ਤੇ ਜਾ ਕੇ ਅਕਾਲ ਤਖ਼ਤ ਦੀਆਂ ਨੀਹਾਂ ਦੇ ਵਿੱਚ ਬੰਬ ਰੱਖ ਕੇ ਫਿਰ ਕੂਣੀਆਂ ਦੇ ਭਾਰ ਮੁੜ ਆਉਣਾ ਤੇ ਅਸੀਂ ਰਿਮੋਟ ਨਾਲ ਬੰਬ ਦਾ ਬਟਨ ਦੱਬ ਦਿਆਂਗੇ ਤੇ ਬੰਬ ਚੱਲ ਜਾਣਗੇ, ਅਕਾਲ ਤਖ਼ਤ ਉੱਡ ਜਾਏਗਾ। ਅਕਾਲ ਤਖ਼ਤ ਨੂੰ ਢਾਉਣ ਵਾਸਤੇ ਕਹਿੰਦਾ ਪਹਿਲਾ ਸਾਡਾ ਹਮਲਾ ਆਹ ਸੀ। 1750 ਬੰਦਾ ਕਹਿੰਦਾ ਜਦੋਂ ਅਸੀਂ ਪ੍ਰਕਰਮਾ 'ਚ ਉਤਾਰਿਆ ਤੇ 2200 ਬੰਦਾ ਉਹਨਾਂ ਦਾ ਕਵਚ ਬਣਾ ਕੇ ਦੂਜੇ ਪਾਸੇ ਗੋਲੀਆਂ ਚਲਾਉਣ ਦਾ ਆਰਡਰ ਕਰਤਾ ਵੀ ਤੁਸੀਂ ਅਕਾਲ ਤਖ਼ਤ ਵੱਲ ਅੰਨੇ ਵਾਹ ਗੋਲੀ ਚਲਾਈ ਜਾਓ ਤਾਂ ਕਿ ਖਾੜਕੂਆਂ ਦਾ ਧਿਆਨ ਤੁਹਾਡੀਆਂ ਗੋਲੀਆਂ ਵਿੱਚ ਹੀ ਲੱਗਿਆ ਰਹੇ। ਕਹਿੰਦਾ ਸਾਡੀ ਇਹ ਸਕੀਮ ਬੜੀ ਕਾਮਯਾਬ ਹੋਣ ਦੀ ਸਾਨੂੰ ਉਮੀਦ ਸੀ। ਅਗਲੀ ਗੱਲ ਉਹ ਲਿਖਦਾ ਕਹਿੰਦਾ ਮਾੜੀ ਕਿਸਮਤ ਸਾਡੀ, ਸਾਡੀ ਖੋਟੀ ਮੱਤ, ਮਾੜੇ ਕਰਮ, ਕਹਿੰਦਾ ਡੁੱਬ ਮਰੇ ਅਸੀਂ, ਪਤਾ ਹੀ ਨਹੀਂ ਲੱਗਿਆ ਗੋਲੀਆਂ ਕਿੱਧਰੋਂ ਆਈਆਂ। ਕਹਿੰਦਾ ਧਰਤੀ ਤੋਂ 3 ਇੰਚ ਉੱਚੀ ਗੋਲੀ ਆਉਂਦੀ ਸੀ, 1750 ਵਿੱਚੋਂ 67 ਜਾਣੇ ਸਾਬਤੇ ਮੁੜੇ, ਬਾਕੀ ਸਾਰੇ ਹੀ ਸਿੱਖਾਂ ਨੇ ਠੰਡੇ ਕਰ ਦਿੱਤੇ, ਉਹ ਅਕਾਲ ਤਖ਼ਤ ਸਾਹਿਬ ਤੱਕ ਪਹੁੰਚਣੇ ਹੀ ਨਹੀਂ ਦਿੱਤੇ। ਉਹ ਗੋਲੀਆਂ ਕਿੱਥੋਂ ਆਈਆਂ? ਮੈਂ ਸੰਗਤ ਦੀ ਜਾਣਕਾਰੀ 'ਚ ਨਾਲ ਨਾਲ ਹੀ ਦੱਸ ਜਾਵਾਂ, ਜਨਰਲ ਸੁਵੇਗ ਸਿੰਘ ਨੇ ਪ੍ਰਕਰਮਾ ਦੇ ਵਿੱਚ ਟੋਏ ਪੁੱਟ ਕੇ ਉੱਥੇ ਮੋਰਚੇ ਬਣਾਏ ਹੋਏ ਸਨ ਤੇ ਬੰਦੂਕ ਦੀਆਂ ਬੈਰਲਾਂ ਧਰਤੀ ਤੋਂ 3 ਇੰਚ ਉੱਚੀਆਂ ਸਨ। ਉਹਨਾਂ ਨੂੰ ਪਤਾ ਸੀ ਕਿ ਕਿੱਦਾਂ ਉਹਨਾਂ ਨੇ ਆਉਣਾ ਤੇ ਕਿਹੜੇ ਰਸਤੇ ਆਉਣਾ, ਕਿਹੜੇ ਤਰੀਕੇ ਆਉਣਾ। ਧਰਤੀ ਤੋਂ 3 ਇੰਚ ਉੱਚੀ ਗੋਲੀ ਚੱਲੀ, ਜਿਹੜੇ ਰੀਂਗ ਰੀਂਗ ਕੇ ਜਾਂਦੇ ਸਨ ਉਹ ਸਾਰੇ ਖਾਲਸੇ ਨੇ ਭੜਕਾ ਦਿੱਤੇ। ਪ੍ਰਕਰਮਾ ਵਿੱਚ ਉਤਰਨ ਸਾਰ ਨਾਲ ਹੀ ਉਹਨਾਂ ਨੂੰ ਪਰਮਵੀਰ ਚੱਕਰ ਵੰਡ ਦਿੱਤੇ। ਸਤ ਸੰਗਤ, ਇਹ ਦੂਸਰਾ ਹਮਲਾ ਕਹਿੰਦਾ ਕੁਲਦੀਪ ਬਰਾੜ, ਕਹਿੰਦਾ ਦੂਸਰਾ ਹਮਲਾ, ਇਹ ਦੂਜਾ ਹਮਲਾ ਕਰਵਾਉਣ ਤੋਂ ਪਹਿਲਾਂ ਇਹ ਗੱਲ ਹੋਰ ਲਿਖਦਾ, ਹਾਸੇ ਵਾਲੀ ਵੀ ਹੈ ਤੇ ਗੱਲ ਸੱਚੀ ਵੀ ਹੈ। ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਉਹਦੀ ਕਿਤਾਬ ਵਿੱਚ ਅੱਖਰ ਲਿਖੇ ਹੈ, ਮੈਂ ਦਿਖਾ ਸਕਦਾ ਜੇ ਕਿਸੇ ਨੂੰ ਭੁਲੇਖਾ ਹੋਵੇ, ਮੇਰੇ ਕੋਲ ਗੱਡੀ 'ਚ ਪਈ ਹੈ। ਉਹ ਕਹਿੰਦਾ ਵੀ ਜਦੋਂ ਸਾਡੇ ਬਹੁਤੇ ਨੌਜਵਾਨ ਮਰ ਗਏ, ਉਹ ਸ਼ਹੀਦ ਹੋ ਗਿਆ ਲਿਖਦਾ, ਕਹਿੰਦਾ ਬਹੁਤੇ ਜਵਾਨ ਸਾਡੇ ਸ਼ਹੀਦ ਹੋ ਗਏ, ਕਹਿੰਦਾ ਮੈਨੂੰ ਟੱਟੀਆਂ ਲੱਗ ਗਈਆਂ, ਕਹਿੰਦਾ ਮੈਨੂੰ ਲੋਜ ਮੋਸ਼ਨ ਲੱਗ ਗਏ ਤੇ ਮੈਂ ਹੈਲੀਕਾਪਟਰ ਵਿੱਚ ਬਹਿ ਕੇ ਕਹਿੰਦਾ ਚੰਡੀਗੜ੍ਹ ਆਰਮੀ ਹਸਪਤਾਲ ਤੋਂ ਦਵਾਈ ਲੈਣ ਗਿਆ। ਆਰਮੀ ਹਸਪਤਾਲ ਤੋਂ ਦਵਾਈ ਲੈ ਕੇ ਆਇਆ, ਕਹਿੰਦਾ ਫਿਰ ਅਸੀਂ ਤਿੰਨੋਂ ਲੈਫਟੀਨੈਂਟ ਜਨਰਲ ਤੇ ਨਾਲ ਸਾਡੇ ਬੈਦਿਆ ਸਾਹਿਬ ਵੀ, ਕਹਿੰਦਾ ਬਹਿ ਗਿਆ ਉਹ ਸਾਹਿਬ ਲਿਖਦਾ ਨਾਲ, ਕਹਿੰਦਾ ਬੈਦਿਆ ਸਾਹਿਬ ਵੀ ਬੈਠੇ ਤੇ ਅਸੀਂ ਸਕੀਮ ਬਣਾਈ ਵੀ ਇਉਂ ਕਰੋ, ਹੈਲੀਕਾਪਟਰਾਂ ਰਾਹੀਂ ਕਮਾਂਡੋ ਦੇ ਬੰਦੇ ਉਤਾਰੋ ਅਕਾਲ ਤਖ਼ਤ ਦੀ ਛੱਤ ਦੇ ਉੱਤੇ, ਛੱਤ ਦੇ ਉੱਤੇ ਬੰਦੇ ਉਤਾਰੋ, ਨਾਲ ਉਹਨਾਂ ਨੂੰ ਮਸ਼ੀਨ ਗੰਨਾਂ ਦਿਓ, ਉਹ ਬਰਮੇ ਦੇ ਨਾਲ ਛੱਤ ਵਿੱਚ ਸੁਰਾਖ ਕਰਨਗੇ ਤੇ ਸੁਰਾਖ ਕਰਕੇ ਤਾਂ ਫਿਰ ਅੰਦਰ ਜ਼ਹਿਰੀਲੀ ਗੈਸ ਉਸ ਸੁਰਾਖ ਦੇ ਰਾਹੀਂ ਅੰਦਰ ਆਪਾਂ ਪਾਈਪ ਸੁੱਟਾਂਗੇ, ਉਹ ਜ਼ਹਿਰੀਲੀ ਗੈਸ ਦੇ ਨਾਲ ਅੰਦਰ ਚਾਹੇ ਸ਼ਰਧਾਲੂ ਆ ਤੇ ਚਾਹੇ ਜੁਝਾਰੂ ਆ ਉਹ ਸਾਰੇ ਮਰ ਜਾਣਗੇ। ਕਹਿੰਦਾ ਇਹ ਸਕੀਮ ਬਣਾ ਕੇ ਆਂਦੀ ਅਸੀਂ ਹੈਲੀਕਾਪਟਰ ਦੇ ਰਾਹੀਂ ਚੀਨ ਦੀ ਜੰਗ ਦੇ ਜੇਤੂ ਬੰਦੇ, ਚਾਈਨਾ ਦੀ ਜੰਗ ਦੇ ਜੇਤੂ ਜਿਹੜੇ 1962 ਦੇ ਵਿੱਚ ਲੜੇ ਸਨ, ਕਹਿੰਦਾ ਇੱਕ ਇੱਕ ਜਵਾਨ ਸਾਡਾ 10-10 ਕਰੋੜ ਰੁਪਈਏ ਦਾ ਸੀ, 10 ਕਰੋੜ ਉਦੋਂ ਦਾ 10 ਕਰੋੜ, ਅੱਜ ਤੋਂ 39 ਸਾਲ ਪਹਿਲਾਂ, ਤੇ ਤੁਸੀਂ ਅੰਦਾਜ਼ਾ ਲਾ ਲਓ ਕਿ ਉਹ ਨੌਜਵਾਨਾਂ ਦੀ ਕਿੱਡੀ ਕੀਮਤ ਹੋਏਗੀ। ਕਹਿੰਦਾ 10-10 ਕਰੋੜ ਦਾ ਉਹ ਨੌਜਵਾਨ ਜਦੋਂ ਅਸੀਂ ਹੈਲੀਕਾਪਟਰ ਰਾਹੀਂ ਅਕਾਲ ਤਖ਼ਤ ਦੀ ਛੱਤ ਦੇ ਉੱਤੇ ਉਤਾਰਿਆ, ਕਹਿੰਦਾ ਸਮਝ ਹੀ ਨਹੀਂ ਆਈ, ਉਹਨਾਂ ਦੇ ਛੱਤ ਦੇ ਉੱਤੇ ਪੈਰ ਬਾਅਦ 'ਚ ਲੱਗਦੇ ਸੀ,
ਤੇ ਗੋਲੀ ਕਿੱਧਰੋਂ ਆਈ ਤੇ ਆ ਕੇ ਉਹਨਾਂ ਦੀ ਹਿੱਕ ਚ ਵੱਜੀ, ਉਹ ਪਹਿਲਾਂ ਹੀ ਮਰ ਗਿਆ। ਕਹਿੰਦਾ ਪਹਿਲਾਂ ਮਰ ਗਿਆ, ਸਮਝ ਕੋਈ ਨਹੀਂ ਆਈ। ਉਹ ਗੋਲੀ ਪਤਾ ਕਿੱਥੋਂ ਆਈ? ਤੁਹਾਡੀ ਜਾਣਕਾਰੀ ਚ ਪਤਾ ਹੋਣਾ ਚਾਹੀਦਾ, ਉਹ ਪਾਣੀ ਵਾਲੀ ਟੈਂਕੀ ਵਿੱਚ ਸਿੰਘਾਂ ਦੇ ਮੋਰਚੇ ਲੱਗੇ ਹੋਏ ਆ। ਜਦੋਂ ਜਹਾਜ਼ ਰਾਹੀਂ ਥੱਲੇ ਨੂੰ ਬੰਦਾ ਉਤਰਦਾ, ਛੱਤ ਦੇ ਉੱਤੇ ਪੈਰ ਲੱਗਣ ਤੋਂ ਪਹਿਲਾਂ ਟੈਂ ਕਰਕੇ ਗੋਲੀ ਆਉਂਦੀ ਤੇ ਨਾਲ ਹੀ ਭੜਕਾ ਕੇ ਪਰੇ ਮਾਰਦੇ ਆ। ਸਤ ਸੰਗਤ, ਆ ਤੱਕਣਾ ਜਿਹੜੇ ਆਏ ਸੀ ਵੱਡੇ ਇਨਾਮ ਲੈਣ ਵਾਸਤੇ, ਦੁਨੀਆਂ ਸੁੱਖ ਆਪੋ ਆਪਣਾ ਮੰਗਦੀ ਹੈ, ਸਿਰ ਤੇ ਦੁੱਖ ਝੱਲ ਕੇ ਸੁੱਖ ਭਾਲਦੇ ਸਿੰਘ ਖੜ ਜਾਂਦੇ ਮਜਲੂਮਲੇ ਢਾਲ ਬਣ ਕੇ, ਗੱਜਣ ਬੰਬ ਬਣ ਕੇ ਵਿਰੋਧੀ ਕਾਲ ਦੇ ਸਿੰਘ। ਪਿਤਾ ਸਿੰਘਾਂ ਦਾ ਦਾਨੀ ਹੈ ਪੁੱਤਰਾਂ ਦਾ, ਸਮੇਂ ਸਮੇਂ ਤੇ ਹੱਥ ਦਿਖਾਲਦੇ ਸਿੰਘ। ਉਹ ਇੰਦਰਾ ਗਾਂਧੀ ਦੀ ਫੌਜ ਹੈਰਾਨ ਰਹਿ ਗਈ, ਲੜਦੇ ਵੇਖੇ ਜਦੋਂ ਦਮਦਮਈ ਟਕਸਾਲ ਦੇ ਸਿੰਘ। ਆਸ਼ਿਕ ਆਜ਼ਾਦੀ ਦੇ ਮਰਦ ਜਿਹੜੇ ਤੇ ਕਦੇ ਕੈਦ ਨਹੀਂ ਕਿਸੇ ਦੀ ਰਹਿ ਸਕਦੇ, ਅੱਗੇ ਵੱਲ ਜੋ ਵਧਣ ਦਰਿਆ ਵਾਂਗੂ, ਪਿੱਛੇ ਵੱਲ ਨਾ ਕਦੇ ਉਹ ਵਹਿ ਸਕਦੇ। ਜਿਹੜੇ ਦਿਲਾਂ ਵਿੱਚ ਮਰਨ ਦਾ ਝੱਲ ਪੈ ਜਾਏ, ਹੱਸ ਹੱਸ ਤਸੀਹੇ ਉਹ ਸਹਿ ਸਕਦੇ। ਸਾਗਰ ਬਿਰਲੇ ਨੇ ਸੰਤ ਜਰਨੈਲ ਵਰਗੇ ਹੱਕਾਂ ਲਈ ਸਰਕਾਰ ਨਾਲ ਖੈ ਸਕਦੇ, ਹੱਕਾਂ ਲਈ ਸਰਕਾਰ ਨਾਲ ਖੈ ਸਕਦੇ। ਜਿੰਨੇ ਆਏ ਅੱਜ ਤੱਕ ਖਾਲਸੇ ਨੇ ਮੁੜਨ ਨਹੀਂ ਦਿੱਤੇ, ਚਾਹੇ ਉਹ ਅੰਮ੍ਰਿਤਸਰ ਸਾਹਿਬ ਪਹਿਲੀ ਜੰਗ ਮੌਕੇ ਆਏ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਟਾਈਮ, ਚਾਹੇ ਤੁਹਾਡੇ ਗੁਰੂ ਸਰ ਮਹਾਰਾਜ ਚੜਕੇ ਆਏ, ਚਾਹੇ ਮੁਕਤਸਰ ਸਾਹਿਬ ਆਏ, ਜਿੰਨੇ ਚੜਕੇ ਆਏ ਸਾਰੇ ਹੀ ਮਾਰੇ ਗਏ। ਇਹ ਰੱਬ ਦਾ ਘਰ ਹੈ, ਮੱਥਾ ਟੇਕਣ ਵਾਲੇ ਬਣਿਓ, ਮੱਥਾ ਲਾਉਣ ਵਾਲੇ ਨਾ ਬਣ ਜਾਇਓ ਕਿਤੇ। ਇੱਕ ਨਿੱਕੀ ਜੀ ਗੱਲ ਕਹਿ ਦਿਆਂ, ਦਰਬਾਰ ਸਾਹਿਬ ਦੇ ਨਾਲ ਜਿਨ੍ਹਾਂ ਜਿਨ੍ਹਾਂ ਨੇ ਮੱਥਾ ਲਾਇਆ ਉਹਨਾਂ ਦਾ ਹਾਲ ਪਤਾ ਕੀ ਹੋਇਆ? ਹੈਰਾਨ ਰਹਿ ਜਾਓਗੇ ਤੁਸੀਂ। ਆਪਣਾ ਕੀ, ਆਪਾਂ ਤਾਂ ਵੋਟਾਂ ਪਾਈ ਰਹਿੰਦੇ ਹਾਂ, ਅਸੀਂ ਤਾਂ ਫਲਾਨੀ ਪਾਰਟੀ ਦੇ ਬੰਦੇ ਹਾਂ ਜੀ, ਅਸੀਂ ਤਾਂ ਸਾਡੇ ਵੱਲੋਂ ਭਾਵੇਂ ਖੋਤਾ ਖੜ ਜਾਵੇ ਵੋਟ ਉਹਨੂੰ ਪਾਉਣੀ। ਆਪਣੀ ਇਹ ਆਮ ਰਵਾਇਤ ਬਣ ਗਈ ਨਾ। ਕਾਂਗਰਸ ਨੂੰ ਦੋ ਵਾਰ ਜਿਤਾਇਆ ਲੋਕਾਂ ਨੇ ਸੈਂਟਰ ਗੌਰਮੈਂਟ ਵਿੱਚ, ਇੱਕ ਵਾਰ ਭਰੋਸੇ ਦੀ ਵੋਟ ਨਾਲ, ਤਿੰਨ ਵਾਰ ਜਿਤਾਇਆ, ਪਰ ਤਿੰਨੋਂ ਵਾਰ ਜਿੱਤਣ ਤੋਂ ਬਾਅਦ ਵਿੱਚ ਵੀ ਉਹ ਰਾਜ ਗੱਦੀ ਤੇ ਨਹੀਂ ਬੈਠੇ। ਕਹਿੰਦੇ ਮਨਮੋਹਨ ਸਿੰਘ ਤੂੰ ਬਹਿ ਜਾ। ਇਹ ਦਰਬਾਰ ਸਾਹਿਬ ਨਾਲ ਲੱਗੇ ਮੱਥੇ ਦਾ ਸਰਟੀਫਿਕੇਟ ਹੈ। ਜਿੱਤਣ ਤੋਂ ਬਾਅਦ ਵਿੱਚ ਵੀ ਰਾਜ ਗੱਦੀ ਨਹੀਂ ਕਰਮਾਂ 'ਚ ਹੁੰਦੀ, ਜਿੱਤਣ ਤੋਂ ਬਾਅਦ ਵਿੱਚ ਵੀ। ਇੱਥੋਂ ਤੱਕ 60-60 ਸਾਲ ਦੇ ਹੋ ਚੱਲੇ, ਵਿਆਹ ਵੀ ਨਹੀਂ ਹੋਏ। ਸਤ ਸੰਗਤ, ਇਹ ਕਹਾਵਤਾਂ ਨੇ, ਜਿਹੜਾ ਗੁਰੂ ਘਰ ਨਾਲ ਮੱਥਾ ਲਾਉਂਦਾ ਉਹਨਾਂ ਦੇ ਪਰਿਵਾਰਾਂ ਦਾ ਆ ਹਾਲ ਹੁੰਦਾ। ਮੈਂ ਪਹਿਲਾਂ ਬੇਨਤੀ ਕੀਤੀ ਆ, ਤੁਸੀਂ ਕਿਹੜੀ ਕਿਹੜੀ ਪਾਰਟੀ ਦੇ ਬੈਠੇ, ਮੈਨੂੰ ਕੋਈ ਲੈਣਾ ਦੇਣਾ ਨਹੀਂ। ਮੈਂ ਗੁਰੂ ਘਰ ਢਾਡੀ ਹਾਂ ਤੇ ਤੁਸੀਂ ਗੁਰੂ ਕੀ ਸੰਗਤ ਹੋ। ਚਮਚੇ ਕੜਛੀਆਂ ਲੀਡਰਾਂ ਦੇ ਬਹੁਤ ਬੈਠੇ ਹੁੰਦੇ ਆ, ਮੈਂ ਪਹਿਲਾਂ ਬੇਨਤੀ ਕਰ ਲਈ ਸੀ ਕਿ ਵੱਡਾ ਜਿਗਰਾ ਕਰਕੇ ਸੁਣਿਓ। ਸਤ ਸੰਗਤ, ਜਿੱਤਣ ਤੋਂ ਬਾਅਦ ਵਿੱਚ ਵੀ ਕੁਰਸੀ ਨਹੀਂ ਮਿਲਦੀ, ਇਸ ਰੱਬ ਦੇ ਘਰ ਨਾਲ ਮੱਥਾ ਲਾਉਣ ਵਾਲਿਆਂ ਦੇ ਨਾਲ। ਮੇਰਾ ਲੈਕਚਰ ਕਿਤੇ ਲੰਬਾ ਨਾ ਹੋ ਜਾਏ, ਇੱਕ ਮੂੰਹ ਆਇਆ ਸ਼ਬਦ ਆਪ ਜੀ ਨਾਲ ਸਾਂਝਾ ਕਰਾਂ, ਮਾਣ ਕਰੋਗੇ ਤੁਸੀਂ। ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਹੈ, ਪਿੰਡ ਦਾ ਨਾਮ ਹੈ ਧਾਰੀਵਾਲ ਤਲਵੰਡੀ। ਧਾਰੀਵਾਲ ਤਲਵੰਡੀ ਪਿੰਡ ਦੇ ਵਿੱਚ ਇੱਕ ਪੰਡਿਤਾਂ ਦਾ ਪਰਿਵਾਰ, ਹਿੰਦੂ ਪਰਿਵਾਰ, ਪੰਡਿਤ ਦੱਤਪਾਲ ਉਹਦਾ ਨਾਮ ਹੈ, ਪੰਡਿਤ ਦੱਤਪਾਲ। ਅੰਮ੍ਰਿਤ ਛਕ ਗਿਆ ਉਹਦਾ ਨਾਮ, ਭਾਈ ਮੋਹਰ ਸਿੰਘ ਪੈ ਗਿਆ ਉਹਦੀ ਘਰਵਾਲੀ ਦਾ ਨਾਮ, ਬੀਬੀ ਪ੍ਰੀਤਮ ਕੌਰ ਖਾਲਸਾ ਪੈ ਗਿਆ।
ਉਹਦੇ ਤਿੰਨ ਬੱਚੀਆਂ ਨੇ, ਇੱਕ ਲੜਕੀ ਦਾ ਨਾਮ ਸਤਨਾਮ ਕੌਰ ਖਾਲਸਾ, ਇੱਕ ਦਾ ਨਾਮ ਵਾਹਿਗੁਰੂ ਕੌਰ ਖਾਲਸਾ, ਇੱਕ ਦਾ ਨਾਮ ਮਨਜੀਤ ਕੌਰ ਖਾਲਸਾ। ਆ ਜਦੋਂ ਸੰਤ ਜੀ ਕਹਿੰਦੇ ਨਾ ਵੀ ਭਾਈ ਜਿਹਨੇ ਜਾਣਾ ਚਲੇ ਜਾਓ, ਤੇ ਸੰਤ ਜੀ ਨੇ ਉੱਚੇ ਚਾਹ ਕਿਹਾ, ਕਹਿੰਦੇ ਪੰਡਤਾ ਤੈਂ ਜਾਣਾ ਕਿ ਰਹਿਣਾ? ਪੰਡਿਤ ਦੱਤਪਾਲ ਭਾਈ ਮੋਹਰ ਸਿੰਘ ਖਾਲਸਾ ਕਹਿਣ ਲੱਗੇ, ਪੰਡਤਾ ਤੈਂ ਜਾਣਾ ਕਿ ਰਹਿਣਾ? ਭਾਈ ਮੋਹਰ ਸਿੰਘ ਖਾਲਸਾ ਕਹਿਣ ਲੱਗੇ, ਬਾਬਾ ਜੇ ਮੈਂ ਚਲਾ ਗਿਆ ਤਾਂ ਸਿੱਖਾਂ ਨੇ ਮਿਹੜੇ ਮਾਰ ਮਾਰ ਕੇ ਕਹੀ ਜਾਣਾ, ਵੇਖਿਆ ਬਾਹਮਣ ਦਾ ਬਾਹਮਣ ਨਿਕਲਿਆ, ਵੇਖਿਆ ਸਿੱਖਾਂ ਨੇ ਕਹਿਣਾ ਪੰਡਿਤ ਦਾ ਪੰਡਿਤ ਹੀ ਨਿਕਲਿਆ, ਇਸ ਲਈ ਮੈਂ ਨਹੀਂ ਜਾਣਾ, ਮੈਨੂੰ ਸਿੱਖਾਂ ਬਰੂਦ ਦਿਓ। ਜਨਰਲ ਸਵੇਗ ਸਿੰਘ ਨੂੰ ਕਹਿਣ ਲੱਗੇ, ਕਹਿੰਦਾ ਮੈਨੂੰ ਘੱਟ ਤੋਂ ਘੱਟ ਪੰਜ ਬੰਬ ਦੇ ਦਿਓ, ਪੰਜ ਬੰਬ। ਪੰਜ ਬੰਬ ਲੈ ਕੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਜਿੱਥੇ ਸੀਸ ਦਾ ਪਵਿੱਤਰ ਸਥਾਨ ਹੈ ਉਸ ਮੋਰਚੇ ਦੇ ਉੱਤੇ ਆ ਕੇ ਡਟ ਗਿਆ। ਪਰਿਕਰਮਾ ਦੇ ਵਿੱਚੋਂ ਟੈਂਕ ਉਤਰਿਆ ਗੁਰੂ ਰਾਮਦਾਸ ਲੰਗਰ ਵਾਲੇ ਪਾਸਿਓਂ, ਉਹ ਟੈਂਕ ਉਤਰਿਆ, ਗੋਲੇ ਭਰਾਉਂਦਾ ਆਉਂਦਾ ਹੈ ਤਾਂ ਉਹਦੇ ਗੋਲੇ ਸਰੋਵਰ ਵਿੱਚ ਡਿੱਗ ਰਹੇ, ਹਜੇ ਕੋਈ ਨੁਕਸਾਨ ਨਹੀਂ ਕਰ ਰਹੇ। ਸਤ ਸੰਗਤ, ਉਹਨੇ ਗੋਲੇ ਅਕਾਲ ਤਖ਼ਤ ਸਾਹਿਬ 'ਤੇ ਦਾਗਣੇ ਆ। ਜਦੋਂ ਬਾਬਾ ਦੀਪ ਸਿੰਘ ਸਾਹਿਬ ਦੇ ਅਸਥਾਨ ਦੇ ਲਾਗੇ ਆਉਂਦਾ ਹੈ, ਭਾਈ ਮੋਹਰ ਸਿੰਘ ਨਮਸਕਾਰ ਕਰਿਓ, ਆਪਣੀ ਪੰਜ ਸਾਲਾਂ ਦੀ ਧੀ ਰਾਣੀ ਦੀ ਛਾਤੀ ਨਾਲ ਬੰਬ ਬੰਨ੍ਹ ਕੇ ਲੜਕੀ ਸਤਨਾਮ ਕੌਰ ਖਾਲਸਾ ਨੂੰ ਟੈਂਕ ਦੇ ਉੱਤੇ ਭਗਾ ਕੇ ਚੱਕ ਕੇ ਮਾਰਦਾ ਹੈ, ਬੰਬ ਫਟ ਜਾਂਦਾ, ਧੀ ਰਾਣੀ ਅਮਰ ਹੋ ਗਈ ਅਤੇ ਟੈਂਕ ਦੇ ਪ੍ਰਖੱਚੇ ਉਡਾ ਦਿੱਤੇ ਗਏ, ਟੈਂਕ ਦੇ ਪ੍ਰਖੱਚੇ ਉੱਡ ਗਏ। ਦੂਸਰਾ ਟੈਂਕ ਆਇਆ, ਭਾਈ ਮੋਹਰ ਸਿੰਘ ਨੇ ਆਪਣੀ 7 ਸਾਲਾਂ ਦੀ ਲੜਕੀ ਵਾਹਿਗੁਰੂ ਕੌਰ ਖਾਲਸਾ ਉਹਦੇ ਮੋਢਿਆਂ 'ਤੇ ਬੰਬ ਬੰਨਿਆ, ਬੰਬ ਬੰਨ੍ਹ ਕੇ ਗੁਰਮੁਖੋਂ ਸੌਖਾ ਨਹੀਂ ਹੈ ਆਪਣੇ ਧੀ ਰਾਣੀ ਨੂੰ ਆਪਣੇ ਹੱਥੀਂ ਚੁੱਕ ਕੇ ਮੌਤ ਦੇ ਖੱਡ ਵਿੱਚ ਸੁੱਟਣਾ, ਟੈਂਕ ਆ ਰਿਹਾ। ਤਾਂ ਸੂਰਮੇ ਨੇ ਭਾਈ ਮੋਹਰ ਸਿੰਘ ਨੇ ਆਪਣੀ ਦੂਸਰੀ ਧੀ ਰਾਣੀ ਚੁੱਕ ਕੇ ਟੈਂਕ ਦੇ ਉੱਤੇ ਵਗਾ ਕੇ ਚੱਕ ਕੇ ਮਾਰੀ, ਇਹ ਬੰਬ ਵੀ ਫਟ ਗਿਆ ਅਤੇ ਟੈਂਕ ਵੀ ਉੱਜੜ ਗਿਆ ਅਤੇ ਧੀ ਰਾਣੀ ਵੀ ਅਮਰ ਹੋ ਗਈ। ਸਤ ਸੰਗਤ, ਤੀਸਰੀ ਲੜਕੀ ਮਨਜੀਤ ਕੌਰ ਅੱਜ ਕੱਲ੍ਹ ਇੰਗਲੈਂਡ ਰਹਿੰਦੀ ਹੈ, ਉਹ ਆਪਣੇ ਰਿਸ਼ਤੇਦਾਰਾਂ ਦੇ ਕਿਤੇ ਗਈ ਹੋਈ ਸੀ। ਬੀਬੀ ਪ੍ਰੀਤਮ ਕੌਰ ਖਾਲਸਾ ਅਤੇ ਭਾਈ ਮੋਹਰ ਸਿੰਘ ਖਾਲਸਾ ਇਹ ਟੈਂਕਾਂ ਦਾ ਸਤਿਆਨਾਸ ਕਰਦੇ ਹੋਏ ਆਪ ਸਦਾ ਲਈ ਅਮਰ ਹੋ ਗਏ। ਇੱਕ ਵਾਰ ਇਸ ਪਰਿਵਾਰ ਦੀ ਕੁਰਬਾਨੀ ਨੂੰ ਨਮਸਕਾਰ ਕਰਕੇ ਸਾਰੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹਨਾਂ ਸ਼ਹੀਦਾਂ ਨੂੰ ਐਵੇਂ ਥੋੜ੍ਹਾ ਯਾਦ ਕੀਤਾ ਜਾਂਦਾ ਹੈ ਜਿਹਨਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਤ ਸੀਸ ਦਿੱਤੇ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਉਹਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਸਾਰੀ ਸੰਗਤ ਰੋਜ਼ ਮੱਥਾ ਟੇਕਦੀ ਹੈ। ਦਰਬਾਰ ਸਾਹਿਬ ਦਾ ਸਰੋਵਰ ਇਉਂ ਸੀ, ਅੱਜ ਜਲ ਨਹੀਂ, ਅੱਜ ਲਹੂ ਨਾਲ ਭਰਿਆ ਪਿਆ। ਪਰ ਕੁਰਬਾਨ ਜਾਈਏ ਉਹਨਾਂ ਸਿੱਖਾਂ ਦੇ ਜਿਹੜੇ ਕਹਿੰਦੇ ਆਏ ਫੌਜੀ ਪੈਰੀਂ ਤੁਰ ਕੇ ਆ, ਪਰ ਤੁਰ ਕੇ ਜਾਣ ਜੋਗੇ ਨਹੀਂ ਛੱਡਾਂਗੇ। ਇੱਕ ਵਾਰੀ ਫਿਰ ਝਾਕਣ ਲੱਗੀਆਂ ਕੌਮ ਸਾਡੀ ਵੱਲ ਗਹਿਰੀਆਂ ਅੱਖਾਂ, ਉਂਝ ਤਾਂ ਐਡੀ ਗੱਲ ਨਹੀਂ ਕੋਈ ਧਰਮ ਸਾਡੇ ਨੂੰ ਰੱਬ ਦੀਆਂ ਰੱਖਾਂ, ਦੰਦਾਂ ਨਾਲ ਕੋਈ ਚੱਬ ਲਊਗਾ ਏਡੇ ਵੀ ਨਹੀਂ ਸੋਲ ਮਖਾਣੇ, ਵੈਰੀ ਨਾਲ ਸਲੂਕ ਹੀ ਕਰਨਾ ਇਹ ਨਾ ਸਾਡਾ ਵੈਰੀ ਜਾਣੇ, ਸਾਡਾ ਹੈ ਈਮਾਨ ਅਜੇ ਵੀ, ਅਸਾਂ ਸ਼ਾਂਤੀ ਭੰਗ ਨਹੀਂ ਕਰਨੀ, ਅਮਨ ਦੀ ਖਾਤਰ ਤੇਗ ਚੁੱਕਾਂਗੇ, ਲਾਲਚ ਦੇ ਲਈ ਜੰਗ ਨਹੀਂ ਕਰਨੀ। ਪਰ ਸਾਡੀ ਆਜ਼ਾਦੀ ਦੇ ਬਲ ਜੇ ਕੋਈ ਮੂਰਖ ਮੁੱਕੇ ਤਾਣੇ, ਸਾਡੀ ਅਮਨ ਦੀ ਨੀਤੀ ਤਾਈਂ ਜੇ ਕੋਈ ਕਮਜ਼ੋਰੀ ਜਾਣੇ ਤਾਂ ਉਹ ਕੰਨ ਖੋਲ ਕੇ ਸੁਣ ਲੈ ਕਿ ਇੱਥੇ ਸ਼ੀਰੀਆਂ ਦੇ ਦੁੱਧ ਕਿਸੇ ਨਹੀਂ ਚੁੰਘੇ, ਉਹ ਨਹੀਂ ਮਾਨੇ ਹਜੇ ਜੰਮਿਆ ਜਿਹੜਾ ਸਾਡੀ ਗੈਰਤ ਲੁੰਘੇ, ਆ ਸ਼ੇਰਾਂ ਦੇ ਬੱਗ ਸ਼ਾਂਤ ਖਲੋਤੇ ਜਿਸਦਾ ਦਿਲ ਚਾਹੇ ਅਜ਼ਮਾਏ, ਪਰ ਜੇ ਕਿਸੇ ਜ਼ਰੂਰੀ ਆਉਣਾ ਤਾਂ ਕੱਫਣ ਦਾ ਭਾਅ ਪੁੱਛ ਕੇ ਆਏ।
ਸਿੱਖ ਪਹਿਲ ਨਹੀਂ ਕਰਦੇ ਤੇ ਉਧਾਰ ਨਹੀਂ ਰੱਖਦੇ। ਜਦੋਂ ਫੌਜੀ ਪ੍ਰਕਰਮਾ ਚ ਆਉਂਦੇ ਆ, ਗੁਰੂ ਕੇ ਖਾਲਸਾ ਨੇ ਭਾਰਤੀ ਫੌਜੀਆਂ ਨੂੰ ਪਰਮਵੀਰ ਚੱਕਰ ਵਰਤਾਉਣ ਵਾਸਤੇ ਕਰ ਲਈਆਂ ਤਿਆਰੀਆਂ। ਸਿੰਘਾਂ ਦੇ ਡੌਲੇ ਫੜ ਕੇ ਰੋਜ਼ ਅੱਗੇ ਅਣਖ ਟੁੰਬੀਆਂ ਗਈਆਂ, ਆ ਕੇ ਮੱਥੇ ਤੇ ਅਣਖ ਦੇ ਵੱਟ। ਫੌਜ ਵਾਲਿਆਂ ਨੂੰ ਵੀਰ ਚੱਕਰ ਤੇ ਪਰਮਵੀਰ ਚੱਕਰ ਖਾਲਸੇ ਨੇ ਹੇ
ਚੀਥੜੇ ਉਡਾਏ ਵੈਰੀ ਤਲ ਦੇ, ਚੀਥੜੇ ਉਡਾਏ ਵੈਰੀ ਤਲ ਦੇ, ਕਿੱਥੇ ਕਿਸੀ ਉਹਨਾਂ ਦੇ ਖਲਾਰੇ ਕੱਢਿਆ ਨਾ ਜਿਉਂਦੇ ਰਹਿਣ ਸੂਰਮੇ, ਕੱਢਿਆ ਨਾ ਜਿਉਂਦੇ ਰਹਿਣ ਸੂਰਮੇ, ਢਾਡੀ ਗਾਉਣ ਗਈ ਉਹਨਾਂ ਦੀ ਵਾਰੇ, ਜਾਦੋ ਰਪਾ ਜਗ ਰਹਿੰਦੀਆਂ ਹਾਂ ਮਰਦਾਂ ਤੇਰੀਆਂ, ਜਗ ਵਿੱਚ ਰਹਿੰਦੀਆਂ ਸੰਤ ਜੀ ਤੇਰੀਆਂ, ਸਾਨੂੰ ਪਿੰਜਰੇ ਬਿਜੇ ਕਿਸੇ ਪਾਇਆ ਖੋਲੇ ਖੰਭ ਤਾਂ ਪਿੰਜਰੇ ਤੋੜ ਛੱਡੇ, ਸਾਨੂੰ ਪਿੰਜਰੇ ਬਿਜੇ ਕਿਸੇ ਪਾਇਆ ਖੋਲੇ ਖੰਭ ਤਾਂ ਪਿੰਜਰੇ ਤੋੜ ਛੱਡੇ, ਅਸੀਂ ਉਹ ਹਾਂ ਜਿਨ੍ਹਾਂ ਦੇ ਸੀਨਿਆਂ ਨੇ ਤਿੱਖੇ ਨੇਜਿਆਂ ਦੇ ਮੂੰਹ ਵੀ ਮੋੜ ਛੱਡੇ, ਸਾਡਾ ਮੂੰਹ ਮੁਹਾਦਰਾ ਵੱਖਰਾ ਏ, ਸਾਡਾ ਰੂਪ ਵੱਖਰਾ, ਸਾਡਾ ਰੰਗ ਵੱਖਰਾ, ਸਾਡੀ ਮੌਤ ਜਹਾਨ ਤੋਂ ਵੱਖਰੀ ਏ, ਸਾਡਾ ਜ਼ਿੰਦਗੀ ਜਿਉਣ ਦਾ ਢੰਗ ਵੱਖਰਾ, ਕਿਸੇ ਕੌਮ ਦੇ ਨਾਲ ਨਹੀਂ ਮੇਲ ਖਾਂਦਾ, ਤੁਰਾਂ ਆਉਂਦਾ ਸਦੀਆਂ ਤੋਂ ਪ੍ਰਸੰਗ ਵੱਖਰਾ, ਸਦਾ ਸਾਡੇ ਨਸੀਬਾਂ ਵਿੱਚ ਜਿੱਤ ਹੁੰਦੀ, ਦਿੱਤੀ ਕਿਸੇ ਨੇ ਕਦੇ ਨਾ ਹਾਰ ਸਾਨੂੰ, ਸਰਤਲੀ 'ਤੇ ਰੱਖ ਕੇ ਤੁਰੇ ਜਾਈਏ, ਦੁਨੀਆਂ ਆਖਦੀ ਸਦਾ ਸਰਦਾਰ ਸਾਨੂੰ, ਇਹ ਸਰਦਾਰੀਆਂ ਬੜੇ ਮਹਿੰਗੇ ਭਾਅ ਮਿਲੀਆਂ, ਅੱਜ ਸਿੱਖਾਂ ਦੇ ਪੁੱਤ ਮੋਟਰਸਾਈਕਲ ਉੱਤੇ ਲਿਖਦੇ ਆ ਕਿ ਪੁੱਤ ਸਰਦਾਰਾਂ ਦੇ, ਉਹ ਯਾਰ ਐਡਾ ਕੀ ਲੋੜਾ ਪੈ ਗਿਆ ਕਿ ਲਿਖ ਲਿਖ ਕੇ ਦੱਸਣਾ ਪੈ ਰਿਹਾ, ਸਰਦਾਰ ਬਣੋ ਦੁਨੀਆਂ ਨੂੰ ਆਪ ਹੀ ਪਤਾ ਲੱਗ ਜੂ, ਲਿਖ ਕੇ ਦੱਸਣਾ ਪੈ ਰਿਹਾ, ਕੋਈ ਟੀ ਸ਼ਰਟ ਉੱਤੇ ਲਿਖਾਈ ਫਿਰਦਾ ਪੁੱਤ ਸਰਦਾਰਾਂ ਦੇ, ਕੀ ਵਿਫਤਾ ਪੈ ਗਈ ਜਿਹੜਾ ਲਿਖ ਕੇ ਦੱਸਣਾ ਪੈ ਰਿਹਾ, ਕਿਉਂ ਸਰਦਾਰੀ ਅਸੀਂ ਆਪਣੇ ਹੱਥੀਂ ਉਜਾੜ ਦਿੱਤੀ ਹੈ, ਅਸੀਂ ਕੇਸਾ ਧਾਰੀ ਨਾ ਰਹੇ, ਦਸਤਾਰਾਂ ਵਾਲੇ ਨਾ ਰਹੇ, ਇਹੋ ਕੁਝ ਤਾਂ ਸਰਕਾਰਾਂ ਚਾਹੁੰਦੀਆਂ ਸਨ ਜੋ ਅਸੀਂ ਕਰਦੇ ਜਾ ਰਹੇ, ਆਪਣੇ ਮਨ ਅੰਦਰ ਇਕਾਗਰਤਾ ਬਣਾ ਕੇ ਸੁਣਿਓ, ਇੱਕ ਇੱਕ ਸ਼ਬਦ ਨੂੰ ਮਨ ਵਿੱਚ ਜਗ੍ਹਾ ਦੇਣੀ, ਤੁਹਾਡਾ ਇੱਥੇ ਆਉਣਾ ਅਤੇ ਸਾਡਾ ਇੱਥੇ ਗਾਉਣਾ ਸਫਲਾ ਹੋ ਜਾਏਗਾ। ਝੂਟੇ ਲਏ ਨੇ ਕਿਸ ਤਰ੍ਹਾਂ ਚੜਖੜੀ ਚਰਖੜੀ 'ਤੇ, ਲੈਂਦੀ ਰਹੀ ਆ ਕਿਸ ਤਰ੍ਹਾਂ ਖੱਲ ਸਾਡੀ, ਝੂਟੇ ਲਏ ਨੇ ਕਿਸ ਤਰ੍ਹਾਂ ਚਰਖੜੀ 'ਤੇ, ਲੈਂਦੀ ਰਹੀ ਆ ਕਿਸ ਤਰ੍ਹਾਂ ਖੱਲ ਸਾਡੀ, ਲੋਕ ਉਂਗਲਾਂ ਮੂੰਹ ਵਿੱਚ ਪਾ ਲੈਂਦੇ ਤੁਰਦੀ ਮਹਿਫਲਾਂ ਵਿੱਚ ਜਦੋਂ ਵੀ ਗੱਲ ਸਾਡੀ, ਛੋਟੀ ਉਮਰ ਦੇ ਵਿੱਚ ਹੀ ਮੋਢਿਆਂ 'ਤੇ ਚੱਕ ਲਿਆ ਮੁਸੀਬਤਾਂ ਵੱਡੀਆਂ ਨੂੰ, ਕਰਨ ਵਾਸਤੇ ਕੌਮ ਦੀ ਨੀਂਹ ਪੱਕੀ, ਪਾਇਆ ਰੋੜੀ ਦੀ ਥਾਂ ਅਸਾਂ ਨੇ ਹੱਡੀਆਂ ਨੂੰ, ਅਸੀਂ ਮੌਤ ਮੁਟਿਆਰ ਦੇ ਘਰ ਜਾ ਕੇ ਰਹੇ ਖੇਡ ਦੇ ਕੌੜ ਕਵੱਡੀਆਂ ਨੂੰ, ਅਸੀਂ ਉਹ ਹਾਂ ਜਿਨ੍ਹਾਂ ਨੇ ਹਿੱਕ ਡਾ ਕੇ ਰੋਕ ਛੱਡਿਆ ਚੱਲਦੀਆਂ ਗੱਡੀਆਂ, ਸਤ ਸੰਗਤ ਟੈਂਕ ਰੋਕ ਦਿੱਤੇ, ਗੱਡੀਆਂ ਰੋਕ ਦਿੱਤੀਆਂ, ਉਹ ਨਿੱਕੀਆਂ ਨਿੱਕੀਆਂ ਪੁਚੰਗੜਾਂ ਕੌਮ ਤੋਂ ਆਪਾਂ ਵਾਰ ਗਈਆਂ, ਕੁਰਬਾਨ ਹੋ ਗਈਆਂ, ਪਰ ਇਹਦੀ ਦੁਨੀਆਂ ਤੱਕ ਉਹਨਾਂ ਦਾ ਨਾਮ ਕਾਇਮ ਰਹੇਗਾ, ਰੋਜ਼ਾਨਾ ਅਰਦਾਸ ਵਿੱਚ ਉਹਨਾਂ ਨੂੰ ਯਾਦ ਕੀਤਾ ਜਾਵੇਗਾ, ਜਿਨ੍ਹਾਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਉਹਨਾਂ ਨੂੰ ਰਹਿੰਦੀ ਦੁਨੀਆਂ ਤੱਕ ਲੋਕ ਮੱਥਾ ਟੇਕਦੀ ਰਹੇਗੀ। ਮੈਂ ਆਪਣੀ ਗੱਲ ਨੂੰ ਹੋਰ ਪਾਸੇ ਨਾਲ ਲੈ ਕੇ ਜਾਵਾਂ, ਸਤ ਸੰਗਤ ਜਿਹੜਾ ਕੁਲਦੀਪ ਬਰਾੜ ਹੈ, ਇਹਦੇ ਪਿਛੋਕੜ ਦੀ ਗੱਲ ਅਤੇ ਸੰਤ ਜਰਨੈਲ ਸਿੰਘ ਦੇ ਪਿਛੋਕੜ ਦੀ ਗੱਲ ਥੋੜ੍ਹੀ ਜਿਹੀ ਮੇਰੇ ਮਨ ਆਈ, ਮੈਂ ਆਪ ਜੀ ਦੀ ਸੇਵਾ 'ਚ ਕਹਿਣੀ। ਦਸਵੇਂ ਪਾਤਸ਼ਾਹ ਸੱਚੀ ਸਰਕਾਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡੇ ਇਸ ਮਾਲਵੇ ਦੀ ਧਰਤੀ ਦਾ ਭਲਾ ਕਰ ਰਹੇ ਸਨ, ਨਿੱਕੇ ਨਿੱਕੇ ਪਿੰਡਾਂ ਵਿੱਚ ਵਿਚਰਦੇ ਨੇ, ਕਾਲ ਝਰਾਣੀ, ਬੰਬੀਹਾ, ਬਾਜਕ, ਪੱਕਾ ਪਿੰਡ, ਇਹਨਾਂ ਪਿੰਡਾਂ ਵਿੱਚੋਂ ਲੰਘਦੇ ਲੰਘਦੇ ਗੁਰਦੇਵ ਦਾਤਾ ਛੱਤਿਆਣਾ ਪਿੰਡ ਗਏ, ਛੱਤਿਆਣਾ ਪਿੰਡ ਜਦੋਂ ਆਏ ਤੇ ਉੱਥੇ ਕੁਝ ਬਰਾੜ ਕਬੀਲੇ ਦੇ ਬੰਦੇ ਗੁਰੂ ਸਾਹਿਬ ਦੇ ਨਾਲ ਤਨਖਾਹ ਦੇ ਉੱਤੇ ਕੰਮ ਕਰਦੇ ਆ, ਕਿਉਂਕਿ ਚਮਕੌਰ ਸਾਹਿਬ ਦੀ ਜੰਗ ਤੋਂ ਬਾਅਦ ਸਤਿਗੁਰੂ ਨੂੰ ਕੁਛ ਬੰਦੇ ਆਪਣੇ ਨਾਲ ਤਨਖਾਹ 'ਤੇ ਰੱਖਣੇ ਪੈ ਗਏ ਸਨ, ਕਿਉਂਕਿ ਸਾਰੇ ਸ਼ਹੀਦ ਹੋ ਗਏ ਸਨ ਨਾਲ ਦੇ, ਅਤੇ ਕੁਛ ਬੰਦੇ ਤਨਖਾਹ 'ਤੇ ਰੱਖਣੇ ਪੈ ਗਏ ਬੋਡੀ ਗਾਰਡ ਮਹਾਰਾਜ ਨੂੰ, ਆਪਣੇ ਗਨ ਮੈਨ ਕਹਿ ਲਓ, ਸਤਿਗੁਰੂ ਦੇ ਹਜ਼ੂਰੀ ਸੇਵਾਦਾਰ, ਗੁਰੂ ਜੀ ਦੇ ਟਹਿਲੀਏ ਜਾਂ ਗੁਰੂ ਸਾਹਿਬ ਦੇ ਨਿਕਟਵਰਤੀ ਗੁਰਮੁਖ ਪਿਆਰੇ, ਉਹਨਾਂ ਵਿੱਚ ਬਰਾੜ ਕਬੀਲੇ ਦੇ ਬੰਦੇ ਬਹੁਤੇ ਸਨ, ਉਹਨਾਂ ਦਾ ਆਗੂ ਸੀ ਦਾਨਾ ਬਰਾੜ।
ਦਾਨੇ ਬਰਾੜ ਨੂੰ ਉਹ ਸਾਰੇ ਬਰਾੜ ਇਕੱਠੇ ਹੋ ਕੇ ਕਹਿਣ ਲੱਗੇ, ਦਾਨਿਆ ਬਈ ਸੱਜਣਾ 3 ਮਹੀਨੇ ਹੋ ਗਿਆ ਤਨਖਾਹ ਨਹੀਂ ਮਿਲੀ, ਹੁਣ ਅਸੀਂ ਅੱਗੇ ਨਹੀਂ ਜਾਣਾ, ਅੱਜ ਤਨਖਾਹ ਮਿਲੇਗੀ ਤਾਂ ਗੁਰੂ ਦੇ ਨਾਲ ਅੱਗੇ ਤੁਰਾਂਗੇ, ਨਹੀਂ ਮਿਲਦੀ ਤਨਖਾਹ ਤਾਂ ਸਾਡਾ ਗੁਰੂ ਨਾਲ ਕੋਈ ਲੈਣਾ ਦੇਣਾ ਨਹੀਂ, ਘਰ ਨੂੰ ਚੱਲਿਆ ਸੀ। ਭਾਈ ਦਾਨਾ ਬਰਾੜ ਸਮਝਾਉਂਦਾ, ਕਹਿੰਦਾ ਗੁਰੂ ਬੇਈਮਾਨ ਨਹੀਂ ਹੈ, ਸਤਿਗੁਰੂ ਸਾਹਿਬ ਕਿਸੇ ਦਾ ਹੱਕ ਨਹੀਂ ਮਾਰਦੇ, ਇਹਨਾਂ ਦੇ ਘਰ ਕੀਰਤਨ ਹੁੰਦਾ, ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਏ, ਗੁਰਪੀਰ ਹਾਮਾ ਤਾਂ ਪਰੇ ਜਾ ਮੁਰਦਾਰ ਨਾ ਖਾਏ। ਇਸ ਲਈ ਆਪਣੀ ਰਕਮ ਮਰੇਗੀ ਨਹੀਂ, ਨਿਸ਼ਚਿੰਤ ਹੋ ਕੇ ਸੇਵਾ ਕਰੋ, ਮਿਲ ਜਾਣਗੇ ਪੈਸੇ। ਪਰ ਅੜ ਗਿਆ, ਵੇਰ ਗਿਆ, ਕਹਿੰਦੇ ਨਾ ਜੀ ਰੁਪਈਏ ਮਿਲਣਗੇ ਤਾਂ ਜਾਣਾ, ਨਹੀਂ ਤੇ ਨਹੀਂ ਜਾਣਾ। ਆ ਸੁਣਿਓ ਕੁਛ ਬੰਦਿਆਂ ਦੀ ਆਪਣੀ ਸੋਚ ਕੀ ਆ। ਗੁਰੂ ਸਾਹਿਬ ਨੇ ਇੱਥੇ ਕੌਤਕ ਰਚਿਆ, ਗੁਰਦੇਵ ਜੀ ਦੇ ਚਰਨਾਂ ਵਿੱਚ ਬੜਾ ਅਮੀਰ ਆਦਮੀ ਸੋਨੇ ਦੀਆਂ ਮੋਹਰਾਂ ਦੀ ਥੈਲੀ ਲੈ ਕੇ ਆਇਆ, ਹਾਜ਼ਰ ਹੋਇਆ। ਉਹਨੇ ਬਹੁਤ ਸਾਰਾ ਧਨ ਦੌਲਤ ਰੁਪਈਏ ਭੇਟ ਕੀਤੇ। ਗੁਰੂ ਸਾਹਿਬ ਨੇ ਰੁਪਈਆਂ ਦੇ ਮੂੰਹ ਖੋਲ੍ਹੇ, ਖੁਰਜੀਆਂ ਦੇ ਮੂੰਹ ਖੋਲ੍ਹੇ, ਅਤੇ ਉਹਨਾਂ ਨੂੰ ਕਿਹਾ ਲਓ ਬੇ ਬਰਾੜ ਭਰਾਵੋ ਲਾਈਨਾਂ ਬੰਨ ਲਓ, ਤਨਖਾਹ ਵੰਡੀਏ ਤੁਹਾਨੂੰ, 3 ਮਹੀਨੇ ਦੀ ਤਨਖਾਹ ਪਈ ਆ। ਇਕੱਲਾ ਇਕੱਲਾ ਬਰਾੜ ਆਉਂਦਾ ਅਤੇ ਸਤਿਗੁਰੂ ਉਹਨੂੰ ਪੁੱਛਦੇ ਆ, ਕਹਿੰਦੇ ਹਾਂ ਬਈ ਸੱਜਣਾ ਤਨਖਾਹ ਚਾਹੀਦੀ ਕਿ ਸਿੱਖੀ ਚਾਹੀਦੀ ਆ? ਉਹ ਅੱਗੋਂ ਖੱਤਰੀ ਜੀ ਹਾਸੀ ਹੱਸ ਕੇ ਕਹਿੰਦਾ ਬਾਬਾ ਸਿੱਖ ਤਾਂ ਤੇਰੇ ਹੀ ਆ, ਪਰ ਅੱਜ ਤਨਖਾਹ ਚਾਹੀਦੀ। ਅਗਲਾ ਆਉਂਦਾ ਉਹ ਵੀ ਕਹਿੰਦਾ ਬਾਪੂ ਸਿੱਖ ਤਾਂ ਤੁਹਾਡੇ ਹੀ ਆ, ਪਰ ਅੱਜ ਤਨਖਾਹ ਚਾਹੀਦੀ ਆ। ਸਤਿਗੁਰਾਂ ਨੇ ਸਾਰਿਆਂ ਨੂੰ ਤਨਖਾਹ ਵੰਡ ਦਿੱਤੀ ਅਤੇ ਸਾਰੇ ਜਣੇ ਬਹਿ ਗਏ। ਅਤੇ ਗੁਰੂ ਜੀ ਦਾਨੇ ਬਰਾੜ ਨੂੰ ਪਿੱਛੋਂ ਆਵਾਜ਼ ਮਾਰ ਕੇ ਕਹਿੰਦੇ ਦਾਨਿਆ ਤੂੰ ਵੀ ਤਨਖਾਹ ਲੈ ਲਾ। ਅਤੇ ਦਾਨਾ ਬਰਾੜ ਦੂਰੋਂ ਹੱਥ ਜੋੜ ਕੇ ਕਹਿੰਦਾ ਨਹੀਂ ਬਾਬਾ ਮੈਂ ਤਨਖਾਹ ਨਹੀਂ ਲੈਣੀ, ਮੈਂ ਸਿੱਖੀ ਲੈਣੀ ਆ, ਮੈਨੂੰ ਸਿੱਖੀ ਦੇ ਦਿਓ, ਮੈਨੂੰ ਤਨਖਾਹ ਨਹੀਂ ਚਾਹੀਦੀ। ਸਤਿਗੁਰੂ ਕਹਿੰਦੇ ਉਰਾ ਆ, ਪਹਿਲਾਂ ਕਲਾਬ ਵਿੱਚ ਆ, ਗੱਲ ਨੂੰ ਲੱਗ, ਤੈਨੂੰ ਛਾਤੀ ਨਾਲ ਲਾਵਾਂ। ਸਤਿਗੁਰਾਂ ਨੇ ਕਲਾਬ ਵਿੱਚ ਲਿਆ, ਨਾਲ ਕਹਿੰਦੇ ਦਾਨ ਸਿੰਘਾ ਜੇ ਹੋਰ ਕੁਛ ਮੰਗਣਾ ਤਾਂ ਮੰਗ ਲੈ, ਕੁਛ ਚਾਹੀਦਾ? ਕਹਿੰਦਾ ਵਾਹ ਮਹਾਰਾਜ ਬੜੀ ਕਿਰਪਾ ਕੀਤੀ ਆ, ਦਾਨ ਸਿੰਘ ਕਿਹਾ, ਜੇ ਦਾਨ ਸਿੰਘ ਕਿਹਾ ਫਿਰ ਅੰਮ੍ਰਿਤ ਦੀ ਦਾਤ ਬਖਸ਼ ਦਿਓ, ਅੰਮ੍ਰਿਤ ਦੀ ਦਾਤ ਬਖਸ਼ੋ, ਜੇ ਦਾਨ ਸਿੰਘ ਆਖਿਆ ਤਾਂ ਫਿਰ ਸਿੰਘ ਬਣਾ ਲਓ ਮੈਨੂੰ। ਲਓ ਜੀ ਦਾਨਾ ਅੰਮ੍ਰਿਤ ਛਕੇ ਦਾਨ ਸਿੰਘ ਬਣ ਗਿਆ। ਢਿੱਲਵਾਂ ਪਿੰਡ ਅੰਮ੍ਰਿਤ ਸੰਚਾਰ ਹੋਇਆ ਸੀ, ਕੋਟਕਪੂਰੇ ਦੇ ਲਾਗੇ ਆ ਸਤ ਸੰਗਤ। ਅਤੇ ਗੁਰੂ ਸਾਹਿਬ ਨੇ ਉੱਥੇ ਟੋਆ ਪਟਵਾਇਆ, ਜਿਹੜੀ ਧਨ ਦੌਲਤ ਬਚ ਗਈ, ਜਿਹੜੇ ਰੁਪਈਏ ਸੋਨਾ ਚਾਂਦੀ ਮੋਹਰਾਂ ਬਚ ਗਈਆਂ, ਸਤਿਗੁਰਾਂ ਨੇ ਟੋਆ ਪਟਵਾ ਕੇ ਮਿੱਟੀ ਵਿੱਚ ਦੱਬਿਆ ਅਤੇ ਉੱਤੇ ਮਿੱਟੀ ਪਾ ਕੇ ਥਾਪੜ ਦਿੱਤੀ ਅਤੇ ਸਤਿਗੁਰੂ ਜੀ ਆਪ ਅੱਗੇ ਚਲੇ ਗਏ। ਜਿਹੜੇ ਬਰਾੜ ਤਨਖਾਹ ਲੈ ਕੇ ਘਰ ਨੂੰ ਮੁੜ ਗਏ, ਉਹ ਕਹਿੰਦੇ ਗੁਰੂ ਕੋਲੇ ਤਾਂ ਸਮਾਂ ਹੀ ਨਹੀਂ ਹੁੰਦਾ, ਮਹਾਰਾਜ ਨੇ ਕਿਹੜਾ ਮੁੜ ਕੇ ਆਉਣਾ, ਪਰ ਚਲੋ ਆਪਾਂ ਟੋਆ ਪੁੱਟ ਕੇ ਰੁਪਈਏ ਕੱਢੀਏ। ਉਹਨਾਂ ਟੋਆ ਪੁੱਟਿਆ, ਮਿੱਟੀ ਛਾਣ ਮਾਰੀ ਅਤੇ ਖੋਟੀ ਕੌਡੀ ਬਿਨਾ ਲੱਭੀ ਉਹਨਾਂ ਨੂੰ, ਉੱਥੋਂ ਪੈਸਾ ਹੀ ਨਾ ਲੱਭਿਆ ਕੋਈ। ਉੱਥੇ ਗੁਰਦੁਆਰਾ ਸਾਹਿਬ ਬਣਿਆ, ਗੁਰਦੁਆਰਾ ਗੁਪਤਸਰ ਸਾਹਿਬ ਪਾਤਸ਼ਾਹੀ 10ਵੀਂ ਪਿੰਡ ਛਤਿਆਣਾ। ਸਤ ਸੰਗਤ, ਹੁਣ ਦੋ ਤਰ੍ਹਾਂ ਦੇ ਬਰਾੜ ਹੋ ਗਏ, ਇੱਕ ਸਿੱਖੀ ਮੰਗਣ ਵਾਲੇ ਬਰਾੜ, ਇੱਕ ਮਿੱਟੀ ਛਾਣਨ ਵਾਲੇ ਬਰਾੜ। ਆਪਾਂ ਅੰਦਾਜ਼ਾ ਲਾਉਣਾ ਕਿ ਆਪਾਂ ਕਿਹੜੇ ਬਣਨਾ, ਮਿੱਟੀ ਛਾਣਨ ਵਾਲੇ ਕਿ ਸਿੱਖੀ ਮੰਗਣ ਵਾਲੇ? ਮਿੱਟੀ ਛਾਣਨ ਵਾਲੇ ਬਰਾੜਾਂ ਦੀ ਅੰਸ਼ ਮੰਸ ਅੱਗੇ ਵੱਧਦੀ ਗਈ। ਆ ਮੇਰਾ ਖਿਆਲ ਆ ਬਠਿੰਡਾ ਜ਼ਿਲ੍ਹਾ ਪੈਂਦਾ, ਮੋਗਾ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾ, ਪਿੰਡ ਦਾ ਨਾਮ ਆ ਪੱਤੋ ਹੀਰਾ ਸਿੰਘ, ਪੱਤੋ ਹੀਰਾ ਸਿੰਘ ਪਿੰਡ ਪੈਂਦਾ, ਆ ਨਿਹਾਲ ਸਿੰਘ ਵਾਲੇ ਦੇ ਲਾਗੇ ਆ। ਸਤ ਸੰਗਤ, ਉਹ ਪੱਤੋ ਹੀਰਾ ਸਿੰਘ ਪਿੰਡ ਵਿੱਚ ਮਿੱਟੀ ਛਾਣਨ ਵਾਲੇ ਬਰਾੜ ਰਹਿੰਦੇ ਆ। ਉਹਨਾਂ ਦੇ ਘਰ ਇੱਕ ਪੁੱਤ ਜੰਮਿਆ, ਉਹਦਾ ਨਾਂ ਰੱਖਿਆ ਕੁਲਦੀਪ ਸਿੰਘ ਬਰਾੜ। ਇਹ ਕੁਲਦੀਪ ਸਿੰਘ ਬਰਾੜ ਉਹ ਜਿਹੜਾ ਲੈਫਟੀਨੈਂਟ ਜਨਰਲ ਬਣ ਕੇ 3 ਲੱਖ ਫੌਜਾਂ ਦੀ ਕਮਾਂਡ ਕਰਦਾ ਆਇਆ, ਮਿੱਟੀ ਛਾਣਨ ਵਾਲੇ ਬਰਾੜਾਂ ਦੇ ਘਰ ਜੰਮਿਆ ਸੀ। ਦੂਜੇ ਪਾਸੇ ਸਿੱਖੀ ਮੰਗਣ ਵਾਲੇ ਬਰਾੜ, ਉਹਨਾਂ ਦੀ ਅੰਸ਼ ਵੰਸ਼ ਵੀ ਅੱਗੇ ਵੱਧਦੀ ਗਈ। ਮੋਗੇ ਜ਼ਿਲ੍ਹੇ ਦਾ ਪਿੰਡ, ਪਿੰਡ ਦਾ ਨਾਮ ਹੈ ਰੋਡੇ। ਰੋਡੇ ਪਿੰਡ ਦੇ ਵਿੱਚ ਬਾਪੂ ਜੋਗਿੰਦਰ ਸਿੰਘ ਅਤੇ ਮਾਤਾ ਨਿਹਾਲ ਕੌਰ ਰਹਿੰਦੇ ਆ।
ਉਹਨਾਂ ਦੇ ਘਰ 6 ਪੁੱਤਰ ਸਨ ਤੇ ਅੱਜ ਰੱਬ ਨੇ ਕਿਰਪਾ ਕੀਤੀ 7ਵਾਂ ਪੁੱਤ ਜਨਮਿਆ ਤੇ ਜਿੱਦਣ 7ਵਾਂ ਜਨਮਿਆ ਉਹਦਾ ਨਾਮ ਰੱਖਿਆ ਜਰਨੈਲ ਸਿੰਘ ਬਰਾੜ। ਉਹ ਜਰਨੈਲ ਸਿੰਘ ਬਰਾੜ ਨੂੰ ਅੱਜ ਸਾਰੀ ਸਿੱਖ ਕੌਮ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਮ ਨਾਲ ਯਾਦ ਕਰਦੀ ਹੈ। ਇਹ ਦੋਨਾਂ ਬਰਾੜਾਂ ਦਾ ਪਿਛੋਕੜ ਹੈ। ਤੇ ਯਾਦ ਰੱਖਿਓ ਅੰਮ੍ਰਿਤਸਰ ਦਾ ਉਸ ਮੌਕੇ ਜਿਹੜਾ DC ਸੀ ਨਾ ਉਹਦਾ ਨਾਮ ਵੀ ਗੁਰਦੇਵ ਸਿੰਘ ਬਰਾੜ ਹੈ। ਉਹ ਵੀ ਬਰਾੜ, ਗੁਰਦੇਵ ਸਿੰਘ ਬਰਾੜ। ਬੜਾ ਤਕੜਾ ਨਾਟਕ ਹੈ ਰਾਜਨੀਤੀ ਦਾ, ਇਹ ਤਾਣੀ ਬਾਣੀ ਏਡੀ ਉਲਝੀ ਆ, ਤੁਹਾਨੂੰ ਸਮਝਣ ਵਾਸਤੇ ਬੜਾ ਸਮਾਂ ਲੱਗੇਗਾ। ਮੈਂ ਆਪਣੀ ਗੱਲ ਹੋਰ ਪਾਸੇ ਨਾਲ ਲੈ ਜਾਵਾਂ। ਸਤ ਸੰਗਤ, ਸਿੱਖਾਂ ਦੇ ਉੱਤੇ ਇਹ ਜਿਹੜਾ ਭਾਰੀ ਜ਼ੁਲਮ ਹੋਇਆ ਇਹ ਰਹਿੰਦੀ ਦੁਨੀਆ ਤੱਕ ਸਿੱਖਾਂ ਨੂੰ ਜ਼ਖਮ ਪੀੜਾ ਦਿੰਦਾ ਰਹੇਗਾ। ਇੱਕ ਸ਼ਬਦ ਹੋਰ ਕਹਿਣਾ ਚਾਹੁੰਦਾ, ਅੱਜ ਕਈ ਫੁਕਰੇ ਲੀਡਰ ਇਹ ਗੱਲ ਕਹਿੰਦੇ ਆ ਕਿ ਸਿੱਖਾਂ ਨੂੰ 84 ਭੁੱਲ ਜਾਣੀ ਚਾਹੀਦੀ ਹੈ। ਕਈ ਹਿੰਦੂ ਲੀਡਰ ਕਹਿੰਦੇ ਨੇ ਸਿੱਖ 84 ਨੂੰ ਭੁੱਲ ਜਾਣ। ਉਹ ਯਾਰ ਕਿਵੇਂ ਭੁੱਲ ਜਾਈਏ ਅਸੀਂ? ਰਾਵਣ ਨੇ ਸੀਤਾ ਦਾ ਹਰਣ ਕੀਤਾ ਤੇ ਰਾਵਣ ਨੇ ਸੀਤਾ ਨੂੰ ਮਾਂ ਜਿੱਡਾ ਸਤਿਕਾਰ ਦਿੱਤਾ, ਆਪਣੇ ਮਹਿਲਾਂ ਵਿੱਚ ਉਹਨੇ ਆਪਣੀ ਵੱਡੀ ਭੈਣ ਤੋਂ ਵੱਧ ਕੇ ਇੱਜ਼ਤ ਕੀਤੀ। ਪਰ ਹਿੰਦੂ ਭਰਾਵੋ, ਤੁਸੀਂ ਆਏ ਸਾਲ ਉਹਦੀਆਂ ਬੱਖੀਆਂ ਪਾੜਦੇ ਹੋ, ਸਦੀਆਂ ਬੀਤ ਗਈਆਂ, ਸਾਡੇ ਤਾਂ ਯਾਰ ਸਮਾਂ ਹੀ ਇਹਦੇ 4 ਦਹਾਕੇ ਨਹੀਂ ਹੋਏ ਜੇ, ਸਾਨੂੰ ਕਿਹੜੇ ਮੂੰਹ ਨਾਲ ਕਹਿੰਦੇ ਹੋ ਭੁੱਲ ਜਾਓ? ਭਾਈ ਮਨਜੀਤ ਸਿੰਘ ਖੁਜਾਲਾ ਉਹਦੇ ਹੱਥ ਵੱਢ ਕੇ ਅੰਮ੍ਰਿਤਸਰ ਮਾਲ ਮੰਡੀ ਵਿੱਚ ਦਹਿਸ਼ਤ ਫੈਲਾਉਣ ਲਈ ਰੱਖੇ ਗਏ। ਸੰਤ ਚਰਨ ਸਿੰਘ ਜੀ ਬੀੜ ਸਾਹਿਬ ਵਾਲੇ ਉਹਨਾਂ ਦੇ ਗਿੱਟਿਆਂ ਨੂੰ ਰੱਸੇ ਬੰਨ ਕੇ ਜੀਪਾਂ ਦੇ ਨਾਲ ਰੱਸੇ ਬੰਨੇ ਗਏ, ਜੀਪਾਂ ਉਲਟ ਦਿਸ਼ਾਵਾਂ ਨੂੰ ਤੁਰੀਆਂ, ਹੁੱਜ ਕੇ ਮਾਰ ਮਾਰ ਕੇ ਕਾਰ ਸੇਵਾ ਵਾਲੇ ਮਹਾਂਪੁਰਖ ਸੰਤ ਬਾਬਾ ਚਰਨ ਸਿੰਘ ਬੀੜ ਸਾਹਿਬ ਵਾਲਿਆਂ ਨੂੰ ਅੱਧ ਵਿੱਚੋਂ ਪਾੜ ਕੇ ਦੁਫਾੜ ਕਰ ਦਿੱਤਾ। ਕਿਵੇਂ ਭੁੱਲ ਜਾਵਾਂਗੇ ਅਸੀਂ? ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ, ਉਹਦੇ ਬਾਪ ਦਾ ਨਾਂ ਸੀ ਨਛੱਤਰ ਸਿੰਘ। ਬਾਪੂ ਨਛੱਤਰ ਸਿੰਘ ਨੂੰ ਗਰਮ ਲੁੱਕ ਦੇ ਡਰੰਮ ਵਿੱਚ ਖੜਾ ਕਰਕੇ ਲੱਕ ਦੇ ਥੱਲੇ ਥੱਲੇ ਸਾਰਾ ਹੀ ਲੂਹ ਦਿੱਤਾ। ਕੀ ਭੁੱਲ ਜਾਵਾਂਗੇ ਅਸੀਂ? ਭਾਈ ਕੁਲਵੰਤ ਸਿੰਘ ਵਕੀਲ, ਉਹਦਾ ਕਸੂਰ ਕੀ ਸੀ? ਉਹ ਖਾੜਕੂਆਂ ਦੇ ਕੇਸ ਲੜਦਾ ਸੀ। ਉਹਦੇ ਪਰਿਵਾਰ ਦੇ ਜੀਆਂ ਨੂੰ ਕੱਦੂਕਸ ਦੇ ਨਾਲ ਛਿੱਲ ਕੇ, ਕੱਦੂਕਸ ਨਾਲ ਛਿੱਲ ਕੇ ਉੱਤੇ ਪੈਟਰੋਲ ਪਾ ਕੇ ਜਿਉਂਦਿਆਂ ਨੂੰ ਅੱਗ ਲਾਈ ਸੀ। ਕੀ ਭੁੱਲ ਜਾਵਾਂਗੇ ਅਸੀਂ? ਕਿਵੇਂ ਭੁੱਲ ਜਾਵਾਂਗੇ ਅਸੀਂ? ਭਾਈ ਗੁਰਦੇਵ ਸਿੰਘ ਦੇਬੂ ਧੀਰਪੁਰੀਆ, ਕੜਾਹੇ ਵਿੱਚ ਪਾਣੀ ਪਾ ਕੇ ਜਦੋਂ ਪਾਣੀ ਉਬਾਲੇ ਖਾਣ ਲੱਗ ਪਿਆ, ਉਹਦੇ ਵਿੱਚ ਜਿਉਂਦੇ ਨੂੰ ਸੁੱਟਿਆ ਸੀ, ਜਿਉਂਦੇ ਨੂੰ ਸੁੱਟ ਕੇ ਉਬਾਲ ਦਿੱਤਾ ਗਿਆ। ਕਿਤੇ ਗੂਗਲ 'ਤੇ ਸਰਚ ਤਾਂ ਕਰਿਓ ਗੁਰਦੇਵ ਸਿੰਘ ਦੇਬੂ ਧੀਰਪੁਰੀਆ, ਤੁਹਾਨੂੰ ਲੱਗੂਗਾ ਕੜਾਹੇ ਦੇ ਵਿੱਚ ਲਾਸ਼ ਪਈ ਹੈ, ਹੱਡੀਆਂ ਅਤੇ ਮਾਸ ਅਲੈਦਾ ਅਲੈਦਾ ਹੋ ਗਿਆ। ਉਹ ਸੂਰਮੇ ਨੇ ਹੱਥ ਕਦੇ ਪਿੱਛੇ ਨਹੀਂ ਸੀ ਕੀਤਾ। ਭਾਈ ਕੁਲਵੰਤ ਸਿੰਘ ਨਾਗੋਕਿਆਂ ਦਾ ਰਹਿਣ ਵਾਲਾ, ਉਹਦੇ ਹੱਥਾਂ ਦੇ ਥੱਲੇ ਪੁਲਿਸ ਨੇ ਮੋਮਬੱਤੀਆਂ ਬਾਲ ਦਿੱਤੀਆਂ, ਚਰਬੀ ਢਲ ਢਲ ਕੇ ਥੱਲੇ ਡਿੱਗ ਪਈ। ਕੀ ਉਹ ਭਾਈ ਮਨੀ ਸਿੰਘ ਸਾਹਿਬ ਤੋਂ ਘੱਟ ਹੈ? ਕਿਵੇਂ ਭੁੱਲ ਜਾਵਾਂਗੇ ਅਸੀਂ? ਇਹਨਾਂ ਸਿੱਖਾਂ ਨੂੰ ਕਿਵੇਂ ਭੁੱਲ ਜਾਈਏ? ਬੱਬਰ ਅਨੋਖ ਸਿੰਘ, ਉਹਦੀ ਖੋਪਰੀ ਉਤਾਰ ਦਿੱਤੀ, ਉਹਦੀਆਂ ਅੱਖਾਂ ਕੱਢ ਲਈਆਂ, ਬਰਫ਼ ਤੋੜਨ ਵਾਲਾ ਸੂਆ ਮਾਰ ਮਾਰ ਕੇ ਉਹਦੇ ਸਿਰ 'ਚ ਗਲੀਆਂ ਕੀਤੀਆਂ ਗਈਆਂ। ਕਿਵੇਂ ਭੁੱਲ ਜਾਈਏ ਅਸੀਂ? ਅੱਜ ਫੁਕਰੇ ਲੀਡਰ ਕਹਿੰਦੇ ਸਿੱਖਾਂ ਨੂੰ ਇਹ ਗੱਲ ਭੁੱਲ ਜਾਣੀ ਚਾਹੀਦੀ ਹੈ। ਕਿਵੇਂ ਭੁੱਲ ਜਾਵਾਂਗੇ? ਇਹ ਸਾਕੇ ਨਾ ਭੁੱਲਣ ਯੋਗ ਹੁੰਦੇ ਆ, ਨਾ ਮੁਆਫ਼ੀ ਕਰਨ ਯੋਗ ਹੁੰਦੇ, ਮੁਆਫ਼ੀ ਯੋਗ ਵੀ ਨਹੀਂ ਹੁੰਦੇ। ਇਹ ਸਾਕੇ ਸਿੱਖਾਂ ਦੇ ਨਾਲ ਜਿਹੜੇ ਵਾਪਰੇ, ਯਹੂਦੀਆਂ ਤੋਂ ਵੱਧ ਕੇ, ਯਹੂਦੀਆਂ ਤੋਂ ਬਾਅਦ ਵਿੱਚ ਇੱਕ ਸਿੱਖ ਕੌਮ ਹੈ ਜਿਹਨੇ ਏਡੇ ਅਤਿਆਚਾਰ ਝੱਲੇ ਆਪਣੇ ਪਿੰਡੇ ਦੇ ਉੱਤੇ। ਸਤ ਸੰਗਤ, 1984 ਵਾਪਰ ਗਈ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਅਰਦਾਸਾਂ ਸੋਧ ਕੇ ਬਾਹਰ ਨਿਕਲੇ ਆ। ਜਿੱਥੇ ਦੋ ਨਿਸ਼ਾਨ ਸਾਹਿਬ ਹੈ ਨਾ, ਉੱਥੇ ਆ ਕੇ ਦਰਬਾਰ ਸਾਹਿਬ ਨੂੰ ਨਮਸਕਾਰ ਕੀਤੀ ਹੈ।
ਤਾਂ ਫਿਰ ਗੋਲੀਆਂ ਦੀ ਬੁਛਾੜ ਹੁੰਦੀ ਆ, ਸੰਤ ਜੀ ਸਦਾ ਵਾਸਤੇ ਅਮਰ ਹੋ ਜਾਂਦੇ ਆ। ਉਹ ਸੱਚੇ ਸੰਤ ਸਿਪਾਹੀ ਨੇ ਈਨ ਮੰਨੀ ਨਾ ਹਿੰਦ ਦੀ ਰਾਣੀ ਦੀ, ਉਹਦੇ ਅੰਦਰ ਦੀ ਜੋ ਤਾਕਤ ਸੀ ਉਹ ਤਾਕਤ ਸੀ ਗੁਰਬਾਣੀ ਦੀ, ਅੰਮ੍ਰਿਤ ਦੀ ਬੂੰਦ ਉਹਦੇ ਸਿਰ ਚੜ ਕੇ ਸੰਗਤੇ ਬੋਲੀ ਸੀ, ਜ਼ਾਲਮ ਦੀ ਫੌਜ ਉਹਨੇ ਫਿਰ ਪੈਰਾਂ ਦੇ ਵਿੱਚ ਰੋਲੀ ਸੀ। ਉਸ ਬਲੀ ਬਹਾਦਰ ਬਾਜੋਂ ਕਿਸੇ ਨੇ ਟੈਂਕਾਂ ਮੂਹਰੇ ਤਣਨਾ ਨਹੀਂ। ਅੱਜ ਫਿਰਦੇ ਸੰਤ ਬਥੇਰੇ ਨੇ ਪਰ ਕਿਸੇ ਨੇ ਭਿੰਡਰਾਂ ਵਾਲਾ ਬਣਨਾ ਨਹੀਂ। ਸੰਤ ਜਰਨੈਲ ਸਿੰਘ ਕਿਤੇ ਕੋਈ ਸਧਾਰਨ ਨਹੀਂ ਸੀ। ਸਤ ਸੰਗਤ, ਆਪਣੀ ਮੂੰਹ ਆਈ ਗੱਲ ਕਹਿ ਕੇ ਮੈਂ ਇਸ ਕਵਿਤਾ ਦੇ ਲੈਕਚਰ ਦੇ ਵਹਿਣ ਵਿੱਚ ਆਪਣੇ ਆਪ ਨੂੰ ਲੈ ਕੇ ਆਉਣਾ। ਸੰਤ ਜਰਨੈਲ ਸਿੰਘ ਤਾਂ ਕੋਈ ਪਰਚਾ ਦਰਜ ਨਹੀਂ ਸੀ, ਪਰ ਆਰਮੀ ਸੱਦੀ ਗਈ। ਆ ਥੋੜੇ ਮਹੀਨੇ ਪਹਿਲਾਂ ਦੀ ਗੱਲ, ਅੰਮ੍ਰਿਤਪਾਲ ਸਿੰਘ ਉੱਤੇ ਕਿਹੜਾ ਪਰਚਾ ਸੀ? 57 ਦਾ। ਉਹ ਯਾਰ 57 ਦੇ ਪਰਚੇ ਦੀ ਤੇ ਜ਼ਮਾਨਤ SDM ਮੋਟਰਸਾਈਕਲ ਦੀ RC ਨਾਲ ਕਰ ਦਿੰਦਾ। ਤੇ 57 ਦਾ ਪਰਚਾ ਫੜਨ ਲਈ ਆਰਮੀ ਬੁਲਾਈ ਗਈ, ਤੇ ਜਿੱਦਣ ਫੜਿਆ ਉਦਣ ਹੀ ਪਰਚਾ ਦਰਜ ਹੋਇਆ। ਇਹਦਾ ਮਤਲਬ ਹੈ ਸਿੱਖਾਂ ਦਾ ਐਡਾ ਭੈ ਆ ਸਰਕਾਰ ਨੂੰ, ਸਿੱਖਾਂ ਤੋਂ ਇੰਨਾ ਡਰਦੀ ਆ ਸਰਕਾਰ ਵੀ ਜੇ ਕਿਤੇ ਮਾੜਾ ਜਿਹਾ ਵੀ ਆਪਣੇ ਧਰਮ ਦੀ ਗੱਲ ਕਰਨ ਆਰਮੀ ਸੱਦੋ, ਆਪਣੇ ਕਾਬੂ ਨਹੀਂ ਆਉਣੇ, ਆਰਮੀ ਸੱਦੀ ਜਾਂਦੀ ਹੈ। ਇਹ ਸਿੱਖਾਂ ਨੂੰ ਤਹਿਸ ਨਾਸ਼ ਕਰਨ ਦੀਆਂ ਬਹੁਤ ਵੱਡੀਆਂ ਮੁੱਢ ਕਦੀਮੀ ਸਕੀਮਾਂ ਚੱਲੀਆਂ ਆਈਆਂ। 1984 ਦਾ ਸਾਕਾ ਵਾਪਰ ਗਿਆ, ਜਿਹੜਾ ਸਾਕਾ ਤੁਸੀਂ ਮੈਨੂੰ ਸੁਣਾਉਣ ਦਾ ਹੁਕਮ ਕੀਤਾ ਸੀ, ਉਹਦੀ ਆਖਰੀ ਰਚਨਾ ਆਪ ਜੀ ਦੀ ਸੇਵਾ 'ਚ ਕਹਿਣ ਲੱਗਾ। ਜਦੋਂ ਆਕਾਸ਼ਬਾਣੀ ਰੇਡੀਓ ਦੇ ਉੱਤੇ ਅਨਾਊਂਸਮੈਂਟ ਹੋਈ ਕਿ ਸੰਤ ਜਰਨੈਲ ਸਿੰਘ ਸ਼ਹੀਦ ਹੋ ਗਏ ਨੇ, ਭਾਈ ਠਾਰਾ ਸਿੰਘ ਸ਼ਹੀਦ ਹੋ ਗਏ ਨੇ, ਭਾਈ ਅਮਰੀਕ ਸਿੰਘ ਸ਼ਹੀਦ ਹੋ ਗਏ ਆ, ਲੱਖਾਂ ਜੁਝਾਰੂ ਤੇ ਲੱਖਾਂ ਸ਼ਰਧਾਲੂ ਸ਼ਹੀਦ ਹੋ ਗਏ ਆ, ਤਾਂ ਫਿਰ ਪੂਰੀ ਦੁਨੀਆ ਵਿੱਚ ਰੋਸ ਦੀ ਲਹਿਰ ਫੈਲਣ ਲੱਗੀ ਹੈ। ਉਹ ਰੋਸ ਦੀ ਲਹਿਰ ਕੈਸੀ ਹੈ ਤੁਸੀਂ ਸੁਣ ਕੇ ਹੈਰਾਨ ਰਹਿ ਜਾਣਾ। ਭਾਰਤ ਸਰਕਾਰ ਦੇ ਉੱਚੇ ਰੁਤਬਿਆਂ ਦੇ ਉੱਤੇ ਬਹਿਣ ਵਾਲੇ ਬੰਦਿਆਂ ਨੇ ਆਪਣੀਆਂ ਕੁਰਸੀਆਂ ਨੂੰ ਜੁੱਤੀ ਦੀ ਲੋਕ ਨਾਲ ਠੁਕਰਾ ਦਿੱਤਾ, ਅਸਤੀਫੇ ਦੇ ਦਿੱਤੇ, ਰਿਜ਼ਾਈਨ ਕਰ ਦਿੱਤੇ। ਕਾਂਗਰਸ ਪਾਰਟੀ ਦਾ ਸਰਦਾਰ ਚਰਨਜੀਤ ਸਿੰਘ ਕੋਕਾ ਕੋਲਾ, ਉਹ ਜਨਰਲ ਸਕੱਤਰ ਸੀ, ਉਹਨੇ ਅਸਤੀਫਾ ਦਿੱਤਾ ਤੇ ਰੂਪੋਸ਼ ਹੋ ਗਿਆ। ਕਾਂਗਰਸੀ ਬੰਦਾ ਸੀ, ਕਾਂਗਰਸ ਪਾਰਟੀ ਦਾ ਬੰਦਾ ਅਸਤੀਫਾ ਦੇ ਗਿਆ, ਰਿਜ਼ਾਈਨ ਕਰ ਗਿਆ ਤੇ ਰੂਪੋਸ਼ ਹੋ ਗਿਆ। ਕਾਂਗਰਸ ਪਾਰਟੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਪਟਿਆਲੇ ਵਾਲਾ, ਆ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ MP ਸੀ ਉਸ ਟਾਈਮ, ਇਹਨੇ MP ਸ਼ਿਪ ਤੋਂ ਅਸਤੀਫਾ ਦਿੱਤਾ ਤੇ ਰੂਪੋਸ਼ ਹੋ ਗਿਆ। ਸਰਦਾਰ ਸਿਮਰਨਜੀਤ ਸਿੰਘ ਮਾਨ ਬੰਬਈ ਦਾ DIG ਸੀ, ਅਸਤੀਫਾ ਦਿੱਤਾ ਰੂਪੋਸ਼ ਹੋ ਗਿਆ। ਸਤ ਸੰਗਤ, ਸਰਦਾਰ ਸੰਤ ਸਿੰਘ ਸੇਖੋਂ, ਸਰਦਾਰ ਜਸਵੰਤ ਸਿੰਘ ਕਮਲ, ਸਰਦਾਰ ਖੁਸ਼ਵੰਤ ਸਿੰਘ, ਇਹਨਾਂ ਨੇ ਆਪਣੇ ਪਦਮ ਸ਼੍ਰੀ ਅਵਾਰਡ ਵਾਪਸ ਕਰ ਦਿੱਤੇ। ਅਜੀਤ ਅਖਬਾਰ ਦਾ ਮੁੱਖ ਸੰਪਾਦਕ ਸਰਦਾਰ ਸਾਧੂ ਸਿੰਘ ਹਮਦਰਦ, ਉਹਨਾਂ ਨੇ ਆਪਣਾ ਪਦਮ ਸ਼੍ਰੀ ਅਵਾਰਡ ਵਾਪਸ ਕਰ ਦਿੱਤਾ। ਇੱਕ ਗੱਲ, ਇੱਕ ਨਾਮ ਲਵਾਂ, ਤੁਹਾਡੀ ਜਾਣਕਾਰੀ 'ਚ ਵਾਧਾ ਹੋ ਜਾਏਗਾ। ਭਾਰਤ ਸਰਕਾਰ ਦੇ ਵਿੱਚ ਅਨਪੜ੍ਹ ਬੰਦਾ ਵੀ ਲੀਡਰ ਬਣ ਸਕਦਾ, ਮੁੱਖ ਮੰਤਰੀ ਬਣ ਸਕਦਾ, ਪ੍ਰਧਾਨ ਮੰਤਰੀ ਬਣ ਸਕਦਾ, ਪਰ ਜੇ ਆਪਣੇ ਪੜ੍ਹਾਈ ਦੇ ਬਲਬੂਤੇ ਨਾਲ ਜੇ ਕੋਈ ਵੱਡੀ ਤੋਂ ਵੱਡੀ ਨੌਕਰੀ ਹਾਸਲ ਕਰਨੀ ਚਾਹਵੇ ਨਾ, ਕਲਾਸ 4 ਤੋਂ ਸ਼ੁਰੂ ਹੁੰਦੀ ਹੈ, ਕਲਾਸ 4 ਤੋਂ ਬਾਅਦ ਵਿੱਚ ਕਲਰਕ ਭਰਤੀ ਹੁੰਦੇ ਆ, ਉਸ ਤੋਂ ਬਾਅਦ ਵਿੱਚ ਏ ਕਲਾਸ ਨੌਕਰੀਆਂ ਹੁੰਦੀਆਂ, SDM DC ਏ ਕਲਾਸ ਅਫਸਰ ਆਉਂਦੇ ਆ। ਤੇ ਭਾਰਤ ਸਰਕਾਰ ਦੇ ਕੋਲ ਸਭ ਤੋਂ ਵੱਡੀ ਨੌਕਰੀ ਜੇ ਕਿਸੇ ਨੂੰ ਦੇਣ ਵਾਸਤੇ ਆ ਨਾ, ਤਾਂ ਕਿਸੇ ਹੋਰ ਮੁਲਕ ਦੇ ਵਿੱਚ ਇੰਡੀਅਨ ਅੰਬੈਸੀ ਦਾ ਕੌਂਸਲੇਟ ਹੋਣਾ ਹੁੰਦਾ ਹੈ, ਕਿਸੇ ਬਗਾਨੇ ਮੁਲਕ ਵਿੱਚ ਜਾ ਕੇ ਇੰਡੀਆ ਗੌਰਮੈਂਟ ਨੂੰ ਰੀਪ੍ਰਜੈਂਟ ਕਰਨਾ। ਭਾਰਤ ਸਰਕਾਰ ਕੋਲ ਇਸ ਤੋਂ ਵੱਡੀ ਨੌਕਰੀ ਕੋਈ ਨਹੀਂ ਹੈ।
ਆਪਣੇ ਪੜ੍ਹਾਈ ਦੇ ਬਲਬੂਤੇ ਨਾਲ ਜੇ ਕੋਈ ਵੱਡੀ ਤੋਂ ਵੱਡੀ ਨੌਕਰੀ ਹਾਸਲ ਕਰ ਸਕਦਾ ਨਾ, ਆਪਾਂ ਤਾਂ ਕਹਿੰਦੇ ਡੀਸੀ ਲੱਗ ਗਿਆ ਵੱਡੀ ਨੌਕਰੀ ਮਿਲ ਗਈ, ਡੀਸੀ ਤੋਂ ਵੀ ਵੱਡੀ ਨੌਕਰੀ ਸਤਸੰਗਤ ਸੈਕਟਰੀਏਟ ਦੀ ਹੁੰਦੀ ਆ, ਸੈਕਟਰੀਏਟ ਤੋਂ ਉੱਪਰਲੀ ਨੌਕਰੀ ਰਾਜ ਸਭਾ ਦੀ ਹੁੰਦੀ ਆ, ਰਾਜ ਸਭਾ ਤੋਂ ਉੱਪਰਲੀ ਨੌਕਰੀ ਸਤਸੰਗਤ ਇਹ ਹੁੰਦੀ ਹੈ ਜਿਹੜਾ ਕਿਸੇ ਬਗਾਨੇ ਮੁਲਕ ਵਿੱਚ ਇੰਡੀਅਨ ਅੰਬੈਸੀ ਦਾ ਕੌਂਸਲੇਟ ਹੋਣਾ ਹੁੰਦਾ। ਇੱਥੇ ਮਾਣ ਮਹਿਸੂਸ ਕਰਿਓ, ਸਰਦਾਰ ਹਰਿੰਦਰ ਸਿੰਘ ਖਾਲਸਾ ਨਾਰਵੇ ਦਾ ਰਾਜਦੂਤ ਸੀ ਉਸ ਟਾਈਮ, ਇੰਡੀਆ ਦੀ ਸਭ ਤੋਂ ਵੱਡੀ ਨੌਕਰੀ ਉਹਦੇ ਕੋਲ ਹੈ, ਇੰਡੀਆ ਦੀ ਸਭ ਤੋਂ ਵੱਡੀ ਨੌਕਰੀ, ਨਾਰਵੇ ਦਾ ਰਾਜਦੂਤ, ਨਾਰਵੇ ਦੇ ਵਿੱਚ ਇੰਡੀਅਨ ਅੰਬੈਸੀ ਦਾ ਕੌਂਸਲੇਟ, ਅਸਤੀਫਾ ਦਿੱਤਾ, ਮਾਂ ਦਾ ਪੁੱਤ ਨਾਲੇ ਰੂਪੋਸ਼ ਹੋ ਗਿਆ, ਸਤਸੰਗਤ ਰਜਾਇਨ ਕਰ ਗਏ। 20ਵੀਂ ਸਦੀ ਦਾ ਮਹਾਨ ਸੰਤ, ਮਹਾਨ ਸਿੱਖ ਨਹੀਂ ਕਹਿ ਰਿਹਾ, ਮਹਾਨ ਸੰਤ ਕਹਿ ਰਿਹਾ, 20ਵੀਂ ਸਦੀ ਦਾ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਕਿਹਾ ਜਾਂਦਾ ਹੈ, ਅਤੇ 20ਵੀਂ ਸਦੀ ਦਾ ਮਹਾਨ ਸੰਤ ਭਗਤ ਪੂਰਨ ਸਿੰਘ ਜੀ ਬਾਨੀ ਪਿੰਗਲ ਵਾੜੇ ਵਾਲੇ ਮਹਾਂਪੁਰਖਾਂ ਨੂੰ ਕਿਹਾ ਜਾਂਦਾ ਹੈ, ਭਗਤ ਪੂਰਨ ਸਿੰਘ ਜੀ ਨੂੰ 20ਵੀਂ ਸਦੀ ਦਾ ਮਹਾਨ ਸੰਤ ਕਿਹਾ ਜਾਂਦਾ ਹੈ। ਭਗਤ ਪੂਰਨ ਸਿੰਘ ਨੇ ਆਪਣਾ ਲੋਕ ਰਤਨ ਅਵਾਰਡ ਇੰਦਰਾ ਗਾਂਧੀ ਦੇ ਪੈਰਾਂ ਚੱਕ ਕੇ ਮਾਰਿਆ, ਚੱਕ ਬੀਬੀ ਸਾਨੂੰ ਨਹੀਂ ਚਾਹੀਦਾ ਤੇਰਾ ਜਾ ਫਟਾ ਜਾ, ਜੇ ਤੂੰ ਸਾਡੇ ਗੁਰਦੁਆਰਿਆਂ ਦੀ ਸਕੀ ਨਹੀਂ ਤਾਂ ਫਿਰ ਅਸੀਂ ਤੇਰੇ ਤਗਮੇ ਇਨਾਮ ਵਾਪਸ ਕਰ ਦੇਣੇ। ਇੱਥੋਂ ਤੱਕ ਲਿਸਟ ਤਾਂ ਬਹੁਤ ਲੰਬੀ ਆ, ਮੈਂ ਘੜੀ ਦੀ ਸੂਈ ਵੇਖ ਲਈ ਆ, ਆਖਰੀ ਕਵਿਤਾ ਕਹਿਣ ਲੱਗਾ। ਸਤਸੰਗਤ, ਸਿੱਖ ਰੈਜੀਮੈਂਟਾਂ ਦੇ ਵਿੱਚ ਫੌਜਾਂ ਵਿੱਚ ਬਗਾਵਤ ਹੋ ਗਈ, ਇੰਡੀਅਨ ਆਰਮੀ ਵਿੱਚ ਬਗਾਵਤ ਹੋ ਗਈ, ਅਤੇ ਸਿੱਖਾਂ ਨੇ ਆਪਣੀਆਂ ਨੌਕਰੀਆਂ ਜੁੱਤੀ ਦੀ ਨੋਕ ਨਾਲ ਠੁਕਰਾ ਦਿੱਤੀਆਂ, ਅਤੇ ਆਪ ਕਹਿਣ ਲੱਗੇ ਚੱਕੋ ਸਰਕਾਰ ਆਪਣੀ ਨੌਕਰੀ ਚੱਕੇ, ਸਾਨੂੰ ਨਹੀਂ ਚਾਹੀਦੀ। ਬਿਹਾਰ ਦੇ ਵਿੱਚ ਕੱਲੀ ਰਾਮਗੜ੍ਹ ਛਾਉਣੀ ਦੇ ਵਿੱਚੋਂ 1438 ਧਰਮੀ ਫੌਜੀਆਂ ਨੇ ਬੈਰਕਾਂ ਛੱਡੀਆਂ, ਉਹਨਾਂ ਵਿੱਚੋਂ 1401 ਜਣਾ ਗ੍ਰਿਫਤਾਰ ਕਰ ਲਿਆ ਅਤੇ 37 ਜਣੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤੇ। ਇੱਥੇ ਇੱਕ ਸ਼ਬਦ ਜਿਹੜਾ ਮੈਂ ਕਹਿਣਾ ਚਾਹੁੰਦਾ, ਵੱਡਾ ਜਿਗਰਾ ਕਰਕੇ ਸੁਣਿਓ, ਇਹ ਜਿੰਨਿਆਂ ਨੇ ਰੋਸ ਪ੍ਰਗਟ ਕੀਤਾ, ਭਾਰਤੀ ਜਹਾਜ਼ ਅਗਵਾ ਕਰ ਲਏ, ਆਪਣੇ ਤਗਮੇ ਮੋੜ ਦਿੱਤੇ, ਸਨਮਾਨ ਮੋੜ ਦਿੱਤੇ, ਨੌਕਰੀਆਂ ਛੱਡ ਦਿੱਤੀਆਂ, ਇਹ ਰੋਸ ਪ੍ਰਗਟ ਕਰਨ ਦਾ ਤਰੀਕਾ, ਜਿੰਨਿਆਂ ਨੇ ਰੋਸ ਪ੍ਰਗਟ ਕੀਤਾ, ਸਾਡੀ ਕੌਮ ਨੇ ਸਾਰਿਆਂ ਨੂੰ ਸਤਿਕਾਰ ਦਿੱਤਾ, MP ਬਣਾਏ ਹਰਿੰਦਰ ਸਿੰਘ ਖਾਲਸਾ ਨੂੰ, ਸਤਸੰਗਤ ਆ ਫਤਿਹਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਵੱਲੋਂ ਜਿਤਾਇਆ, ਅਤੇ ਕੈਪਟਨ ਅਮਰਿੰਦਰ ਸਿੰਘ ਅੰਮ੍ਰਿਤਸਰ ਸਾਹਿਬ ਤੋਂ ਇਲੈਕਸ਼ਨ ਲੜਿਆ, ਹਾਲਾਂਕਿ ਕਾਂਗਰਸ ਵੱਲੋਂ ਲੜਿਆ, ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਜਿਤਾ ਦਿੱਤਾ, ਅਰੁਣ ਜੇਤਲੀ ਨੂੰ ਹਰਾ ਦਿੱਤਾ ਸਿੱਖਾਂ ਨੇ, MP ਬਣਾ ਦਿੱਤਾ। ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨੂੰ ਵੀ ਕੌਮ ਨੇ 2 ਵਾਰ MP ਬਣਾ ਦਿੱਤਾ ਕਿ ਤੈਂ ਅਸਤੀਫਾ ਦਿੱਤਾ ਸੀ। ਜਿੰਨਿਆਂ ਨੇ ਇਸ ਰੋਸ ਵਿੱਚ ਆਪਣਾ ਯੋਗਦਾਨ ਪਾਇਆ ਉਹਨਾਂ ਨੂੰ ਸਾਡੀ ਕੌਮ ਨੇ ਨਵਾਜਿਆ, ਪਰ ਜੇ ਕਿਸੇ ਨੂੰ ਨਹੀਂ ਸਾਡੀ ਕੌਮ ਨੇ ਸਨਮਾਨਿਤ ਕੀਤਾ ਤੇ ਦੁੱਖ ਨਾ ਕਹਿੰਦਾ, ਉਹ ਧਰਮੀ ਫੌਜੀ ਹਨ। ਧਰਮੀ ਫੌਜੀਆਂ ਨੂੰ ਸਾਡੀ ਕੌਮ ਹਜੇ ਤੱਕ ਮਿੱਟੀ ਦਾ ਅਵਾਰਡ ਵੀ ਨਹੀਂ ਦੇ ਸਕੀ, ਦੁੱਖ ਨਾ ਕਹਿੰਦਾ, 39 ਸਾਲ ਹੋ ਗਏ ਧਰਮੀ ਫੌਜੀਆਂ ਨੂੰ ਹਜੇ ਤੱਕ। ਮੈਂ ਬਾਬੇ ਦੇ ਚਰਨਾਂ 'ਚ ਖਲੋ ਕੇ ਕਹਿੰਦਾ ਆਪਣੀ ਜਾਣਕਾਰੀ ਮੁਤਾਬਕ ਕਿ ਉਹਨਾਂ ਨੂੰ ਅਕਾਲ ਤਖ਼ਤ ਸਾਹਿਬ 'ਤੇ ਸੱਦ ਕੇ ਹਜੇ ਤੱਕ ਸਰੋਪਾ ਵੀ ਨਹੀਂ ਕੌਮ ਦੇ ਸਕੀ। ਬਹੁਤੇ ਜਣੇ ਸ਼ਹੀਦ ਹੋ ਗਏ, ਬਹੁਤੇ ਜਣੇ ਧਰਤੀ ਤੋਂ ਚਲੇ ਗਏ। ਸਤਸੰਗਤ, ਹੋਰ ਤਾਂ ਹੋਰ ਸਾਡੀ ਕੌਮ ਉਹਨਾਂ ਦੀ ਇੱਕ ਕਿਤਾਬ ਵੀ ਨਹੀਂ ਛਪਾ ਸਕੀ ਵੀ ਆਹ ਆਹ ਬੰਦੇ ਸਨ ਜਿਨ੍ਹਾਂ ਨੇ ਅਸਤੀਫੇ ਦਿੱਤੇ ਆ, ਉਹ ਧਰਮੀ ਫੌਜੀ ਜਿਹੜੇ ਆ ਉਹਨਾਂ ਨੇ ਨੌਕਰੀਆਂ ਜੁੱਤੀ ਦੀ ਨੋਕ ਨਾਲ ਠੁਕਰਾਈਆਂ, ਉਹ ਕਿਤੇ ਸਿੱਖਾਂ ਨੂੰ ਭੁੱਲ ਨਾ ਜਾਣ, ਉਹ ਤੁਹਾਡੇ ਚੇਤੇ ਵਿੱਚ ਵਸਦੇ ਰਹਿਣ, ਇਸ ਵਾਸਤੇ